रेडियो चन परदेसी दे माण मत्ते स्रोतो स्वागत करदे आं तुहाडा रेडियो चन परदेसी दी पंजाबी सत विच। मैं हां तुहाडा दोस्त ते होस्ट सरवण सिंह टवाणा अमेरिका दी विंडी सिटी शिकागो तों ते मेरा साथ दे रहे ने सीनियर पत्रकार सरदार संतोष सिंह जी गिल गुरु सर सरदार लुधियाणा तों। गिल साहब सत श्री अकाल जी, गुड मॉर्निंग, की हाल चाल ने तुहाडे? असल च पता की है गिल साहब, जदो ना गर्मी ते सर्दी दी रुत शुरू हुंदी है, चेंज हुंदा है मौसम, गर्मी आउंदी है जां सर्दी आउंदी है, ਇਹ ਮੌਸਮ ਬਦਲਦਾ ਹੀ ਹੁੰਦਾ, ਕਦੇ ਗਰਮੀ ਕਦੇ ਸਰਦੀ। ਅਸੀਂ ਇਹਨੂੰ ਮੈਕਸੀਕੋ, ਸਾਡੇ ਏਰੀਏ ਦੇ ਵਿੱਚ ਇਹਨੂੰ ਮੈਕਸੀਕੋ ਵੈਦਰ ਕਹਿੰਦੇ ਹਾਂ ਅਸੀਂ, ਕਿਉਂਕਿ ਮੈਕਸੀਕੋ ਦੇ ਵਿੱਚ ਇਹ ਗੱਲ ਚੱਲਦੀ ਹੈ, ਉਹ ਕਹਾਵਤ ਹੋਣੀ ਹੈ ਕੋਈ, ਜਿਹਦੇ ਕਰਕੇ ਸਾਡੇ ਇੱਥੇ ਸ਼ਿਕਾਗੋ ਦੇ ਏਰੀਏ 'ਚ ਵੀ ਲੋਕ ਕਹਿੰਦੇ ਵੀ ਮੈਕਸੀਕੋ ਵੈਦਰ ਸ਼ੁਰੂ ਹੋ ਗਿਆ ਹੁਣ, ਵੀ ਅੱਜ ਗਰਮੀ ਹੈ ਬਹੁਤ ਜ਼ਿਆਦਾ, ਕੱਲ੍ਹ ਨੂੰ ਠੰਡ ਬਹੁਤ ਹੋ ਜਾਣੀ ਹੈ ਆਪਣੇ ਆਪ। ਪਤਾ ਨਹੀਂ ਕੀ ਫਰਕ ਪੈਂਦਾ ਹੈ, ਕੀ ਹਵਾਵਾਂ ਚੱਲਦੀਆਂ ਨੇ, ਇਹ ਚੀਜ਼ ਦਾ ਫਰਕ ਹੋਣਾ ਜੀ। ਤੁਹਾਡੇ ਤੁਸੀਂ ਵੀ ਪਹਾੜਾਂ ਦੇ ਨੇੜੇ ਬੈਠੇ ਹੋ, ਉਹ ਪਹਾੜਾਂ ਦਾ ਫਰਕ ਹੈ ਤੁਹਾਡੇ ਨਾਲ, ਹੋ ਸਕਦਾ ਫਰਕ ਤਬਦੀਲੀ ਆਉਂਦੀ ਹੋਣੀ ਮੌਸਮ ਚ ਜੀ। ਤੁਹਾਡੇ ਨੂੰ ਮੈਕਸੀਕੋ ਵੈਦਰ ਵੈਦਰ ਕਹਿੰਦੇ ਨੇ, ਸਾਡੇ ਨੂੰ ਬਾਦਲ ਦੇ ਉਸਲ ਬੱਟੇ ਵਾਲਾ ਵੈਦਰ ਕਹਿੰਦੇ। ਤੁਸੀਂ ਮੇਰੇ ਦਿਲ ਦੀ ਗੱਲ ਫੜ ਲਈ, ਮੈਂ ਕਹਿਣੇ ਲੱਗਿਆ ਸੀ ਸਾਡੇ ਤਾਂ ਮੌਸਮ ਦੇ ਵਿੱਚ ਤਬਦੀਲੀ ਹੀ ਆ ਰਹੀ ਹੈ, ਤੁਹਾਡੇ ਤਾਂ ਪਤਾ ਨੀ ਹੁਣ ਕੀ ਕਹੀਏ, ਕਾਹਦੇ ਚ ਤਬਦੀਲੀ ਆਉਂਦੀ ਹੈ। ਸਵੇਰੇ ਉੱਠਦੇ ਹੋਵੋਗੇ ਤੁਸੀਂ ਵੀ ਸੋਚਦੇ ਹੋਵੋਗੇ ਵੀ ਅੱਜ ਬੜਾ ਵਧੀਆ ਦਿਨ ਹੈ, ਕੱਲ ਦਾ ਬੜਾ ਮਸਾਲਾ ਪਿਆ, ਗੱਲਾਂ ਬੜੀਆਂ ਨੇ, ਅੱਜ ਦਿਨ ਚ ਦੇਖਦੇ ਆ ਕੀ ਹੋਊ। ਤੁਹਾਡੇ ਸੁੱਤੇ ਸੁੱਤੇ ਸਾਰਾ ਕੁਛ ਹੋ ਜਾਂਦਾ, ਪਤਾ ਨੀ ਕੀ ਹੋ ਜਾਂਦਾ ਕੀ ਨਹੀਂ। ਆ ਇੱਕ ਬੀਜੇਪੀ ਦਾ ਨਵਾਂ ਜੰਮਿਆ ਲੀਡਰ ਕਾਲੋ, ਉਹ ਪਤਾ ਨੀ ਕੀ ਬੋਲ ਕਬੋ ਬੋਲਦਾ, ਬੋਲੀ ਤਾਂ ਗਿਆ ਚੱਕੀ ਹੋਈ ਥਾਣੇਦਾਰ ਦੀ, ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ, ਉਹ ਪੰਗਾ ਲੈ ਲਿਆ ਕਿਸਾਨਾਂ ਨਾਲ, ਅਗਲਿਆਂ ਨੇ ਸੂਤ ਕੇ ਰੱਖਤਾ, ਫਿਰ ਦਿਖਾ ਤਾ ਨਜ਼ਾਰਾ, ਜਿਹੜਾ ਕਹਿੰਦਾ ਸੀ ਮੰਜੀ ਲੈ ਕੇ ਆਏ ਹੋ ਨਾ ਨਾਲ ਚਿੱਟੀ ਚਾਦਰ, ਮਾਂ ਦਾ ਪੁੱਤ ਹੁਣ ਘਰੋਂ ਭੱਜ ਗਿਆ, ਕਹਿੰਦਾ ਜੀ ਮੇਰੀ ਤਾਂ 10 ਵਜੇ ਮੀਟਿੰਗ ਸੱਦ ਲਈ, ਮੈਨੂੰ ਤਾਂ ਚੰਡੀਗੜ੍ਹ ਪਹੁੰਚਣਾ ਪੈਣਾ। ਉਹ ਤਾਂ ਅਜਿਹਾ ਜਿਹਾ ਹੈਗਾ ਸੀ। ਆ ਸੁਖਵੀਰ ਬਾਦਲ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ, ਮੈਨੂੰ ਲੱਗਦਾ ਨਵੀਂ ਪਸੂੜੀ ਖੜੀ ਹੋ ਗਈ ਅਕਾਲੀ ਦਲ ਦੇ ਲਈ ਜੀ। ਗਿੱਲ ਸਾਹਿਬ ਹਾਂਜੀ, ਕੱਲ ਤੁਹਾਡਾ ਜੀ ਚਲੋ ਆਪਾਂ ਚਰਚਾ ਕਰ ਰਹੇ ਸੀ, ਕਈ ਹੋਰ ਮੁੱਦਿਆਂ ਦੇ ਹਾਲੇ ਤੇ ਉਹਦੇ ਚ ਕਿਸਾਨੀ ਘੋਲ ਬਾਰੇ ਵੀ ਆਪਾਂ ਗੱਲ ਕੀਤੀ ਥੋੜੀ ਜੀ। ਤਾਂ ਉਸੇ ਵੇਲੇ ਸਾਡੀ ਟੀਮ ਦੇ ਮੈਂਬਰ ਨੇ ਪ੍ਰੋਫੈਸਰ ਨਤਨੇਮ ਸਿੰਘ, ਉਹਨਾਂ ਨੇ ਇਹ ਵੀਡੀਓ ਮੇਰੇ ਮੈਸੰਜਰ ਦੇ ਵਿੱਚ ਭੇਜੀ, ਤਾਂ ਪਤਾ ਲੱਗਿਆ ਵੀ ਇਹ ਹੈ ਤਾਂ ਵੀਡੀਓ ਥੋੜੀ ਜਿਹੀ ਪੁਰਾਣੀ ਹੈ ਮਤਲਬ, ਪਰ ਦੇਖੋ ਜਿਹੜੇ ਇਹ ਸਾਡੇ ਲੀਡਰ ਨੇ, ਰਾਜਨੀਤਿਕ ਲੋਕ ਨੇ ਜਿਹੜੇ ਜੀ, ਇਹ ਆਪਣੇ ਨਿੱਜੀ ਫਾਇਦਿਆਂ ਲਈ, ਆਪਣੀ ਕੁਰਸੀ ਬਚਾਉਣ ਲਈ ਇਹਨਾਂ ਨੇ ਕਦੋਂ ਕੀ ਕਹਿ ਦੇਣਾ ਤੇ ਕਦੋਂ ਕਿਹੜੇ ਪਾਸੇ ਨੂੰ ਤੁਰ ਪੈਣਾ, ਉਹਨਾਂ ਨੂੰ ਕਈ ਵਾਰੀ ਖੁਦ ਨੂੰ ਵੀ ਪਤਾ ਨੀ ਹੁੰਦਾ ਜੀ। ਤੇ ਅੱਜ ਜਿਹੜੀ ਤੁਸੀਂ ਕਾਹਲੋ ਦੀ ਗੱਲ ਕੀਤੀ ਹੈ, ਕੱਲ ਮੈਂ ਉਹਦੀ ਇੱਕ ਜਿਹੜਾ ਮੁੰਡਾ ਪ੍ਰੋ ਪੰਜਾਬ ਉਹਨੇ ਕੱਲ ਉਹਦੀ ਇੰਟਰਵਿਊ ਕੀਤੀ ਲੰਬੀ ਚੌੜੀ, ਉਹਨੇ ਬੜਾ ਘੇਰ ਘੇਰ ਕੇ ਲਿਆਉਂਦਾ, ਉਹ ਕਦੇ ਕਹਿ ਦਿੰਦਾ ਸੀ ਮੈਂ ਤਾਂ ਭਿੰਡਰਾਲਾ ਨਾਲ ਵੀ ਰਿਹਾ ਵਾਂ, ਤਾਂ ਕਦੇ ਕਹਿੰਦਾ ਸੀ ਮੈਂ ਤਾਂ ਸੰਤ ਭਿੰਡਰਾਲਾ ਨਾਲ ਵੀ ਰਿਹਾ ਵਾਂ, ਮੈਂ ਭਾਈ ਬਰੀਕ ਸਿੰਘ ਨਾਲ ਵੀ ਰਿਹਾ ਵਾਂ, ਮੈਂ ਫਲਾਨੇ ਨਾਲ ਵੀ ਰਿਹਾ ਵਾਂ, ਮੈਂ ਫਲਾਨੇ ਨਾਲ ਵੀ ਰਿਹਾ ਵਾਂ, ਤੇ ਮੈਂ ਅਕਾਲੀ ਦਲ ਦੇ ਵਿੱਚ ਵੀ ਰਿਹਾ ਵਾਂ, ਤੇ ਉਹਨੇ ਕੁਝ ਛੱਡਿਆ ਹੀ ਨੀ ਵੀ ਮੈਂ ਉਹਦੇ ਨਾਲ ਨਹੀਂ ਰਿਹਾ, ਤੇ ਸਾਰਿਆਂ ਦੇ ਨਾਲ ਹੈ, ਤੇ ਮੈਂ ਤਾਂ ਉਹ ਪਾਰਟੀ ਚ ਵੀ ਰਿਹਾ, ਮੈਂ ਉਹਦੀ ਵਿਚਾਰਧਾਰਾ ਨੂੰ ਵੀ ਮੰਨਦਾ, ਮੈਂ ਉਹਦੇ ਨਾਲ ਵੀ ਰਿਹਾ, ਤੇ ਉਹਨੂੰ ਫਿਰ ਪੁੱਛਿਆ ਵੀ ਤੂੰ ਐਸ ਉਮਰ ਚ ਆ ਕੇ ਆਹ ਕੀ ਨਵਾਂ ਸਿਆਪਾ ਕਿਹੜਾ ਕਰ ਲਿਆ, ਕਹਿੰਦੇ ਇਹ ਤਾਂ ਮੇਰੀ ਆਪਦੀ ਮਰਜ਼ੀ, ਮੈਂ ਆਜ਼ਾਦ ਹਾਂ, ਕਹਿੰਦਾ ਮੈਂ ਕੁਝ ਵੀ ਕਰ ਸਕਦਾ ਵਾ, ਤੂੰ ਕਹਿੰਦੇ ਵੀ ਫੇਰ ਜਿਹੜਾ ਤੂੰ ਆਹ ਸ਼ਬਦ ਬੋਲੇ, ਕਹਿੰਦੇ ਵੀ ਹੁਣ ਬੋਲ ਹੋ ਗਏ, ਕਹਿੰਦਾ ਹੁਣ ਕੀ ਕਰੀਏ, ਕਹਿੰਦਾ ਹੁਣ ਬੋਲ ਹੋ ਗਏ ਜੀ, ਤੇ ਉਹ ਕਹਿੰਦਾ ਵੀ ਇਹ ਤਾਂ ਫਿਰ ਤੁਹਾਡੀ ਜੀਭ ਜੀਭ ਤੇ ਕੰਟਰੋਲ ਨੀ ਸੀਗਾ, ਕਹਿੰਦਾ ਫਿਰ ਕਈ ਤਾਸ਼ ਆਇਆ ਬੰਦਾ ਬੋਲ ਜਾਂਦਾ ਹੁੰਦਾ, ਕਹਿੰਦਾ ਕਹਿੰਦਾ ਫਿਰ ਹੁਣ ਤੁਸੀਂ ਮਾਫ਼ੀ ਮੰਗਦੇ ਹੋ, ਕਹਿੰਦਾ ਮਾਫ਼ੀ ਨਹੀਂ, ਕਹਿੰਦਾ ਮੈਂ ਅਫਸੋਸ ਕਰਦਾ, ਅਫਸੋਸ ਪ੍ਰਗਟ ਕਰਦਾ। ਕਿਸਾਨਾਂ ਨੂੰ ਉਹਨੇ ਧਮਕੀ ਦਿੱਤੀ ਸੀ, ਕਹਿੰਦਾ ਤੁਸੀਂ ਲੋਕਾਂ ਦੇ, ਕਿਉਂਕਿ ਪਹਿਲਾਂ ਤੁਹਾਨੂੰ ਯਾਦ ਹੋਣਾ ਵਾ ਵੀ ਉਹ ਸਿਕਸ਼ਨ ਸਕੂਲ ਦੇ ਦਰਵਾਜ਼ੇ ਅੱਗੇ
ਕਿਸਾਨਾਂ ਨੇ ਇੱਕ ਵਾਰੀ ਗੋਹੇ ਦੀ ਟਾਲੀ ਲਾਇਆ ਸੀ। ਹਾਂ ਹਾਂ ਜੀ ਪਤਾ ਜੀ ਮੈਨੂੰ ਜੀ, ਹੁਸ਼ਿਆਰਪੁਰ ਦੇ ਵਿੱਚ। ਹਾਂ ਜੀ, ਇੱਥੇ ਵੀ ਕਦੇ ਉਹ ਪਤਾ ਲੱਗਿਆ ਵੀ ਕਿਸਾਨ ਕਹਿੰਦੇ ਵੀ ਇਹਦੇ ਤਰ੍ਹਾਂ ਉਹਦੇ ਵੀ ਲਾਹਾਂਗੇ ਜੀ। ਫਿਰ ਉਹ ਕਹਿੰਦਾ ਲਾਹੋ, ਨਾਲ ਮੰਜਾ ਵੀ ਟਰਾਲੀ ਦੇ ਵਿੱਚ ਰੱਖ ਲਿਆ, ਉੱਤੇ ਚਿੱਟੀ ਚਾਦਰ ਵੀ ਪਾ ਲਿਆ, ਇੱਥੋਂ ਸੁੱਕੇ ਨੀ ਜਾਣ ਦਿੰਦਾ। ਕਹਿੰਦਾ ਮੈਂ ਜੱਟਾਂ ਮੈਂ ਆਏ ਆ, ਮੈਂ ਅਗਲੇ ਫਿਰ ਸਮਾਜ ਸਾਰੀਆਂ ਤਾਂ ਕੰਧਾਂ ਲਪੇਟੀਆਂ ਜੀ ਉਹਦੀਆਂ ਮਾਰ ਮਾਰ ਬੁੱਕਾਂ ਨਾਲ ਭਰ ਭਰ ਕੇ ਉਹਦੇ ਵਿਹੜੇ ਚ ਨੀ ਸਿੱਟਿਆ। ਅੱਛਾ, ਫਿਰ ਅੰਦਰੋਂ ਪੁੱਛਿਆ ਕੋਈ ਨੀ, ਉਹਦਾ ਭੱਜ ਗਿਆ ਸੀ ਉਦੋਂ ਛੱਡ ਕੇ, ਬਹਾਨਾ ਲਾ ਗਿਆ ਕਹਿੰਦਾ ਮੈਨੂੰ ਗੱਡੀ ਚਲਾਉਣੀ ਆਉਂਦੀ ਨੀ, ਕਹਿੰਦਾ ਗੱਡੀ ਚਲਾਉਣੀ ਮੈਨੂੰ ਬਹੁਤ ਔਖੀ ਆ, ਉਮਰ ਜ਼ਿਆਦੇ ਹੋ ਗਈ, ਮੈਨੂੰ ਚੰਡੀਗੜ੍ਹ ਜਾਣਾ ਹੀ ਪੈਣਾ, ਕਹਿੰਦਾ ਅੱਜ ਹੁਕਮ ਆ ਗਿਆ। ਹਾਂ, ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਇੱਧਰ ਬਹਿਲਕਣਾ ਇਲਾਕੇ ਦੇ ਵਿੱਚ ਚਰਨਵਾਲ ਦਾ ਸਰਪੰਚ ਹੈ ਜਿਹੜਾ, ਉਹ ਵੀ ਘਿਰਿਆ ਹੋਇਆ ਵਾ, ਉਹਦੇ ਨਾਲ ਤਿੰਨ ਪੰਚ ਸੀ ਤੇ ਇੱਕ ਹੋਰ ਬੰਦਾ ਸੀ ਪਿੰਡ ਦਾ, ਉਹਨੂੰ ਵੀ ਜਾ ਕੇ ਉਹਨਾਂ ਦੇ ਵੀ ਗੱਲ ਚ ਚੰਡੀਗੜ੍ਹ ਭਾਜਪਾ ਦੇ ਸਰੋਪੇ ਪਵਾ ਲੈਂਦੇ, ਭਾਜਪਾ ਦੇ ਨਿਸ਼ਾਨ ਵਾਲੇ ਕਮਲ ਦੇ ਫੁੱਲ ਵਾਲੇ, ਤੇ ਉਹਨਾਂ ਤੋਂ ਇੱਕ ਜੇ ਆ ਕੇ ਕਹਿਤਾ ਵੀ ਦੇਖੋ ਜੀ ਮੈਨੂੰ ਤਾਂ ਘੁਮਾਉਣ ਦੇ ਬਹਾਨੇ ਨਾਲ ਲੱਗੇ ਸੀ, ਆ ਕੇ ਤੈਨੂੰ ਚੰਡੀਗੜ੍ਹ ਘੁਮਾ ਰਹੀ ਹੈ, ਮੈਨੂੰ ਨੀ ਪਤਾ ਵੀ ਉੱਥੇ ਜਾ ਕੇ ਇਹਨਾਂ ਨੇ ਆਹ ਕੁਛ ਕਰਨਾ ਵਾ, ਤੇ ਕਹਿੰਦਾ ਵੀ ਉੱਥੇ ਮੈਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਮੈਨੂੰ ਵੀ ਸਟੇਜ ਚੱਕਰਾ ਕਰ ਲਿਆ ਤੇ ਮੇਰੇ ਵੀ ਗੱਲ ਚ ਸਰੋਪਾ ਪਾਤਾ, ਕਹਿੰਦਾ ਮੇਰਾ ਬੀਜੇਪੀ ਦਾ ਕੋਈ ਸੰਬੰਧ ਨੀ ਗਾ। ਉਹਨੇ ਲਿਖ ਕੇ ਵੀ ਦਿੱਤਾ ਤੇ ਉਹਨੇ ਗੁਰਦੁਆਰੇ ਚ ਮਾਫ਼ੀ ਵੀ ਮੰਗੀ ਕਿਸਾਨਾਂ ਤੋਂ, ਪਰ ਜਿਹੜਾ ਉਹ ਸਰਪੰਚ ਆ ਉਹਦੇ ਨਾਲ ਦੇ ਤਿੰਨ ਪੰਚ ਨੇ ਉਹ ਕਹਿੰਦੇ ਵੀ ਅਸੀਂ ਨੀ ਬਣਦੇ, ਕਹਿੰਦੇ ਸਾਡੀ ਮਰਜ਼ੀ ਅਸੀਂ ਆਜ਼ਾਦ ਆ, ਅਸੀਂ ਬੀਜੇਪੀ ਸ਼ਾਮਿਲ ਹੋਏ ਆ ਤੇ ਰਹਾਂਗੇ। ਹੁਣ ਇਹ ਬੀਜੇਪੀ ਨੇ ਇੱਕ ਨਵਾਂ ਪੈਂਤੜਾ, ਹਾਂ ਇਹ ਬੀਜੇਪੀ ਨੇ ਇੱਕ ਨਵਾਂ ਪੈਂਤੜਾ ਲਿਆ, ਤੇ ਹੁਣ ਉਹਨਾਂ ਨੂੰ ਪਿੰਡਾਂ ਦੇ ਵਿੱਚ ਸਰਗਰਮੀਆਂ ਤਾਂ ਕਰਨ ਨੀ ਦਿੱਤੀਆਂ ਜਾ ਰਹੀਆਂ, ਪਰ ਉਹ ਆਪਣੇ ਏਜੰਟਾਂ ਰਾਹੀਂ ਕਹਿ ਲਓ ਜਾਂ ਆਪਣੇ ਕੁਛ ਐਸੇ ਬੰਦੇ ਜਿਨ੍ਹਾਂ ਨੂੰ ਪੈਸੇ ਦਾ ਲਾਲਚ ਦੇ ਕੇ, ਜੋ ਮੇਰੇ ਕੋਲ ਜਾਣਕਾਰੀ ਆਈ ਹੈ ਤੁਹਾਡਾ ਜੀ, ਉਹ ਇਹ ਆ ਵੀ ਕੁਛ ਲੋਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਉਹਨਾਂ ਨੇ ਪਿੰਡਾਂ ਦੇ ਵਿੱਚ ਇਸ ਕੰਮ ਤੇ ਲਾਤਾ, ਜਿਹਦੇ ਚ ਜ਼ਿਆਦਾਤਰ ਜਿਹੜੇ ਨੇ ਉਹਨਾਂ ਦਾ ਭਾਵੇਂ ਸਿੱਧਾ ਨੌ ਪਦ ਬੀਜੇਪੀ ਨਾਲ ਨਹੀਂ ਜੁੜਿਆ ਹੈ, ਲੇਕਿਨ ਬੀਜੇਪੀ ਦੇ ਆਗੂਆਂ ਨਾਲ ਉਹਨਾਂ ਦੇ ਚੰਗੇ ਸਰੋਕਾਰ ਚੰਗੇ ਸੰਬੰਧ ਨੇ, ਉਹਨਾਂ ਨੂੰ ਕਹਿਤਾ ਵੀ ਯਾਰ ਤੁਸੀਂ ਪਿੰਡਾਂ ਚੋਂ ਬੰਦੇ ਲਿਆਓ, ਜਿਵੇਂ ਮਰਜ਼ੀ ਲਿਆਓ, ਜਿੱਥੋਂ ਮਰਜ਼ੀ ਲਿਆਓ, ਖਰਚੇ ਦੀ ਕੋਈ ਪਰਵਾਹ ਨੀ, ਜੋ ਮਰਜ਼ੀ ਖਰਚਾ ਹੋਵੇ ਖੁੱਲਾ ਖਰਚਾ ਜੋ ਮਰਜ਼ੀ ਕਰੋ, ਬੰਦੇ ਲਿਆਓ ਤੇ ਸੋਪੇ ਪਵਾਓ। ਤੇ ਇੱਥੋਂ ਤੱਕ ਕਈ ਕਿਉਂਕਿ ਵੱਡੀ ਸਮੱਸਿਆ ਇਹ ਆ ਵੀ ਜਿਹੜੇ ਬੀਜੇਪੀ ਦੇ ਪੁਰਾਣੇ ਲੀਡਰ ਨੇ, ਜਿੰਨੀ ਕੁ ਜਾਣਕਾਰੀ ਅੰਦਰੋਂ ਨਿਕਲ ਕੇ ਆ ਰਹੀ ਹੈ, ਮੈਂ ਇਹ ਨੀ ਕਹਿੰਦਾ ਵੀ ਸਾਰੀ ਦੀ ਸਾਰੀ ਜਾਣਕਾਰੀ ਸੱਚ ਹੋਊਗੀ ਜਾਂ ਮਤਲਬ ਮੇਰੇ ਕੋਲ ਇਹਦੀ ਜਾਣਕਾਰੀ ਆ ਵੀ ਮੈਂ ਉਹਦੇ ਤੇ ਮੋਹਰ ਲਾ ਕੇ ਜਾਂ ਮੈਂ ਉਹਨੂੰ ਪੁਖਤਾ ਮੰਨਦਾ, ਪਰ ਜਿਹੜੇ ਸੂਤਰ ਨੇ ਸਾਡੇ ਉਹਨਾਂ ਨੇ ਜੋ ਜਾਣਕਾਰੀ ਦਿੱਤੀ ਆ ਮੈਂ ਉਹਨਾਂ ਤੇ ਭਰੋਸਾ ਕਰ ਸਕਦਾ ਵਾ, ਕਿਉਂਕਿ ਉਹ ਬੰਦੇ ਗਲਤ ਜਾਣਕਾਰੀ ਕਦੇ ਪਾਸ ਨਹੀਂ ਕਰਦੇ ਜਿਹਨਾਂ ਬੰਦਿਆਂ ਤੋਂ ਮੇਰੇ ਕੋਲ ਜਾਣਕਾਰੀਆਂ ਆਈਆਂ, ਬਾਕੀ ਪੱਤਰਕਾਰਾਂ ਕੋਲ ਵੀ ਆਈਆਂ ਨੇ ਜਾਣਕਾਰੀਆਂ, ਪਰ ਪਤਾ ਇਹ ਲੱਗਿਆ ਵੀ ਬੀਜੇਪੀ ਦੇ ਜਿਹੜੇ ਪੁਰਾਣੇ ਕਈ ਲੀਡਰ ਨੇ ਔਰ ਜਿਹੜੇ ਜਿਹਨਾਂ ਨੇ ਤਾਂ ਮਲਾਜੀਆਂ ਖਾਧੀਆਂ ਨੇ, ਜਿਹਨੇ ਮੰਤਰੀ ਦੇ ਉਹਦੇ ਰਹੇ ਨੇ ਸੁਰਜੀਤ ਕੁਮਾਰ ਜੈਣੀ ਵਰਗੇ, ਤੇ ਹਰਜੀਤ ਗਰੇਵਾਲ ਤਾਂ ਇੱਕ ਦਿਨ ਆਪ ਹੀ ਕਹਿ ਬੈਠਾ ਮੀਡੀਆ ਦੇ ਸਾਹਮਣੇ, ਮੈਂ ਉਹਦੀ ਸੁਣੀ, ਕਹਿੰਦਾ ਯਾਰ ਅੱਗੇ ਵੱਧ ਜੁੱਤੀ ਰੱਖਣਾ ਮੇਰੇ ਤੁਸੀਂ ਭਵਾਉਂਦੇ ਹੋ, ਕਹਿੰਦਾ ਪੱਤਰਕਾਰ ਨੂੰ ਕਹਿੰਦਾ ਉਹ ਪੱਤਰਕਾਰ ਨੇ ਦੋ ਦਿਨ ਸਮਾਨ ਪੁੱਛੇ, ਕਹਿੰਦਾ ਯਾਰ ਅੱਧਿਆਂ ਤੋਂ ਵੱਧ ਜੁੱਤੀਆਂ ਤੇ ਗਾਣਾ ਤਾਂ ਮੈਨੂੰ ਕਹਿੰਦਾ ਤੁਸੀਂ ਭਵਾਉਂਦੇ ਹੋ, ਕਹਿੰਦਾ ਮੇਰੇ ਤੋਂ ਕੋਈ ਨਾ ਕੋਈ ਕਹਾ ਲੈਂਦੇ ਹੋ ਤੇ ਕਹਿੰਦਾ ਫਿਰ ਮੇਰੇ ਭਾਰੇ ਹੋ ਜਾਂਦੇ ਨੇ, ਕਹਿੰਦਾ ਪ੍ਰਸਾਦ। ਸੋ ਉਹ ਗੱਲ ਹੈ ਬਈ ਕਈ ਜਿਹੜੇ ਬੀਜੇਪੀ ਦੇ ਕਈ ਪੁਰਾਣੇ ਲੀਡਰ ਨੇ ਜਿਹੜੇ ਹੁਣ ਤੱਕ ਪੰਜਾਬ ਚ ਚੋਣਾਂ ਲੜਦੇ ਰਹੇ ਨੇ ਜਾਂ ਚੋਣਾਂ ਲੜਦੇ ਚਾਹ ਬਣ ਰਹੇ, ਲੋੜੀ ਨੀ ਉਹ ਚੋਣਾਂ ਲੜਦੇ ਹੀ ਰਹੇ, ਹੁਣ ਕਿਉਂਕਿ ਸੀਟਾਂ ਤਾਂ ਉਹਨਾਂ ਨੂੰ 23 ਹੋ ਮਿਲਦੀਆਂ ਸੀਗੀਆਂ, 118 ਦੇ ਵਿੱਚੋਂ 23 ਬੰਦਿਆਂ ਨੂੰ ਚੀਫ ਪੋਲ ਲੜਾਉਣੀ ਸੀ, ਬਾਕੀ ਤਾਂ ਲੈਣੀ ਨੀ ਸੀ। ਸੋ ਇਹ ਜਿਹੜੀਆਂ 23 ਸੀਟਾਂ ਦੇ ਉੱਤੇ ਪੋਲ ਲੜਦੇ ਸੀ, ਉਹਨਾਂ ਤੋਂ ਇਲਾਵਾ ਬਹੁਤ ਸਾਰੇ ਹੋਰ ਹਲਕੇ ਵੀ ਇਹੋ ਜਿਹੇ ਸੀ ਜਿੱਥੇ ਭਾਜਪਾ ਇਹ ਦਾਵਾ ਕਰਦੀ ਸੀ ਵੀ ਇੱਥੇ ਸਾਡਾ ਪ੍ਰਭਾਵ ਜ਼ਿਆਦਾ ਹੈਗਾ ਵਾ, ਇਹ ਸੀਟ ਸਾਡੇ ਹਿੱਸੇ ਆਉਣੀ ਚਾਹੀਦੀ ਹੈ, ਪਰ ਕਿਉਂਕਿ ਅਕਾਲੀ ਦਲ ਵੱਡੇ ਭਾਈਆਂ ਵਾਲੀ ਭੂਮਿਕਾ ਦੇ ਵਿੱਚ ਸੀ ਤੇ ਇਸ ਕਰਕੇ ਉਹ ਕਈ ਸੀਟਾਂ ਉਹਨਾਂ ਨੂੰ ਨਹੀਂ ਸੀ ਛੱਡਦਾ ਤੇ ਉਹਨਾਂ ਦੇ ਉੱਤੇ ਆਪਦਾ ਦਾਵਾ ਜਤਾਉਂਦੇ। ਤੇ ਉਸ ਮਾਮਲੇ ਦੇ ਵਿੱਚ ਕਈ ਜਿਹੜੇ ਬੀਜੇਪੀ ਦੇ ਆਗੂ ਜਿਹੜੇ ਤੁਹਾਨੂੰ ਯਾਦ ਹੋਣਾ ਜਦੋਂ ਨਵਜੋਤ ਸਿੱਧੂ ਬੀਜੇਪੀ ਦੇ ਵਿੱਚ ਹੁੰਦਾ ਸੀ ਤੇ ਉਹ ਅਕਸਰ ਬੀਜੇਪੀ ਦੇ ਹਾਈਕਮਾਂਡ ਨੂੰ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਤੁਸੀਂ ਅਕਾਲੀਆਂ ਤੋਂ ਖੜਾ ਛਡਾਓ, ਬੀਜੇਪੀ ਆਪਣੇ ਤੌਰ ਤੇ ਪੰਜਾਬ ਚ
ਸਰਕਾਰ ਬਣਾਉਣ ਦੇ ਸਮਰੱਥ ਹੈ ਤੇ ਅਸੀਂ ਸਾਰੀਆਂ ਸੀਟਾਂ ਤੇ ਚੋਣ ਲੜ ਸਕਦੇ ਇਹ ਗੱਲ ਇੱਕ ਵਾਰ ਨੀ ਕਈ ਵਾਰ ਕਹੀ ਆ ਹਮੇਸ਼ਾ ਕਹਿੰਦਾ ਸੀ ਉਹ ਤੇ ਬਾਰ ਬਾਰ ਕਹਿੰਦੇ ਸੀ ਵੀ ਆਹ ਬੇਅਦਬੀ ਵਾਲੇ ਮਾਮਲੇ ਚ ਅਕਾਲੀਆਂ ਦੀ ਬਰਾਮੀ ਹੋ ਗਈ ਬਹੁਤ ਜ਼ਿਆਦਾ ਇਸ ਕਰਕੇ ਆਪਾਂ ਇਹਨਾਂ ਕੋਲ ਪਾਸੇ ਹੋਈਏ ਤੇ ਜੇ ਆਪਾਂ ਪਾਸੇ ਹੋ ਕੇ ਕੋਲ ਲੜੀਏ ਤਾਂ ਨਰਿੰਦਰ ਮੋਦੀ ਦੀ ਅਗਵਾਈ ਚ ਆਪਾਂ ਵੀ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਸਮਰੱਥ ਹੈਗੇ ਆ ਇਹ ਦੋਨੇ ਮੀਆਂ ਬੀਬੀ ਕਹਿੰਦੇ ਰਹੇ ਨੇ ਗੱਲ ਇਸ ਕੋਈ ਸ਼ੱਕ ਨਹੀਂ ਹੈ ਤੇ ਇਹਦੀ ਇਸੇ ਤਰਜ ਤੇ ਹੋਰ ਵੀ ਬੀਜੇਪੀ ਦੇ ਬਹੁਤ ਸਾਰੇ ਆਗੂ ਸੀ ਜਿਹੜੇ ਕਹਿੰਦੇ ਸੀ ਵੀ ਆਹ ਸੀਟ ਤੇ ਮੈਨੂੰ ਭੇਟ ਦੇ ਦਿਓ ਤੇ ਮੈਂ ਲੜ ਕੇ ਜਿੱਤ ਕੇ ਵੀ ਦਿਖਾ ਦਿੱਤਾ ਪਰ ਤੁਹਾਡਾ ਜੀ ਹੁਣ ਪਤਾ ਲੱਗਿਆ ਕਿਉਂਕਿ ਜਿਸ ਤਰ੍ਹਾਂ ਹਾਲਾਤ ਪੰਜਾਬ ਹੋਏ ਇਹ ਪਤਾ ਹੈ ਵੀ ਉਹਨਾਂ ਨੇ ਨਾ ਬੀਜੇਪੀ ਵਾਲਿਆਂ ਨੂੰ ਕਿਸਾਨਾਂ ਨੇ ਪੰਜਾਬ ਚ ਚੋਣ ਪ੍ਰਚਾਰ ਕਰਨ ਦੇਣਾ ਨਾ ਉਹਨਾਂ ਨੂੰ ਵੋਟਾਂ ਤਾਂ ਬਹੁਤ ਦੂਰ ਦੀ ਗੱਲ ਹੈ ਜਮਾਨਤ ਪਾਉਣੀ ਸੀ ਦੂਰ ਦੀ ਗੱਲ ਹੈ ਕਈ ਸਮਾਂ ਦੇ ਉੱਤੇ ਕੋਈ ਮਾੜੀਆਂ ਘਟਨਾਵਾਂ ਦੇ ਭਾਵਨਾਵਾਂ ਤੋਂ ਕਰ ਸਕਦੇ ਵੀ ਕਿਤੇ ਉਹਨਾਂ ਦੇ ਨਾਲ ਹੱਥੋਂਪਾਈ ਵੀ ਹੋ ਸਕਦੇ ਲੋਕ ਉਹਨਾਂ ਦੀਆਂ ਗੱਡੀਆਂ ਰਸਤੇ ਪਿੱਛੇ ਨਹੀਂ ਵੇਚਿਆ ਯੂਪੀ ਦੇ ਵਿੱਚ ਵੀ ਈਵਨ ਮੱਧ ਪ੍ਰਦੇਸ਼ ਦੇ ਵਿੱਚ ਵੀ ਬੀਜੇਪੀ ਦੇ ਬਹੁਤ ਸਾਰੇ ਆਗੂ ਨੇ ਈਵਨ ਨਰਿੰਦਰ ਤੋਮਰ ਕੇਂਦਰੀ ਮੰਤਰੀ ਨੇ ਉਹਨਾਂ ਦੀ ਗੱਡੀ ਦੇ ਉੱਤੇ ਵੀ ਕਾਲਕ ਤੇ ਚਿੱਠਾ ਤੇ ਹੋਰ ਸੁੱਟਿਆ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਤੱਕ ਹੋਣ ਦੀ ਪੂਰੀ ਪੂਰੀ ਸੰਭਾਵਨਾ ਕਿਉਂਕਿ ਉੱਥੇ ਤਾਂ ਬੀਜੇਪੀ ਦੀ ਸਰਕਾਰ ਆ ਜੇ ਉੱਥੇ ਇਹ ਜਿਹੜਾ ਕੁਛ ਉਸਰਦਾ ਤੇ ਪੰਜਾਬ ਤੋਂ ਇਸ ਗੱਲ ਤੋਂ ਇਨਕਾਰ ਕੀਤਾ ਹੀ ਨਹੀਂ ਜਾ ਸਕਦਾ ਬਿਲਕੁਲ ਇਸ ਕਰਕੇ ਜੋ ਸਾਡੇ ਕੋਲ ਜਾਣਕਾਰੀ ਆਈ ਆ ਉਹ ਇਹ ਆ ਵੀ ਬੀਜੇਪੀ ਦੇ ਬਹੁਤੇ ਜਿਹੜੇ ਪੁਰਾਣੇ ਸਥਾਪਿਤ ਲੀਡਰਸ਼ਿਪ ਆ ਜਿਹੜੀ ਉਹ ਚੋਣਾਂ ਲੜਨ ਤੋਂ ਕਿਨਾਰਾ ਕਰ ਰਹੀ ਹੈ ਉਹ ਚੋਣਾਂ ਲੜਨ ਨੂੰ ਤਿਆਰ ਨਹੀਂ ਹੈ ਕਈਆਂ ਨੇ ਤਾਂ ਲਿਖੇ ਵੀ ਦਿੱਤਾ ਕਈਆਂ ਨੇ ਅਸਤੀਫੇ ਵੀ ਦਿੱਤੇ ਨੇ ਆਪਾਂ ਨੂੰ ਪਤਾ ਕਦੇ ਸੂਬਾ ਕਾਰਜਕਾਰੀ ਦੇ ਮੈਂਬਰ ਕਈ ਅਹੁਦੇਦਾਰ ਕੋਈ ਸਕੱਤਰ ਜਾਂ ਕੋਈ ਮੀਤ ਪ੍ਰਧਾਨ ਜਾਂ ਹੋਰ ਜਿਹੜਿਆਂ ਦੇ ਵਿੱਚ ਇਹਨਾਂ ਦੇ ਜਨਰਲ ਸਕੱਤਰ ਸੀ ਜਿਲ੍ਹਾ ਪ੍ਰਧਾਨ ਸੀ ਜਾਂ ਕੁਛ ਹੋਰ ਸੀਗੇ ਉਹਨਾਂ ਨੇ ਅਸਤੀਫੇ ਵੀ ਦਿੱਤੇ ਨੇ ਪਿੰਡ ਤੋਂ ਪਰ ਪਤਾ ਇਹ ਲੱਗਿਆ ਵੀ ਹੁਣ ਬੀਜੇਪੀ ਕੁਛ ਐਸੇ ਮੁੱਖਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰ ਰਹੀ ਆ ਜਿਹੜੇ ਕਹਿੰਦੇ ਨੇ ਵੀ ਚਾਹੇ ਕੁਛ ਹੋਵੇ ਜੇ ਪਾਰਟੀ ਸਾਨੂੰ ਚਾਰ ਛਿੱਲੜ ਦੇਵੇ ਅਸੀਂ ਚੋਣ ਵੀ ਲੜ ਲਾਂਗੇ ਤੇ ਜੁੱਤੀਆਂ ਪਹਿਣਗੇ ਅਸੀਂ ਉਹ ਵੀ ਖਾ ਲਾਂਗੇ ਤੇ ਉਹ ਤਿਆਰ ਨੇ ਇਸ ਗੱਲ ਲਈ ਤੇ ਉਦੋਂ ਵੀ ਹਾਂ ਉਹਨਾਂ ਦੀ ਸ਼ਮੂਲੀਅਤ ਹੋ ਰਹੀ ਹੈ ਸਾਡੇ ਇਲਾਕੇ ਚ ਵੀ ਮੈਂ ਨਾ ਲਏ ਬਿਨਾਂ ਤੁਹਾਨੂੰ ਇੱਕ ਗੱਲ ਜਾਣਕਾਰੀ ਦਿੰਦਾ ਨਾ ਨੀ ਮੈਂ ਲੈਂਦਾ ਕਿਉਂਕਿ ਇਹਦੇ ਨਾਲ ਥੋੜੀ ਕਈ ਮੇਰੀ ਗੱਲ ਵਿਗੜ ਜਾਂਦੀ ਹੈ ਇੱਕ ਬੰਦਾ ਪਿਛਲੇ ਕੁਛ ਅਰਸੇ ਤੋਂ ਕਾਂਗਰਸ ਦੇ ਬੱਚੇ ਤੋਂ ਲੋਕ ਸਭਾ ਮੈਂਬਰ ਨੇ ਡਾਕਟਰ ਅਮਰ ਸਿੰਘ ਉਹਨਾਂ ਨੂੰ ਵਾਰ ਵਾਰ ਮੈਸੇਜ ਭੇਜਦਾ ਸੀ ਵੀ ਮੇਰੇ ਮਗਰ ਨਾ 20,000 ਵੋਟ ਆ ਹਲਕੇ ਚ 20,000 ਤੇ ਹਾਂ ਸਾਬਕਾ ਫੌਜੀ ਮੇਰੇ ਨਾਲ ਨੇ ਜਿਹੜੇ NRI ਮੇਰੇ ਬਹੁਤ ਪ੍ਰਭਾਵਿਤ ਨੇ ਇਸ ਤਰ੍ਹਾਂ ਦੀਆਂ ਗੁਣਾ ਘਟਾਓ ਕਰਕੇ ਦੱਸਦਾ ਸੀ ਵੀ ਹਰੇਕ ਪਿੰਡ ਚ ਮੇਰੇ ਨਾਲ 200 ਤੋਂ ਲੈ ਕੇ 400 ਵੋਟ ਹੈਗੀ ਆ ਉਹ ਇਹ ਦਾਵਾ ਕਰਦਾ ਸੀ ਤੇ ਇਸ ਕਰਕੇ 20,000 ਵੋਟ ਮੇਰੇ ਕੋਲ ਹੈਗੀ ਆ ਤੇ ਜੇ ਤੁਸੀਂ ਮੈਨੂੰ ਕੌਣ ਨੇ ਕਰੋਗੇ ਤਾਂ ਤੁਹਾਨੂੰ 20,000 ਵੋਟ ਦਾ ਨੁਕਸਾਨ ਹੋਊਗਾ ਚਲੋ ਕਾਂਗਰਸ ਪਾਰਟੀ ਨੇ ਉਹਨੂੰ ਬਹੁਤਾ ਮੂੰਹ ਨਹੀਂ ਲਾਇਆ ਉਹ ਹਟ ਗੱਲ ਆ ਤੇ ਕਿਉਂਕਿ ਉੱਥੇ ਪੰਚਾਇਤ ਕਾਂਗਰਸ ਪਾਰਟੀ ਦੀ ਸੀ ਉਹ ਪਿੰਡ ਦੀ ਪੰਚਾਇਤ ਨੇ ਕਹਿਤਾ ਵੀ ਨਹੀਂ ਭਾਈ ਇਹ ਬੰਦਾ ਪਿੱਟ ਨਹੀਂ ਹੈ ਪਰ ਹੁਣੇ ਪਤਾ ਲੱਗਿਆ ਵੀ ਆਹ 7 ਤਰੀਕ ਨੂੰ ਉਹ ਵੀ ਜਾ ਕੇ ਬੀਜੇਪੀ ਚ ਸ਼ਾਮਲ ਹੋ ਗਿਆ ਤੇ ਹੁਣ ਰੈਕੋਟ ਹਲਕੇ ਤੋਂ ਇਹ ਵੀ ਪਤਾ ਲੱਗਿਆ ਵੀ ਉਹ MLA ਦੀ ਚੋਣ ਲੜਨ ਲਈ ਹੁਣ ਤੋਂ ਉਹਨੇ ਤਿਆਰੀ ਸ਼ੁਰੂ ਕਰਤੀ ਹੈ ਅੱਛਾ ਭਾਵੇਂ ਅਜੇ ਝੰਡਾ ਲਾ ਕੇ ਗੱਡੀ ਨੂੰ ਝੰਡਾ ਬੰਨ ਕੇ ਪਿੰਡਾਂ ਚ ਨੀ ਨਿਕਲਿਆ ਪਰ ਸੂਤਰਾਂ ਦੀ ਜਾਣਕਾਰੀ ਇਹ ਆ ਵੀ ਉਹ ਰੈਕੋਟ ਹਲਕੇ ਤੋਂ ਭਾਜਪਾ ਨੂੰ ਕੈਂਡੀਡੇਟ ਮਿਲ ਗਿਆ ਵਾ ਉਹਨਾਂ ਦਾ ਵਿਧਾਨ ਸਭਾ ਲਈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸੂਚਨਾਵਾਂ ਆ ਰਹੀਆਂ ਨੇ ਤੁਹਾਡਾ ਜੀ ਉਹਦੇ ਨਾਲ ਤੇ ਇੱਕ ਹੋਰ ਪਿੰਡ ਦਾ ਉੱਥੇ ਹੀ ਮਹਿਲ ਕਲਾਂ ਦੇ ਲਾਗੇ ਉਹ ਸਰਪੰਚ ਵੀ ਗਿਆ ਸੀਗਾ ਭਾਜਪਾ ਸ਼ਾਮਲ ਹੋ ਕੇ ਉਹਨੇ ਵੀ ਆ ਕੇ ਲਿਖਤੀ ਮਾਫ਼ੀ ਵੀ ਮੰਗ ਲਈ ਹੈ ਪਿੰਡ ਦੇ ਗੁਰਦੁਆਰੇ ਦੇ ਵਿੱਚ ਅਰਦਾਸ ਕਰਕੇ ਮੱਥਾ ਟੇਕ ਕੇ ਗਲਤੀ ਮੰਗੀ ਹੈ ਪਿੰਡ ਦੇ ਲੋਕਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗੀ ਹੈ ਲਿਖਤੀ ਵੀ ਦਿੱਤਾ ਵੀ ਮੇਰੀ ਗਲਤੀ ਸੀ ਮੇਰਾ ਭਾਜਪਾ ਨਾਲ ਕੋਈ ਸੰਬੰਧ ਨਹੀਂ ਹੈ ਉਹਨੇ ਵੀ ਇਹੀ ਗੱਲ ਕਹੀ ਹੈ ਵੀ ਮੈਨੂੰ ਕੁਛ ਬੰਦੇ ਗੁਮਰਾਹ ਕਰਕੇ ਲੈ ਗਏ ਕਹਿ ਕੇ ਤਾਂ ਇਹ ਗਏ ਸੀ ਵੀ ਆਪਾਂ ਚੱਲ ਘੁੰਮ ਫਿਰ ਕੇ ਆਉਂਦੇ ਹਾਂ ਤੇ ਉੱਥੇ ਜਾ ਕੇ ਮੇਰੇ ਨਾਲ ਆ ਕੁਛ ਕਰਤਾ ਤੇ ਇਹ ਰਿਵਾਜ ਹੁਣ ਕਾਫੀ ਜ਼ਿਆਦਾ ਚੱਲਿਆ ਹੋਇਆ ਸੋ ਇਹਦੇ ਉੱਤੇ ਆਉਣ ਵਾਲੇ ਦਿਨਾਂ ਚ ਵੀ ਇਹੋ ਜਿਹੀਆਂ ਜਿਹੜੀਆਂ ਨੇ ਜਿਵੇਂ ਜਿਹੜਾ ਉਹ ਹਰਿੰਦਰ ਕਾਹਲੋਂ ਆ ਉਹ ਹੁਣ ਇਸ ਉਮਰ ਚ ਭਾਜਪਾ ਚ ਸ਼ਾਮਲ ਕਿਹੜੇ ਨਾਮ ਚ ਹੋ ਗਿਆ ਕਿਉਂ ਹੋ ਗਿਆ ਜਿਹੜਾ ਪੰਗਾ ਨੂੰ ਹੋਰ ਪੈ ਗਿਆ ਗੱਲ ਮਤਲਬ ਉਹਨੂੰ ਜਿਹੜਾ ਸਭ ਤੋਂ ਸਿਆਪਾ ਛੱਡ ਗਿਆ ਉਹ ਬੰਦਾ ਹੈਗਾ ਉਮਰ ਦਾ ਕਾਫੀ ਹੁਣ ਤੁਸੀਂ ਦੱਸੇ ਰਹੇ ਹੋ ਕਾਫੀ ਉਮਰ ਹੈ ਹਨੇਰੇ ਸਵੇਰੇ ਗੱਡੀ ਚਲਾਉਣੀ ਉਹਨੂੰ ਔਖੀ ਲੱਗਦੀ ਹੈ
ਓਹਨੂ ਡਰਾਈਵਰ ਵੀ ਨੀ ਕੋਈ ਮਿਲਦਾ, ਕੋਈ ਹਾਂ ਨੀ ਕਰਦਾ ਵੀ ਓਹਦੀ ਗੱਡੀ ਚਲਾਉਣ ਨੂੰ, ਕਹਿੰਦਾ ਮੈਂ ਨੀ ਤੇਰੀ ਗੱਡੀ ਚਲਾਉਣੀ, ਜਿੱਥੇ ਜਾਣਾ ਆਪ ਜਾਇਆ ਕਰ, ਤੂੰ ਮਰੇਗਾ ਮੈਨੂੰ ਨਾ ਮਰਾਏਗਾ, ਸਿਆਪਾ ਨੂੰ ਇਹ ਪੈ ਗਿਆ ਹੁਣ। ਬਿਲਕੁਲ ਇਹ ਡਰ ਹੈਗਾ ਕਿਉਂਕਿ ਆਪਾਂ ਦੇਖਿਆ ਤੁਹਾਡਾ ਜੀ, ਹੁਣ ਤੁਸੀਂ ਅੰਦਾਜ਼ਾ ਲਾਓ ਬਈ ਜਦੋਂ ਤੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ਦੇ ਵਿੱਚ ਗੱਲਬਾਤ ਕਰਨ ਲਈ ਨਰਿੰਦਰ ਤੋਮਰ, ਪਿਊਸ਼ ਗੋਇਲ ਤੇ ਹੋਰ ਜਿਹੜੇ ਪੰਜਾਬ ਦੇ ਵਿੱਚੋਂ ਸੁਰਜੀਤ ਜਿਆਣੀ ਤੇ ਇਹ ਲੋਕ ਜਿਹੜੇ ਸੀ ਜਿਹੜੇ ਵਿਚੋਲਗੀਆਂ ਕਰਦੇ ਫਿਰਦੇ ਸੀ, ਇਹਨਾਂ ਨੂੰ ਵਿਸ਼ੇਸ਼ ਸੁਰੱਖਿਆ ਦਿੱਤੀ ਗਈ ਹੈ ਕੇਂਦਰ ਵੱਲੋਂ, ਕੇਂਦਰੀ ਏਜੰਸੀਆਂ ਵੱਲੋਂ, ਕਿਉਂਕਿ ਇਹ ਕਹਿ ਕੇ ਵੀ ਇਹਨਾਂ ਦੀ ਜਾਨ ਨੂੰ ਪਤਾ ਇਹਨਾਂ ਉੱਤੇ ਕਿਤੇ ਹਮਲਾ ਹੋ ਸਕਦਾ, ਤੇ ਕੇਂਦਰੀ ਮੰਤਰੀ ਤਾਂ ਕੀ ਇਹੋ ਜਿਹਾ ਹੋਊਗਾ ਜਿਹਦੇ ਨਾਲ ਭਾਰੀ ਸੁਰੱਖਿਆ ਨਾ ਹੋਵੇ, ਤੇ ਤੋਮਰ ਪਿਊਸ਼ ਗੋਇਲ ਵਰਤਿਆ ਪਰ ਆਪਾਂ ਇੰਨੀ ਤਾਂ ਇੰਨੀ ਕੋਈ ਸੁਰੱਖਿਆ ਹੈਗੀ ਹੈਗੀ ਆ, ਤੇ ਫਿਰ ਉਹ ਜਿਹੜੇ ਇਲਾਕੇ ਚ ਜਾਂਦੇ ਨੇ ਉੱਥੋਂ ਦੀ ਪੁਲਿਸ ਵੀ ਉਹਨਾਂ ਦੀ ਸੁਰੱਖਿਆ ਲਈ ਤਾਇਨਾਤ ਹੁੰਦੀ ਆ, ਜਿਹੜੀ ਉਹਨਾਂ ਨੂੰ ਕੇਂਦਰੀ ਏਜੰਸੀ ਤੋਂ ਮਿਲੀ ਹੋਈ ਸੁਰੱਖਿਆ ਤਾਂ ਹੈਗੀ ਹੈਗੀ ਆ, ਲੇਕਿਨ ਜਿਸ ਇਲਾਕੇ ਚ ਉਹਨਾਂ ਨੇ ਜਾਣਾ ਹੁੰਦਾ ਉਹਦੀ ਸੂਚਨਾ ਉੱਥੋਂ ਦੇ SSP ਨੂੰ DC ਨੂੰ ਕਹਿਣਾ ਜਾਂਦੀ ਆ ਵੀ ਆਹ ਮੰਤਰੀ ਤੁਹਾਡੇ ਇਲਾਕੇ ਚ ਉਹਨਾਂ ਨੇ ਅੱਜ ਜਾਣਾ ਦੌਰਾ ਕਰਨਾ ਜਾਂ ਮਿਲਣਾ ਜਾਂ ਕੋਈ ਕੁਛ ਕਰਨਾ ਜਾਂ ਉਹਨਾਂ ਨੇ ਰਾਤ ਇਕੱਠੇ ਨੂੰ ਉੱਥੇ ਉਹਦੇ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾਂਦੇ। ਇੰਨੇ ਪ੍ਰਬੰਧਾਂ ਦੇ ਬਾਵਜੂਦ ਮੱਧ ਪ੍ਰਦੇਸ਼ ਦੇ ਵਿੱਚ BJP ਦੀ ਸਰਕਾਰ ਹੋਣ ਦੇ ਬਾਵਜੂਦ ਲੋਕਾਂ ਨੇ ਤਿੱਖਾ ਵਿਰੋਧ ਕੀਤਾ ਨਰਿੰਦਰ ਤੋਮਰ ਦਾ, ਔਰ ਉਹਦੇ ਉੱਤੇ ਉਹਦੀ ਗੱਡੀ ਦੇ ਉੱਤੇ ਕਾਰ ਸਿੱਟੀ ਤੇ ਹੋਰ ਆਪਾਂ ਸਾਰਾ ਕੁਝ ਦੇਖਿਆ ਹੋਇਆ ਨਜ਼ਾਰਾ। ਸੋ ਇਸ ਕਰਕੇ ਪੰਜਾਬ ਚ ਇਹ ਗੱਲ ਤੋਂ ਕਿਵੇਂ ਬਚਿਆ ਜਾ ਸਕਦਾ, ਔਰ ਨਰਿੰਦਰ ਕਾਹਲੋਂ ਦੀ ਗੱਡੀ ਕੌਣ ਚਲਾਉਣ ਦਾ ਰਸਤਾ ਲੈ ਸਕਦਾ, ਇਸ ਕਰਕੇ ਪੈਦਲ ਹੁਣ ਇਸ ਬੁੱਢੇ ਉਮਰੇ ਗੱਡੀ ਖੁਦ ਹੀ ਚਲਾਉਣੀ ਪੈਣੀ ਹੈ। ਉਧਰ ਚਲੋ ਗਿੱਲ ਸਾਹਿਬ ਟਾਈਮ ਵੀ ਖਾਸਾ ਲਈ ਜਾਂਦੇ ਆਪਾਂ, ਆ ਸੁਖਬੀਰ ਬਾਦਲ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਿੰਨੀ ਕੁ ਸੱਚਾਈ ਆ ਉਹਦੇ, ਚਾਹੇ ਥੋੜੀ ਜਿਹੀ ਪੁਰਾਣੀ ਉਹ ਲੱਗਦੀ ਹੈ ਪਰ ਸੁਖਬੀਰ ਸਿੰਘ ਬਾਦਲ ਘਿਰਦੇ ਨਜ਼ਰ ਆ ਰਹੇ ਨੇ। ਕਹਿੰਦੇ ਜੀ ਉਹ ਇੱਕ ਦਾਨੀ ਪੱਤਰਕਾਰ ਨੇ ਜਿਨ੍ਹਾਂ ਦੇ ਨਾਲ ਇੰਟਰਵਿਊ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਠੀਕ ਹੈ ਉਹ ਇੱਕ ਪਾਰਟ ਆ ਕੱਟਿਆ ਹੋਇਆ, ਉਹ ਕਿਸ ਸੰਦਰਭ ਕਹਿ ਰਹੇ ਨੇ ਇਹਦੇ ਬਾਰੇ ਉਹ ਪੂਰੀ ਵੀਡੀਓ ਸੁਣ ਕੇ ਪਤਾ ਲੱਗ ਸਕਦਾ, ਪਰ ਬੜਾ ਸਾਫ ਸਾਫ ਉਹਨਾਂ ਦਾ ਇਸ਼ਾਰਾ ਵੀ ਕਿੱਧਰ ਜੇ ਇੱਥੇ ਸੁਰੱਖਿਆ ਬਲਾਂ ਨੂੰ ਲਾ ਕੇ DSF CRP ਲਾ ਕੇ ਕਹਿੰਦਾ ਕਲਾਸ ਦੇ ਅੱਡ ਕੁੱਟੇ ਜਾਣ ਤੇ ਫਿਰ ਇਹਨਾਂ ਨੂੰ ਦਵਾਇਆ ਜਾ ਸਕਦਾ, ਨਹੀਂ ਤਾਂ ਕਹਿੰਦਾ ਇਹ ਬਿਮਾਰੀ ਜਿਹੜੀ ਆ ਕਿਸਾਨ ਅੰਦੋਲਨ ਵਾਲੀ ਸਾਰੇ ਦੇਸ਼ ਚ ਫੈਲੂਗੀ। ਇਹ ਤਾਂ ਇਹ ਵੀਡੀਓ ਪੁਰਾਣੀ ਆ। ਅੱਛਾ ਹੁਣ ਇਹ ਵੀ ਹੋ ਸਕਦਾ ਵੀ ਉਸ ਵੇਲੇ ਭਾਜਪਾ ਦਾ ਉਹਨੂੰ ਮਾਪਾ ਇਹਨਾਂ ਨੂੰ ਨਾ ਸੌਂਦਿਆ ਹੋਵੇ, ਇਹ ਉਸ ਵੇਲੇ ਦੀ ਵੀ ਹੋ ਸਕਦੀ, ਪਰ ਹੁਣ ਦੇਖਣਾ ਪਊਗਾ ਉਹ ਜਿਹੜੀ ਪੁਰਾਣੀ ਵੀਡੀਓ ਆ ਕੋਸ਼ਿਸ਼ ਕਰਾਂਗੇ ਕੁਛ ਉਹ ਵੀਡੀਓ ਜਿਹੜੀ ਆ ਪੂਰੀ ਮੁਕੰਮਲ ਵੀਡੀਓ ਪਾਉਣ ਲਈ ਜਾਵੇ ਤੇ ਇਹ ਪਤਾ ਲਾ ਲਈਏ ਵੀ ਕਿਹੜੇ ਗੱਲ ਇੱਥੇ ਇਹ ਨੀ ਵੀਡੀਓ ਕਿੰਨੀ ਪੁਰਾਣੀ ਹੈ ਜਾਂ ਕਿੱਦਾਂ ਦੀ ਹੈ। ਗੱਲ ਤਾਂ ਇਹ ਵੀ ਨੀਤ ਕਹੀ ਜੀ ਆ ਸੁਖਬੀਰ ਬਾਦਲ ਦੀ ਜਾਂ ਅਕਾਲੀ ਦਲ ਦੀ ਸੋਚ ਜਿਹੜੀ ਹੈ ਇੱਥੇ ਨੀਤ ਤੋਂ ਪਤਾ ਲੱਗਦਾ ਵੀਡੀਓ ਦੇ ਵਿੱਚ। ਤੁਹਾਡਾ ਜੀ ਨੀਤ ਤਾਂ ਸਾਰਿਆਂ ਦੀ ਇਹੋ ਜੀ ਹੈ। ਬੀਬੀ ਹਰਸਿਮਰਤ ਬਾਦਲ ਜਿਹੜੀ ਕੱਲ ਤੱਕ ਕਹਿੰਦੀ ਸੀਗੀ ਇਹ ਤਾਂ ਜਿਹੜੇ ਵਿਰੋਧ ਕਰਦੇ ਨੇ ਨਕਸਲਵਾੜੀ ਨੇ ਇਹ ਤਾਂ ਖੱਬੇ ਪੱਖ ਨੇ ਕਾਂਗਰਸ ਨੇ ਖਾਲਿਸਤਾਨੀ ਵੀ ਰਲੇ ਹੋਏ ਨੇ ਬੜਾ ਕੁਛ ਉਦੋਂ ਕਹਿੰਦੀ ਸੀ। ਇਹ ਵੀ ਕਹਿੰਦੀ ਸੀ ਵੀ ਇਹ ਕਾਨੂੰਨ ਬਹੁਤ ਚੰਗੇ ਨੇ, ਮੋਦੀ ਜੀ ਨੇ ਤਾਂ ਪੰਜਾਬ ਦੇ ਕਿਸਾਨਾਂ ਦਾ ਬਹੁਤ ਭਲਾ ਕਰਤਾ ਇਹ ਕਾਨੂੰਨ ਲਿਆ ਕੇ ਔਰ ਇਹ ਬਹੁਤ ਪਹਿਲਾਂ ਲਿਆਉਣੇ ਚਾਹੀਦੇ ਕਿਸੇ ਦੇ ਗੱਲਾਂ ਉਹਨੇ ਕਹੀਆਂ ਨੇ, ਪਰ ਹੁਣ ਉਹ ਇਹ ਵੀ ਕਹਿੰਦੀ ਆ ਬਈ ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹ ਭਾਜਪਾ ਦਾ ਜਿਹੜਾ ਸਿਪਾਹੀ ਆ ਕਾਂਗਰਸ ਦੇ ਵਿੱਚ ਜਨਰਲ ਆ ਸਿਪਾ ਸਲਾਰ ਇੱਥੋਂ ਉਹ ਕਹਿੰਦੀ ਉਹ ਤਾਂ ਇੱਥੋਂ ਤੱਕ ਕਹਿਣ ਲਈ ਚਲੀ ਗਈ ਆ ਵੀ ਜਦੋਂ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਦੀ ਗੱਡੀ ਨੂੰ ਖਤਰਾ ਪੈਦਾ ਹੋਇਆ ਕਾਂਗਰਸ ਦੇ ਅੰਦਰ ਬਗਾਵਤ ਦੀਆਂ ਸੁਰਾਂ ਉੱਕੀਆਂ ਤਾਂ ਇਸੇ ਕੈਪਟਨ ਨੇ ਨਰਿੰਦਰ ਮੋਦੀ ਨੂੰ ਕਹਿ ਕੇ ਜਾਂ ਨਰਿੰਦਰ ਮੋਦੀ ਨਾਲ ਆਪਣੀ ਯਾਰੀ ਦਾ ਲਾਹਾ ਕੱਟਦਿਆਂ ਕੇਂਦਰੀ ਏਜੰਸੀਆਂ ਤੋਂ ਉਹਨਾਂ MLA ਨੂੰ ਭੂਰਕਪ ਕਰਵਾਈ ਆ ਵੀ ਤੁਹਾਡੇ ਖਿਲਾਫ਼ ਜਾਂਚ ਸ਼ੁਰੂ ਕਰਾਂਗੇ ਜਾਂ ਤੁਹਾਡੇ ਤੇ ਛਾਪੇਮਾਰੀ ਹੋਊਗੀ ਤਾਂ ਕਿ ਉਹ ਇਹਦੇ ਨਾਲ ਖੜੇ ਰਹਿਣ। ਤੇ ਉਹ ਕਹਿੰਦੀ ਵੀ ਇਹ ਤਾਂ ਹੁਣ BJP ਨੂੰ ਉਸ ਵੇਲੇ ਦਾ ਮੁੱਲ ਮੋੜ ਰਿਹਾ ਜਿਹੜਾ ਤੇ ਨਾਲ ਉਹਨੇ ਇੱਥੋਂ ਤੱਕ ਵੀ ਕਹਿਤਾ ਵੀ ਚੋਣਾਂ ਵੇਲੇ ਤੱਕ ਇਹ ਨੀ ਪਤਾ ਹਜੇ ਅੰਦਾਜ਼ੇ ਲਾਏ ਜਾ ਰਹੇ ਨੇ ਵੀ ਇਹ ਕਿਹੜੀ ਪਾਰਟੀ ਦੀ ਟਿਕਟ ਤੇ ਚੋਣ ਲੜੂਗਾ ਜਾਂ ਆਪਦੀ ਵੱਖਰੀ ਪਾਰਟੀ ਉਹ ਬਣਾ ਲੂਗਾ। ਤੇ ਬੜਾ ਕੁਛ ਹੋ ਰਿਹਾ ਗੱਲ ਸਾਹਿਬ ਨਾਲ ਦੀ ਨਾਲ ਹੀ ਨੈਸ਼ਨਲ ਮੀਡੀਆ ਦੇ ਵਿੱਚ ਇੱਥੇ ਅਮਰੀਕਾ ਦੇ ਇੰਟਰਨੈਟ ਦੇ ਉੱਤੇ ਕਈ ਖ਼ਬਰਾਂ ਅਜਿਹੀਆਂ ਵੀ ਆ ਰਹੀਆਂ ਨੇ ਤਾਜ਼ੀ ਉਥਲ ਪੁਥਲ ਹੋਈ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਨੇ ਆਪਣੀਆਂ ਫੌਜਾਂ ਉੱਥੋਂ ਬਾਹਰ ਕੱਢ ਲਈਆਂ ਉਹਦੇ ਮਗਰੋਂ ਕੀ ਹਾਲਾਤ ਹੋਏ ਆਪਾਂ ਸਾਰਿਆਂ ਨੂੰ ਪਤਾ ਹੈ।
नवी सरकार अजे बन जा रही सी, तालिबाना दा काफी ओहदे ते अधिकार खेतर सी, पर हुण इह पता लग्या सरकार जिहड़ी आ टुटण किनारे आ चुकी, आलरेडी टुटे चुकी है, उत्थे भी हालात जिहड़े ने खराब होण दे आसार जिहड़े ने नजर आ रहे ने। हंकानी जिहड़ा नैटवर्क हैगा उहनां दे कोल सिस्टम कंट्रोल दे विच चला गया, देखदे आं जी आउण वाले समें च की हुंदा है। इहदे बारे गल्लां जिहड़ियां दो तीन दिन दे विच बाहर जिहड़ियां ने ਉਹ ਆ ਜਾਣੀਆਂ ਨੇ। ਗਿੱਲ ਸਾਹਿਬ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਮਗਰੋਂ ਫਿਰ ਅਗਲੇ ਮੁੱਦੇ ਵੱਲ ਚੱਲਦੇ ਹਾਂ ਜੀ। ਜੀ ਉਹ ਕਾਲੇ ਕੀ ਕਰਦਾ ਕੱਲ ਨੂੰ ਬੱਚਿਆਂ ਨੂੰ ਘੁਮਾ ਲਈਏ ਬਈ, ਉਹੀ ਟਰੱਕ ਦੀ ਰਿਪੇਅਰ ਜਿੰਨੇ ਕਮਾਉਣੇ ਆ ਓਨੇ ਹੀ ਲੱਗ ਜਾਂਦੇ ਆ। ਉਹ ਬਾਹਲੇ ਚੱਕਰਾਂ ਚ ਪਿਆ ਫਿਰਦਾ, ਤੂੰ ਪਿਛਲੇ ਹਫਤੇ ਵੀ ਸਰਵਿਸ ਕਰਾਈ ਜਾਂਦਾ ਸੀ। ਜਿੰਨੇ ਗੇੜੇ ਓਨੀ ਵਾਰ ਰਿਪੇਅਰ, ਮੈਨੂੰ ਤਾਂ ਕੁਛ ਵੀ ਸਮਝ ਨਹੀਂ ਲੱਗਦੀ। ਮੇਰੀ ਮਨ ਤੂੰ ਅਕਾਲ ਟਰੱਕ ਐਂਡ ਟ੍ਰੇਲਰ ਵਾਲੇ ਕੋਲ ਜਾ, ਨਾਲੇ ਰੇਟ ਵਾਜਬ ਲਾਉਂਦੇ ਨੇ, ਨਾਲੇ ਤਸੱਲੀ ਬਖਸ਼ ਕੰਮ ਕਰਦੇ ਨੇ, ਤੈਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨੀ ਪੈਣੀ। ਫੇਰ ਤਾਂ ਬਈ ਮੈਂ ਹੁਣ ਹੀ ਜਾਣਾ ਹੈ ਤੇ ਮੇਰਾ ਵੀ ਕੱਲ ਦਾ ਪੱਕਾ ਰੱਖ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲੱਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ, ਔਰ ਹਾਂ ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-469-2000 ਜਾਂ ਫਿਰ ਕਾਲ ਕਰੋ 204-770-0460। 82 ਰੀਨਲ ਡਰਾਈਵ ਵਿਨੀਪੈਗ ਮਿਨੀਟੋਬਾ, ਜੋ ਕਿ ਹੈ ਰੂਟ ਨੰਬਰ 90 ਤੇ ਫਾਰਮਰ ਦੇ ਬਿਲਕੁਲ ਕਾਰਨਰ ਤੇ। ਇੱਥੇ ਟਰੱਕ ਵਾਸ਼ਿੰਗ ਤੇ ਪਾਰਕਿੰਗ ਸਪੋਟ ਵੀ ਅਵੇਲੇਬਲ ਹੈ। ਰੇਡੀਓ ਚੈਨ ਪਰਦੇਸੀ ਦਾ ਨਾਂ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ। ਬਈ ਟਰੱਕ ਵੀ ਨਵਾਂ ਲੈ ਲਿਆ, ਕੰਮ ਵੀ ਬਹੁਤ ਹੈ, ਸਾਰਾ ਦਿਨ ਬਿਜ਼ੀ ਵੀ ਰਹੀਦਾ ਹੈ, ਪਰ ਫੇਰ ਵੀ ਬਚਦਾ ਕੁਛ ਨਹੀਂ, ਉੱਤੋਂ ਕੰਪਨੀ ਚੰਗੀ ਨਹੀਂ ਮਿਲਦੀ। ਬਾਈ ਦੁਖੀ ਹੋਣ ਵਾਲੀ ਕੋਈ ਗੱਲ ਨਹੀਂ, ਲੱਗਦਾ ਤੂੰ ਹੰਟਰ ਐਕਸਪ੍ਰੈਸ ਵਾਲਿਆਂ ਬਾਰੇ ਨਹੀਂ ਸੁਣਿਆ। ਹੰਟਰ ਐਕਸਪ੍ਰੈਸ ਵਾਲਿਆਂ ਨੂੰ ਲੋੜ ਹੈ ਡਰਾਈਵਰਸ ਦੀ, ਓਨਰ ਆਪਰੇਟਰ ਲੋਕਲ ਤੇ ਡੈਡੀਕੇਟਿਡ ਰਨਸ ਲਈ, ਮਿਸ਼ੀਗਨ ਤੋਂ ਲਾਰਾਇਡੋ ਟੈਕਸਸ ਲਈ, ਚੰਗੀ ਤਨਖਾਹ, ਵੀਕਲੀ ਹੋਮ ਟਾਈਮ, ਹੈਲਥ ਬੈਨੀਫਿਟਸ, ਵੀਕਲੀ ਪੇ, ਨਵੇਂ ਟਰੱਕ 2019 ਤੇ 21 ਮਾਡਲ। ਅੱਜ ਹੀ ਹੈਲਰੀ ਹੁਣਾਂ ਨੂੰ ਕਾਲ ਕਰੋ 313-307-4185 ਜਾਂ ਫਿਰ ਅਸਦ ਭੱਟ ਜੀ ਨੂੰ 313-694-0831। ਸੋ ਯਾਦ ਰੱਖੋ ਹੰਟਰ ਐਕਸਪ੍ਰੈਸ। ਗੱਲ ਸਾਹਿਬ ਆਪਾਂ ਕੱਲ ਗੱਲ ਕਰ ਰਹੇ ਸੀ, ਭਾਰਤ ਡਾਟਾ ਬਲੈਕ ਹੋਲ ਵੱਲ ਵੱਧ ਰਿਹਾ। ਆਪਾਂ ਕਿਉਂ ਤੁਸੀਂ ਕਿਹਾ ਸੀ ਕਿ ਇਸਦੇ ਲਈ ਸਮਾਂ ਜ਼ਰੂਰ ਜ਼ਿਆਦਾ ਚਾਹੀਦਾ, ਬਿਲਕੁਲ ਇਹ ਗੱਲ ਬਹੁਤ ਵੱਡੀ ਹੈ, ਆਪਣੇ ਆਪ ਦੇ ਵਿੱਚ ਬੜੇ ਹੈਮਾਨੇ ਰੱਖਦੀ ਹੈ। ਕੀ ਹੈ ਇਹਦਾ ਅਸਲੀ ਵਿੱਚੋਂ ਮੁੱਦਾ, ਇਹ ਕੀ ਹੈ? ਜਿੱਥੇ ਜਾ ਕੇ ਸਭ ਕੁਝ ਖਤਮ ਹੋ ਜਾਂਦਾ, ਪੈਸੇ ਜਾ ਕੇ ਪੂਰੀ ਤਰ੍ਹਾਂ ਹਨੇਰਾ ਛਾ ਜਾਂਦਾ, ਬਿਲਕੁਲ ਖਾਤਮੇ ਦੀ ਨਿਸ਼ਾਨੀ ਹੈ। ਡਾਟਾ ਬਲੈਕ ਹੋਲ ਵੱਲ ਵੱਧ ਰਿਹਾ ਤਾਂ ਇਹ ਬਹੁਤ ਖਤਰਨਾਕ ਮੋੜ ਆ ਦੇਸ਼ ਦੇ ਲਈ, ਤੇ ਇਹਨੂੰ ਸਮਝਣ ਦੀ ਤੇ ਇਹਦੇ ਪਿੱਛੇ ਜਿਹੜੀ ਸਰਕਾਰ ਦੀ ਮਨਸ਼ਾ ਉਹਨੂੰ ਸਮਝਣ ਦੀ ਜ਼ਿਆਦਾ ਲੋੜ ਆ। ਥੋੜਾ ਜੀ ਇੱਕ ਗੱਲ ਆਪਾਂ ਜਾਣਦੇ ਹਾਂ, ਆਪਾਂ ਘਰੇ ਵੀ ਕੋਈ ਪ੍ਰੋਗਰਾਮ ਕਰਨਾ ਹੋਵੇ, ਕੋਈ ਵਿਆਹ ਸ਼ਾਦੀ ਕਰਨੀ ਹੋਵੇ, ਕੋਈ ਕੋਈ ਫੰਕਸ਼ਨ ਕਰਨਾ ਹੋਵੇ, ਜਾਂ ਆਪਾਂ ਘਰ ਬਣਾਉਣਾ ਹੋਵੇ, ਕੋਈ ਕੁਛ ਵੀ ਕੰਮ ਕਰਨਾ ਹੋਵੇ, ਤਾਂ ਸਭ ਤੋਂ ਪਹਿਲਾਂ ਆਪਾਂ ਉਹਦੇ ਬਾਰੇ ਅੰਕੜ ਕਿੱਥੇ ਕਰਦੇ ਹਾਂ। ਮਤਲਬ ਤੁਸੀਂ ਘਰ ਬਣਾਉਣਾ ਤਾਂ ਪਹਿਲਾਂ ਤੁਸੀਂ ਸੋਚੋ ਕਿੰਨੀ ਕਿਸ਼ਤ ਲੱਗੂਗੀ, ਕਿੰਨਾ ਸੀਮਿੰਟ ਲੱਗੂਗਾ, ਮਿਸਤਰੀ ਦਾ ਖਰਚਾ ਕਿੰਨਾ ਹੋਊਗਾ, ਰਾ ਮਟੀਰੀਅਲ ਤੇ ਕੀ ਲੱਗੂਗਾ, ਤੇ ਉਦੋਂ ਬਾਅਦ ਫਿਰ ਅਸੀਂ ਆਪਣਾ ਬਜਟ ਦੇਖਦੇ ਹਾਂ, ਉਹਦੇ ਮੁਤਾਬਕ ਫਿਰ ਅਸੀਂ ਦੇਖਦੇ ਹਾਂ ਵੀ ਕਿੱਦਾਂ ਕੁ ਵੱਡਾ ਘਰ ਬਣਾਇਆ ਜਾ ਸਕਦਾ ਜਾਂ ਕਿੰਨਾ ਛੋਟਾ ਬਣਾਇਆ ਜਾ ਸਕਦਾ ਜਾਂ ਕਿੰਨਾ ਇਹਨੂੰ ਸੰਕੋਚ ਕੇ ਵਰਤਿਆ ਜਾ ਸਕਦਾ। ਇਹ ਤੁਸੀਂ ਸਾਫ਼ ਗੱਲ ਹੈ, ਕੋਈ ਵੀ ਨੀਤੀ ਬਣਨੀ ਹੈ ਜਾਂ ਕੋਈ ਵੀ ਕੰਮ ਕਰਨਾ ਹੈ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਤੁਹਾਡੇ ਕੋਲ ਅੰਕੜਿਆਂ ਦਾ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ। ਤੇ ਇਵੇਂ ਜੇ ਸਰਕਾਰ ਸੱਚਮੁੱਚ ਲੋਕਾਂ ਦੇ ਜੀਵਨ ਚ ਕੋਈ ਸੁਧਾਰ ਕਰਨਾ ਚਾਹੁੰਦੀ, ਸਿਹਤ, ਸਿੱਖਿਆ, ਰੁਜ਼ਗਾਰ ਦੇਣ ਬਾਰੇ ਗੰਭੀਰ ਆ, ਤਾਂ ਪਹਿਲਾਂ ਉਹਦੇ ਕੋਲ ਸਹੀ ਡਾਟਾ ਤਾਂ ਹੋਣਾ ਚਾਹੀਦਾ, ਤੈਨੂੰ ਪਤਾ ਤਾਂ ਹੋਣਾ ਚਾਹੀਦਾ ਆਬਾਦੀ ਕਿੰਨੀ ਹੈ, ਹਸਪਤਾਲ ਕਿੰਨੇ ਨੇ, ਡਾਕਟਰ ਕਿੰਨੇ ਚਾਹੀਦੇ ਨੇ, ਇਹਦੇ ਲਈ ਬਜਟ ਕਿੰਨਾ ਚਾਹੀਦਾ ਵਾ, ਪੈਸਾ ਕਿੱਥੋਂ ਆਊਗਾ, ਇਹ ਸਾਰਾ ਕੁਛ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਰੁਜ਼ਗਾਰ ਦੇਣ ਦੀ ਗੱਲ ਆ, ਤਾਂ ਪਤਾ ਹੋਣਾ ਚਾਹੀਦਾ ਵੀ ਕਿੰਨੇ ਲੋਕ ਨੇ, ਕਿੰਨੇ ਆਬਾਦੀ ਆ ਉੱਥੇ, ਕਿੰਨੇ ਸਕੂਲ ਖੋਲ੍ਹੇ ਜਾ ਸਕਦੇ ਨੇ, ਉਹਨਾਂ ਸਕੂਲਾਂ ਵਾਸਤੇ ਕਿੰਨਾ ਬਜਟ ਚਾਹੀਦਾ, ਉੱਥੇ ਕਿੰਨੇ ਅਧਿਆਪਕ ਭਰਤੀ ਕੀਤੇ ਜਾ ਸਕਦੇ ਨੇ। ਭਾਵ ਕਹਿਣ ਦਾ ਮੈਂ ਜ਼ਿਆਦਾ ਬਰੀਕੀ ਚ ਨਾ ਜਾਵਾਂ, ਇਹ ਗੱਲ ਤੁਸੀਂ ਬੜੇ ਆਸਾਨੀ ਨਾਲ ਸਮਝ ਸਕਦੇ ਹੋ, ਕੋਈ ਵੀ ਬੰਦਾ ਸਮਝ ਸਕਦਾ ਵੀ ਜੇ ਸਰਕਾਰ ਨੇ
ਸਿਹਤ ਸਹੂਲਤਾਂ ਦੇਣੀਆਂ ਨੇ, ਸਿੱਖਿਆ ਦਾ ਪ੍ਰਬੰਧ ਕਰਨਾ, ਰੁਜ਼ਗਾਰ ਦੇਣ ਦੀ ਗੱਲ ਕਰਨੀ, ਤਾਂ ਘੱਟੋ ਘੱਟ ਉਹਨਾਂ ਕੋਲੇ ਪਹਿਲਾਂ ਸਹੀ ਡਾਟਾ ਹੋਣਾ ਜ਼ਰੂਰੀ। ਜੇ ਸਹੀ ਡਾਟਾ ਨੀ ਉਹਨਾਂ ਕੋਲੇ ਤਾਂ ਸਰਕਾਰ ਦੀ ਕੋਈ ਵੀ ਸਕੀਮ ਜਿਹੜੀ ਆ ਉਹ ਸਿਰੇ ਨਹੀਂ ਲੱਗ ਸਕਦੀ। ਤੇ ਮੌਜੂਦਾ ਸਰਕਾਰ ਆ ਜਿਹੜੀ ਸਾਡੀ ਉਹ ਹਰ ਮਾਮਲੇ ਚ ਇਹ ਕਹਿ ਕੇ ਹੀ ਸਾਰ ਦਿੰਦੀ ਆ ਵੀ ਸਾਡੇ ਕੋਲ ਤਾਂ ਇਹਦਾ ਡਾਟਾ ਹੀ ਹੈ ਜੀ। ਇਹ ਇੱਕ ਨਵੀਂ ਬਿਮਾਰੀ ਲੱਗ ਗਈ ਹੈ ਸਰਕਾਰ ਨੂੰ, ਤੁਹਾਡਾ ਜੀ ਬਿਮਾਰੀ ਹੋਈ ਹੈ ਔਰ ਗੰਭੀਰ ਬਿਮਾਰੀ ਹੈ, ਖਤਰਨਾਕ ਬਿਮਾਰੀ ਹੈ। ਮੌਜੂਦਾ ਸਰਕਾਰ ਹਰ ਵੇਲੇ ਇਹ ਗੱਲ ਕਹਿੰਦੀ ਆ ਸਾਡੇ ਕੋਲ ਡਾਟਾ ਨੀ, ਤੇ ਇਸ ਤੋਂ ਇਹ ਗੱਲ ਲੱਗਦੀ ਆ ਵੀ ਜਿਹੜਾ ਸਾਡਾ ਦੇਸ਼ ਹੈ ਉਹ ਡਾਟਾ ਬਲੈਕ ਹੋਲ ਬਣ ਪੜ ਰਿਹਾ। ਇੱਕ ਗੱਲ ਦੱਸਿਓ, ਜੇ ਕੋਈ ਬੰਦਾ ਤੇਰੇ ਮੇਰੇ ਵਰਗਾ ਫੜ ਕੇ ਉਹਦੇ ਕੇਸ ਕੂਸ ਪਾ ਦਿੰਦੇ ਨੇ, ਇਹ ਫਲਾਣੀ ਜਥੇਬੰਦੀ ਨਾਲ ਰਲਿਆ ਹੋਇਆ ਇਹਦੇ ਤੇ ਫਲਾਣੇ ਇੰਨੇ ਕੇਸ ਨੇ, ਇਹ ਕੰਮਾਂ ਚ ਲਾਉਣ ਜਾ, ਉਹ ਡਾਟਾ ਕਿੱਥੋਂ ਆ ਜਾਂਦਾ ਉਹ ਬੰਦੇ ਦਾ? ਖੋਲੀ ਬੈਠਾ ਕਿਤਾਬ ਕਿੱਥੋਂ ਆਉਂਦਾ ਇਸ ਜਿਹੜਾ ਡਾਟਾ ਬਲੈਕ ਹੋਲ ਵੱਲ ਵੱਧ ਰਿਹਾ ਦੇਸ਼ ਆ, ਉੱਥੋਂ ਅੰਦਾਜ਼ਾ ਲਾਉਣਾ ਔਖਾ ਨੀ ਗਾ ਵੀ ਇਹ ਜਿਹੜਾ ਹਨੇਰੇ ਦੇ ਵਿੱਚ ਵਿਕਾਸ ਤੇ ਸੁਧਾਰ ਦਾ ਰਾਹ ਹੀ ਗੁਆਚ ਗਿਆ, ਸਮਝ ਹੀ ਨਹੀਂ ਆ ਰਹੀ ਕਰਨਾ ਕੀ ਹੈ। ਦਰਅਸਲ ਇਹ ਇਹ ਇੱਕ ਪੱਲਾ ਮਤਲਬ ਜਿਹਨੂੰ ਕਹਿੰਦੇ ਨੇ ਝਾੜਨ ਤੋਂ ਬਿਨਾਂ ਹੋਰ ਕੁਛ ਨੀ ਇਹਨੂੰ ਕਿਹਾ ਜਾਂਦਾ। ਸੋ ਤੁਹਾਡਾ ਜੀ ਪਿੱਛੇ ਜੇ ਆ ਜਿਹੜਾ ਹੁਣ ਅਗਸਤ ਮਹੀਨਾ ਲੰਘ ਕੇ ਗਿਆ ਵਾ, ਇਹਦੇ ਚ ਤੁਹਾਨੂੰ ਪਤਾ ਸੈਸ਼ਨ ਚੱਲਦਾ ਪਾਰਲੀਮੈਂਟ ਦਾ, ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਰਾਜ ਸਭਾ ਦੇ ਵਿੱਚ ਇੱਕ ਸਵਾਲ ਆਇਆ ਵੀ ਸਰਕਾਰ ਦੱਸੇ, ਕਿਸੇ ਵਿਰੋਧੀ ਧਿਰ ਦੇ ਐਮ ਪੀ ਨੇ ਕਿਹਾ ਵੀ ਸਰਕਾਰ ਇਹ ਦੱਸੇ ਵੀ ਬਿਨਾਂ ਆਕਸੀਜਨ ਤੋਂ ਮਰਨ ਵਾਲਿਆਂ ਦੀ ਗਿਣਤੀ ਕਿੰਨੀ, ਕਿੰਨੇ ਲੋਕ ਬਿਨਾਂ ਆਕਸੀਜਨ ਤੋਂ ਕੋਰੋਨਾ ਦੇ ਕਾਲ ਚ ਮਰ ਗਏ। ਸਰਕਾਰ ਨੇ ਬੜੀ ਬੇਸ਼ਰਮੀ ਨਾਲ ਜਵਾਬ ਦਿੱਤਾ, ਕਹਿੰਦੇ ਸਾਡੇ ਕੋਲ ਕੋਈ ਡਾਟਾ ਹੀ ਨੀ, ਕਹਿੰਦੇ ਸਾਨੂੰ ਸੂਬਿਆਂ ਨੇ ਜਾਣਕਾਰੀ ਹੋਈ। ਆਪਾਂ ਸੁਣੀ ਹੈ ਨਾ ਇਹ ਗੱਲ, ਆਪਾਂ ਖਬਰ ਦੀ ਚਰਚਾ ਆਪਣੇ ਪ੍ਰੋਗਰਾਮ ਕਰ ਵੀ ਚੁੱਕੇ ਜੇ ਤੁਹਾਨੂੰ ਯਾਦ ਹੋਵੇ। ਤੇ ਆਕਸੀਜਨ ਨਾਲ ਆਕਸੀਜਨ ਤੋਂ ਬਿਨਾਂ ਮਰਨ ਵਾਲਿਆਂ ਦੀ ਗਿਣਤੀ ਦਾ ਸਰਕਾਰ ਕਹਿੰਦੀ ਸਾਨੂੰ ਪਤਾ ਹੀ ਨੀ, ਸਾਡੇ ਕੋਲ ਡਾਟਾ ਹੀ ਨੀ। ਜਦਕਿ ਅਖਬਾਰੀ ਰਿਪੋਰਟਾਂ ਇਹ ਕਹਿੰਦੀਆਂ ਨੇ ਬਈ 6 ਅਪ੍ਰੈਲ ਤੋਂ 21 ਜੁਲਾਈ ਤੱਕ, ਐਸੇ ਸਾਲ ਦੀ ਗੱਲ ਕਰਦਾ ਆਉਣੇ ਲੱਗੇ, 6 ਅਪ੍ਰੈਲ ਤੋਂ 21 ਜੁਲਾਈ ਤੱਕ 682 ਮੌਤਾਂ ਹੋਈਆਂ ਨੇ ਬਿਨਾਂ ਆਕਸੀਜਨ। ਅੱਛਾ, ਇਹ ਸਰਕਾਰੀ ਇਹ ਅਖਬਾਰੀ ਅੰਕੜੇ ਦੱਸਦੇ। ਤੇ ਜੁਲਾਈ ਚ ਹਾਲਾਂਕਿ ਤੋਂ ਉਲਟ ਜੁਲਾਈ ਦੇ ਵਿੱਚ ਕੇਂਦਰੀ ਮੰਤਰੀ ਨੇ ਕਿਹਾ, ਇੱਕ ਹੋਰ ਸਵਾਲ ਦੇ ਜਵਾਬ ਦੇ ਵਿੱਚ ਜੁਲਾਈ ਦੇ ਵਿੱਚ ਕੇਂਦਰੀ ਮੰਤਰੀ ਇਹ ਗੱਲ ਕਹਿੰਦੇ ਨੇ ਵੀ ਦੇਸ਼ ਚ ਸਫਾਈ ਕਰਨ ਜਾਣੀਆਂ ਨੇ ਕਿੰਨੀਆਂ ਮੌਤਾਂ ਹੋਈਆਂ, ਕਹਿੰਦੇ ਇਹਦਾ ਸਾਨੂੰ ਕੋਈ ਬਿਆਨ। ਹਾਲਾਂਕਿ ਇਸ ਤੋਂ ਕੁਝ ਦਿਨ ਪਹਿਲਾਂ ਹੀ ਫਰਵਰੀ ਮਹੀਨੇ ਚ ਉਸੇ ਹੀ ਕੇਂਦਰੀ ਮੰਤਰੀ ਨੇ ਲੋਕ ਸਭਾ ਚ ਦੱਸਿਆ ਸੀ ਮਹੀਨੇ ਮੌਤਾਂ ਹੋ ਗਈਆਂ ਸਫਾਈ ਕਰਦੇ, ਸੀਵਰੇਜ ਦੀ ਸਫਾਈ ਕਰਦੇ। ਫਰਵਰੀ ਚ ਕਹਿੰਦੇ ਕਈਆਂ ਮੌਤਾਂ ਹੋਈਆਂ ਨੇ, ਤੇ ਜੁਲਾਈ ਚ ਆ ਕੇ ਕਹਿੰਦੇ ਸਾਡੇ ਕੋਲ ਡਾਟਾ ਹੀ ਹੈ। ਚਲਾਣਾ ਜੀ, ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਸਰਕਾਰ ਦੀ ਮੰਸ਼ਾ ਕੀ ਹੈ ਵੀ ਜਦੋਂ ਜੀ ਕਰੇ ਕਹਿ ਦੋ ਵੀ ਸਾਡੇ ਕੋਲ ਸਾਡਾ ਡਾਟਾ ਹੈ, ਤੇ ਜਿੱਥੇ ਕਿਤੇ ਡਾਟਾ ਹੈਗਾ ਵੀ ਆ ਉਹਨੂੰ ਲੁਕਾਉਣ ਦਾ ਯਤਨ ਕਿੰਨੀ ਬੇਸ਼ਰਮੀ ਨਾਲ ਕੀਤਾ ਜਾਂਦਾ। ਜਦੋਂ 2019 ਦੀਆਂ ਚੋਣਾਂ, ਤੁਹਾਨੂੰ ਆਪਾਂ ਕੱਲ ਵੀ ਗੱਲ ਕੀਤੀ ਸੀ, 2019 ਦੀਆਂ ਜਦੋਂ ਚੋਣਾਂ ਆਈਆਂ ਦੇਸ਼ ਦੇ ਵਿੱਚ ਬੜਾ ਲਫਾਫੇਬਾਜ਼ੀ ਕੀਤੀ ਗਈ, ਤੇ ਉਹ ਜਿਹੜੀ ਸਾਡੀ ਏਜੰਸੀ ਆ ਉਹ ਹਰ ਸਾਲ ਜਾਰੀ ਕਰਦੀ ਆ ਵੀ ਰੁਜ਼ਗਾਰ ਦੀ ਕੀ ਪੋਜੀਸ਼ਨ ਹੈ ਇਸ ਵੇਲੇ ਦੇਸ਼ ਚ, ਤਾਂ ਉਹ ਅੰਕੜਾ ਆ ਗਿਆ। ਉਹਦੇ ਉੱਤੇ ਕੈਗ ਨੇ ਵੀ ਵਿਚਾਰ ਕੀਤੀ, ਉਹ ਅੰਕੜੇ ਦੇ ਵਿੱਚ ਸਾਹਮਣੇ ਆਈ ਗੱਲ ਬਈ ਹੱਦਾਂ ਬੰਦੇ ਟੁੱਟ ਗਏ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਬੇਰੁਜ਼ਗਾਰੀ ਦੀ ਦਰ ਜਿਹੜੀ ਆ ਉਹ 45% ਤੇ ਪਹੁੰਚ, 45% ਜਦਕਿ ਕਹਿਣ ਦਾ ਭਾਵ ਅੱਧਾ ਮੁਲਕ ਬੇਰੁਜ਼ਗਾਰ ਹੋ ਗਿਆ। ਤੇ ਸਰਕਾਰ ਨੇ ਉਸ ਏਜੰਸੀ ਨੂੰ ਫਰਜ ਦਿੱਤਾ ਬਈ ਇਹ ਰਿਪੋਰਟ ਵੀ ਇਹਨੂੰ ਬਾਹਰ ਨੂੰ ਕੱਢਣਾ। ਪਰ ਤੁਹਾਨੂੰ ਪਤਾ ਪੱਤਰਕਾਰ ਵੀ ਬੜੇ ਪਤੰਦਰ ਹੁੰਦੇ ਨੇ, ਉਹਨਾਂ ਨੇ ਚਾਕੇ ਉਹ ਡਾਟਾ ਜਿਹੜਾ ਸੀਗਾ ਕਿਸੇ ਤਰੀਕੇ ਨਾਲ ਬਾਹਰ ਕੱਢ ਲਿਆ, ਤੇ ਸਰਕਾਰ ਬਾਰ ਬਾਰ ਮੁੱਕਰੀ ਗਈ ਵੀ ਨਹੀਂ ਇਹ ਡਾਟਾ ਠੀਕ ਨੀ ਹੈ, ਇਹ ਝੂਠੀਆਂ ਰਿਪੋਰਟਾਂ ਨੇ। ਕਰਕੇ ਬਾਅਦ ਦੇ ਵਿੱਚ ਜਦੋਂ ਚੋਣ ਹੋ ਗਈ, ਮੋਦੀ ਸਾਹਿਬ ਪੂਰਨ ਬਹੁ ਮਤ ਨਾਲ ਜਿੱਤ ਕੇ ਆ ਗਏ, 323 ਸੀਟਾਂ ਦੇ ਉੱਤੇ ਭਾਜਪਾ ਦਾ ਬੋਲਬਾਲਾ ਹੋ ਗਿਆ, ਤਾਂ ਫਿਰ ਮੁੜ ਕੇ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਆ ਕੇ ਕਹਿਤਾ ਵੀ ਹਾਂ ਅੰਕੜਾ ਤਾਂ ਸਹੀ। ਇਹ ਇੱਕ ਆਮ ਗੱਲ ਹੋਈ।
ਕਹਿੰਦੇ ਜੀ ਜਿਹੜੀ ਐਨ ਡੀ ਏ ਹੈ ਨਾ ਮੋਦੀ ਵਾਲੀ ਓਹਦਾ ਮਤਲਬ ਇਹੀ ਹੈ ਵੀ ਨੋ ਡਾਟਾ ਅਵੇਲੇਬਲ ਅਵੇਲੇਬਲ ਬਿਲਕੁਲ ਸਹੀ ਗੱਲ ਆ ਮੈਂ ਉਸ ਸਮੱਸਿਆ ਨੂੰ ਸਲਾਮ ਕਰਦਾ ਜਿਹਨੇ ਇਹ ਮੈਸੇਜ ਭੇਜਿਆ ਜੀ ਆਸਟ੍ਰੇਲੀਆ ਤੋਂ ਇੰਦਰਜੀਤ ਸਿੰਘ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਬਾਹਰ ਇੰਦਰਜੀਤ ਸਿੰਘ ਵੀ ਕਮਾਲ ਕਰਦੇ ਜੀ ਜੀ ਤੁਹਾਡਾ ਜੀ ਕੇਂਦਰੀ ਗ੍ਰਹਿ ਰਾਜ ਮੰਤਰੀ ਤੇ ਖੇਤੀ ਮੰਤਰੀ ਨਰਿੰਦਰ ਤੋਮਰ ਉਹਨੇ ਲਿਖਤੀ ਜਵਾਬ ਚ ਦੱਸਿਆ ਪਾਰਲੀਮੈਂਟ ਦੇ ਵਿਚ ਲਿਖਤੀ ਜਵਾਬ ਚ ਬਈ ਕਿਸਾਨ ਅੰਦੋਲਨ ਦੌਰਾਨ ਕਿੰਨੇ ਕਿਸਾਨ ਮਾਰੇ ਗਏ ਸਰਕਾਰ ਕੋਲ ਕੋਈ ਰਿਕਾਰਡ ਨੀ ਕੋਈ ਡਾਟਾ ਨੀ ਹੱਦ ਕਿਆ ਬਾਤ ਬੜਾ ਈਜ਼ੀ ਕੰਮ ਜਦਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਬਈ ਪੰਜਾਬ ਦੇ ਹੀ 400 ਤੋਂ ਜ਼ਿਆਦਾ ਕਿਸਾਨ ਜਿਹੜੇ ਨੇ ਇਸ ਅੰਦੋਲਨ ਤੇ ਆਪਣੀ ਜਾਨ ਗਵਾ ਚੁੱਕੇ ਜੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਸਤੰਬਰ ਮਹੀਨੇ ਚ 2020 ਦੇ ਵਿਚ ਕਿਰਤ ਮੰਤਰੀ ਨੇ ਲੋਕ ਸਭਾ ਚ ਦੱਸਿਆ ਵੀ ਤਾਲਾਬੰਦੀ ਦੌਰਾਨ ਮਜ਼ਦੂਰਾਂ ਲਈ ਚਲਾਈਆਂ ਗਈਆਂ ਰੇਲਾਂ ਵਿਚ ਰੇਲਾਂ ਕਾਰਨ ਮਰੇ ਮਜ਼ਦੂਰਾਂ ਦੀ ਸਾਡੇ ਕੋਲ ਕੋਈ ਗਿਣਤੀ ਨਹੀਂ ਜਦਕਿ ਆਰਟੀਆਈ ਵਿਚ ਜਾਣਕਾਰੀ ਦਿੱਤੀ ਗਈ ਸੀ ਵੀ ਇਹਨਾਂ ਰੇਲਾਂ ਦੀ ਵਜ੍ਹਾ ਕਰਕੇ ਅਸੀਂ ਨਿਕਲੀ ਗੌਤਮ ਬਿਲਕੁਲ ਉਹ ਕਹਿ ਰਹੇ ਵੀ ਇੱਥੋਂ ਕੀ ਅੰਦਾਜ਼ਾ ਲਾਈ ਵੀ ਕੀ ਸਰਕਾਰ ਕੋਲ ਡਾਟਾ ਹੈ ਨੀ ਸਰਕਾਰ ਕੋਲ ਡਾਟਾ ਹੈਗਾ ਪਰ ਸਰਕਾਰ ਜਾਣ ਬੁੱਝ ਕੇ ਉਸ ਡਾਟੇ ਨੂੰ ਲੁਕਾਉਂਦੀ ਆ ਉਹਨੂੰ ਛੁਪਾ ਕੇ ਰੱਖਦੀ ਆ ਤਾਂ ਕਿ ਸੱਚਾਈ ਲੋਕਾਂ ਦੇ ਸਾਹਮਣੇ ਨਾ ਆਵੇ ਜਦਕਿ ਉਹ ਪਾਰਟੀ ਚ ਤੁਹਾਨੂੰ ਦੱਸਿਆ ਵੀ ਉਹਨੇ ਕਹਿਤਾ 80 ਵੋਟਾਂ ਹੋਈਆਂ ਨੇ ਲੋਕ ਸਭਾ ਦੇ ਹਾਲਾਂਕਿ ਤੁਹਾਡਾ ਜੀ ਹੁਣ ਤੱਕ ਇਹ ਪਰੰਪਰਾ ਰਹੀ ਸਾਡੇ ਦੇਸ਼ ਦੀ ਵੀ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਉਹ ਲੋਕ ਸਭਾ ਹੋਵੇ ਚਾਹੇ ਉਹ ਰਾਜ ਸਭਾ ਹੋਵੇ ਜਾਂ ਜਿਹੜਾ ਵਿਧਾਨ ਪ੍ਰੀਸ਼ਦ ਹੋਵੇ ਕਿਸੇ ਸੂਬੇ ਦੇ ਵਿੱਚ ਉਹਨੂੰ ਅਸੀਂ ਬੜਾ ਪਵਿੱਤਰ ਸਦਨ ਮੰਨਦੇ ਰਹੇ ਹਾਂ ਵੀ ਘੱਟੋ ਘੱਟ ਸਰਕਾਰ ਉੱਥੇ ਝੂਠ ਨਹੀਂ ਬੋਲਦੀ ਕਿਉਂਕਿ ਉੱਥੇ ਲਿਖਤੀ ਜਵਾਬ ਦੇਣਾ ਪਏ ਪਰ ਇਸ ਸਰਕਾਰ ਦੇ ਜਿਹਨੂੰ ਕਹਿੰਦੇ ਆ ਨਾ ਮੈਂ ਸੋਧ ਕਰ ਲਵਾਂ ਆਪਣੇ ਆਪ ਦੇ ਵਿੱਚ ਇਹ ਬਾਈ ਪਰਮਜੀਤ ਸਿੰਘ ਹੁੰਦੇ ਆਸਟ੍ਰੇਲੀਆ ਵਾਲੇ ਇੰਦਰਜੀਤ ਸਿੰਘ ਨੀ ਇਹ ਮੈਂ ਕਦੇ ਨਾਂ ਨੀ ਇਹਨਾਂ ਨੂੰ ਅੱਗੇ ਪੁੱਛਿਆ ਸੀ ਫਿਰ ਇਹ ਨੀ ਵੇ ਮਾਫ਼ੀ ਚਾਹੁੰਦੇ ਹਾਂ ਵੇ ਇਹਨਾਂ ਦਾ ਪਰਮਜੀਤ ਸਿੰਘ ਆ ਐਨ ਡੀ ਏ ਵਾਲੇ ਵਧੀਆ ਗੱਲ ਚੰਗੀ ਗੱਲ ਨਾਲ ਜੋੜੀ ਸੀ ਥੈਂਕ ਯੂ ਥੈਂਕ ਯੂ ਹੁਣ ਤੁਸੀਂ ਦੇਖੋ ਹੁਣ ਦੇਖੋ ਸਰਕਾਰ ਕਹਿੰਦੀ ਵੀ ਜਿਹੜੀਆਂ ਅਸੀਂ ਤਾਲਾਬੰਦੀ ਦੌਰਾਨ ਮਜ਼ਦੂਰਾਂ ਨੂੰ ਲੈ ਕੇ ਆਉਣ ਲਈ ਰੇਲਾਂ ਚਲਾਈਆਂ ਸੀ ਉਹਦੇ ਕਾਰਨ ਮਰੇ ਮਜ਼ਦੂਰਾਂ ਦੀ ਗਿਣਤੀ ਸਾਡੇ ਕੋਲ ਹੈ ਹੀ ਨੀ ਜਦਕਿ ਕਿਸੇ ਨੇ ਆਰਟੀਆਈ ਦੀ ਜਾਣਕਾਰੀ ਮੰਗੀ ਤੇ ਉੱਥੇ ਕਿਹਾ ਵੀ 80 ਮੌਤਾਂ ਹੋਈਆਂ ਜਦਕਿ ਅਖਬਾਰ ਵੱਲੋਂ ਇਕੱਤਰ ਕੀਤੇ ਅੰਕੜੇ ਇਹ ਦੱਸਦੇ ਨੇ ਵੀ ਐਂਬੂਲੈਂਸ ਨਾ ਮਿਲ ਕਰਕੇ ਤਾਲਾਬੰਦੀ ਕਾਰਨ ਭੁੱਖ ਤੇ ਪਿਆਸ ਨਾਲ 999 ਮੌਤਾਂ ਕਰਦੀ 2017 ਚ ਜਦੋਂ ਰਾਸ਼ਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਿਆ ਉਦੋਂ ਸਰਕਾਰ ਕਹਿੰਦੀ ਵੀ ਲੋਕਾਂ ਨੇ ਜਾਅਲੀ ਰਾਸ਼ਨ ਕਾਰਡ ਬਣਾਏ ਨੇ ਇੱਕ ਇੱਕ ਬੰਦੇ ਨੇ ਦੋ ਦੋ ਤਿੰਨ ਤਿੰਨ ਰਾਸ਼ਨ ਕਾਰਡ ਬਣਾਏ ਨੇ ਇਸ ਕਰਕੇ ਇਹ ਰਾਸ਼ਨ ਕਾਰਡ ਜਿਹੜੇ ਨੇ ਇਹਨਾਂ ਨੂੰ ਆਧਾਰ ਕਾਰਡ ਨਾਲ ਜੋੜਿਆ ਜਾਵੇ ਤਾਂ ਕਿ ਲੋਕ ਦੁਆਰਾ ਉਹ ਰਾਸ਼ਨ ਹਾਸਲ ਨਾ ਕਰਨ ਭਾਰਤ ਚ ਭੁੱਖ ਨਾਲ ਕੋਈ ਨੀ ਮਰਦਾ ਜ਼ਿਆਦਾ ਫੂਡ ਕਰਕੇ ਫੂਡ ਖਾਣ ਕਰਕੇ ਮਰ ਜਾਂਦੇ ਪਰ ਆਹ ਦੇਖੋ 2017-18 ਚ ਜਦੋਂ ਆਧਾਰ ਕਾਰਡ ਨਾਲ ਜੁੜਿਆ ਰਾਸ਼ਨ ਕਾਰਡ ਨੂੰ ਕਈ ਮਹੀਨਿਆਂ ਤੱਕ ਲੋਕਾਂ ਨੂੰ ਰਾਸ਼ਨ ਨਹੀਂ ਮਿਲਿਆ ਬਿਲਕੁਲ ਤੇ ਉਹਦੇ ਕਰਕੇ 30 ਲੋਕਾਂ ਦੀ ਜਾਨ ਗਈ ਤੇ ਆਪਾਂ ਸਾਰਿਆਂ ਨੇ ਆਪਣੀ ਅੱਖਾਂ ਨਾਲ ਦੇਖਿਆ ਨੋਟਬੰਦੀ ਦੇ ਦੌਰਾਨ ਲਾਈਨਾਂ ਚ ਖੜੇ 100 ਬੰਦੇ ਮਰੇ ਸੀ 100 ਤੋਂ ਵੀ ਜ਼ਿਆਦਾ ਬਿਲਕੁਲ ਪਰ ਸਰਕਾਰ ਕਹਿੰਦੀ ਸਾਡੇ ਕੋਲ ਇਹਨਾਂ ਨੂੰ ਲੱਖਾਂ ਸਰਕਾਰ ਕਹਿੰਦੀ ਸਾਡੇ ਕੋਲ ਇਹਨਾਂ ਨੂੰ ਲੱਖਾਂ ਪਰ ਸੱਤਾਧਾਰੀਆਂ ਦੇ ਕਈ ਆਗੂ ਬੇਸ਼ਰਮੀ ਨਾਲ ਇਹ ਬਿਆਨ ਦੇਣ ਤੱਕ ਵੀ ਚਲੇ ਗਏ ਕਹਿੰਦੇ ਜੀ ਮੌਤ ਤਾਂ ਰੱਬ ਨੇ ਲਿਖੀ ਹੈ ਕੋਈ ਗੋਲੀਆਂ ਨਾਲ ਮਰੇ ਕੋਈ ਆਕਸੀਜਨ ਦੀ ਕਮੀ ਨਾਲ ਮਰੇ ਕੋਈ ਸੀਵਰੇਜ ਦੀ ਸਫਾਈ ਕਰਕੇ ਮਰ ਜਾਵੇ ਕੋਈ ਨੋਟਬੰਦੀ ਦੀ ਲਾਈਨ ਖੜਾ ਮਰ ਜਾਵੇ ਕੋਈ ਰੇਲ ਹਟਾ ਕੇ ਮਰ ਜਾਵੇ ਕਿਸੇ ਨੂੰ ਭੀੜ ਕੁੱਟ ਕੇ ਮਾਰ ਦੇਵੇ ਲੋਕ ਤਾਂ ਕਹਿੰਦੇ ਐਵੇਂ ਰੌਲਾ ਪਾਈ ਜਾਂਦੇ ਨੇ ਉਹਨਾਂ ਦੀ ਲਿਖੀ ਹੋਈ ਆਈ ਸੀ ਕਿਆ ਬਾਤ ਕਹਿੰਦੇ ਉਹਨਾਂ ਦੀ ਲਿਖੀ ਹੋਈ ਆਈ ਸੀ ਇਹਦਾ ਮਤਲਬ ਜੇ ਕੋਈ ਕਿਸੇ ਦਾ ਕਤਲ ਕਰ ਦੇਵੇ ਗਿੱਲ ਸਾਹਿਬ ਜੇ ਕੋਈ ਕਤਲ ਕਰ ਦੇਵੇ ਗੋਲੀ ਮਾਰ ਦੇਵੇ ਇਹਦਾ ਮਤਲਬ ਉਹਦੀ ਲਿਖੀ ਹੋਈ ਇਦਾਂ ਸੀ ਹਾਂ ਬਿਲਕੁਲ ਜੀ ਕੱਲ ਨੂੰ ਸਰਕਾਰ ਇਹ ਕਰ ਸਕਦੀ ਹੈ ਸਰ ਇਸ ਕਰਕੇ ਉਹਨੂੰ ਮਾਰਨ ਦਾ ਕੋਈ ਕਸੂਰ ਨੀ
ਮਾਰਨ ਵਾਲੇ ਨੂੰ ਤਾਂ ਰੱਬ ਨੇ ਭੇਜਿਆ ਸੀ ਉਹਨੂੰ ਮਾਰਨ ਦਾ ਜੀ ਜੀ ਕੀ ਬਾਤ ਤੇ ਹੁਣ ਸਵਾਲ ਤੁਹਾਡਾ ਵੀ ਇਹ ਆ ਬਈ ਕੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਜਾਂ ਨਹੀਂ ਸਵਾਲ ਆਇਆ ਵੀ ਸਕੂਲ ਕਿੱਥੇ ਲੱਗਣਾ ਅਧਿਆਪਕ ਕਿੱਥੇ ਚਾਹੀਦਾ ਰੁਜ਼ਗਾਰ ਕਿਹਨੂੰ ਮਿਲੇ ਕਿਹਨੂੰ ਨਹੀਂ ਮਿਲਿਆ ਇਹ ਅੰਕੜੇ ਜੇ ਹੋਣਗੇ ਤਾਂ ਹੀ ਕੋਈ ਯੋਜਨਾ ਬਣੂਗੀ ਰੁਜ਼ਗਾਰ ਦੇ ਅੰਕੜਿਆਂ ਬਾਰੇ ਵੀ ਆਪਾਂ ਹੁਣੇ ਗੱਲ ਕਰਕੇ ਹਟੇ ਵੀ 2019 ਦੀਆਂ ਚੋਣਾਂ ਤੋਂ ਪਹਿਲਾਂ ਰੁਜ਼ਗਾਰ ਦੇ ਅੰਕੜੇ ਪੇਸ਼ ਕਰਨ ਤੋਂ ਨਾ ਕਰਤੀ ਸੀ ਚੋਣਾਂ ਤੋਂ ਬਾਅਦ ਪਤਾ ਲੱਗਿਆ ਸੀ ਵੀ ਆਜ਼ਾਦੀ ਤੋਂ ਬਾਅਦ ਬੇਰੁਜ਼ਗਾਰੀ ਦਰ ਪਹਿਲੀ ਵਾਰ 45% ਤੋਂ ਪਾਰ ਗਈ ਪਰ ਅਸੀਂ 2000 ਝੂਠੇ ਅੰਕੜੇ ਕਿਵੇਂ ਦਿੱਤੇ ਜਾਂਦੇ ਨੰਬਰ ਵਾਰ ਚੱਲ ਪਿਆ ਸਾਡੇ ਦੇਸ਼ ਵੀ ਝੂਠੇ ਅੰਕੜੇ ਤੋਂ 2015 ਦੇ ਵਿੱਚ ਸਰਕਾਰ ਕਹਿੰਦੀ ਵੀ ਦੇਸ਼ ਦੇ ਵਿੱਚ ਸਾਖਰਤਾ ਦੀ ਦਰ 83% ਹੈ ਤੂੰ ਵੀ ਚੱਕ ਕੇ 100% ਲੋਕ ਪੜ ਗਏ ਕਰੇ ਨੀ ਜੀ ਹੁਣ ਤੁਸੀਂ ਮੈਨੂੰ ਦੱਸ ਦਿਓ ਵੀ ਕਰ ਲਈਏ ਯਕੀਨ ਇਹਦੇ ਉੱਤੇ ਵੀ ਸਾਰਾ ਦੇਸ਼ ਹੀ ਪੜ ਗਿਆ 100% ਹੋ ਗਈ ਸਾਖਰਤਾ ਦਰ ਮੈਂ ਤਾਂ ਹਰੇਕ ਚੀਜ਼ ਤੇ ਯਕੀਨ ਸੀ ਐਮ ਆਈ ਈ ਉਹ ਵੀ ਰਿਪੋਰਟ ਅਨੁਸਾਰ ਦੇਸ਼ ਦੇ ਵਿੱਚ 90% ਅੱਜ ਕੱਲ ਜਾਣਦਾ ਤੇ ਸਰਕਾਰੀ ਅੰਕੜੇ ਕਹਿੰਦੇ ਨੇ ਕੌਮੀ ਸਿਹਤ ਇਹੀ ਉਹ ਏਜੰਸੀ ਆ ਜਿਹਨੇ ਰੁਜ਼ਗਾਰ ਬਾਰੇ ਅੰਕੜੇ ਦੇਣੇ ਹੁੰਦੇ ਨੇ ਇਹੀ ਏਜੰਸੀ ਆ ਜਿਹੜੇ ਦੇਸ਼ ਦੇ ਹਾਲਾਤਾਂ ਬਾਰੇ ਦੇਸ਼ ਦੇ ਸਿਹਤ ਬਾਰੇ ਤੇ ਹੋਰ ਉਹਨਾਂ ਬਾਰੇ ਅੰਕੜੇ ਦਿੰਦੀ ਹੈ ਇਹ ਅੰਕੜੇ ਏਜੰਸੀ ਹੈ ਉਹਦੇ ਮੁਤਾਬਕ ਸਰਕਾਰ ਨੇ ਰਿਪੋਰਟ ਦਿੱਤੀ ਬਈ 98% ਘਰਾਂ ਚ ਬਿਜਲੀ ਚਲੀ ਗਈ ਤੇ ਆਪਾਂ ਇਹ ਗੱਲ ਪ੍ਰਧਾਨ ਮੰਤਰੀ ਦੇ ਮੂੰਹੋਂ ਸੁਣ ਚੁੱਕਿਆ ਬੋਲਦਿਆਂ ਦੇ ਸਟੇਜਾਂ ਦੇ ਉੱਤੇ ਰਵੀਸ਼ ਨੇ ਇੱਕ ਵਾਰੀ ਨੀ ਆਪਦੇ ਪ੍ਰੋਗਰਾਮ ਚ ਕਈ ਵਾਰੀ ਫਲੈਸ਼ਬੈਕ ਦੇ ਵਿੱਚ ਪ੍ਰਧਾਨ ਮੰਤਰੀ ਦਾ ਉਹ ਭਾਸ਼ਣ ਸੁਣਾਇਆ ਜਿਹਦੇ ਚ ਉਹਨੇ ਕਿਹਾ ਵੀ ਸਾਡੀ 70 ਸਾਲ ਦੇਸ਼ ਚ ਕੁਛ ਨੀ ਹੋਇਆ ਸਾਡੀ ਸਰਕਾਰ ਨੇ ਆ ਕੇ 50 ਸਾਲਾਂ ਚ ਐਸੀ ਕਮਾਲ ਕੀਤੀ ਆ ਵੀ ਹੁਣ ਦੇਸ਼ ਦੇ 98% ਘਰਾਂ ਚ ਲਾਟੂ ਵੱਜਦਾ ਬਿਜਲੀ ਚੱਲਦੀ ਹੈ ਲੋਕਾਂ ਦੇ ਘਰਾਂ ਚ ਜਦਕਿ ਕੌਮੀ ਸਿਹਤ ਤੇ ਪਰਿਵਾਰ ਸਿਹਤ ਅਨੁਸਾਰ ਹਾਲੇ ਵੀ ਤੁਹਾਡਾ ਜੀ ਕੇਵਲ 88% ਘਰਾਂ ਚ ਲਾਈਟ ਗਈ ਆ ਹਾਲੇ ਵੀ 18% ਘਰ ਜਿਹੜੇ ਨੇ ਉਹ ਜ਼ਿਲ੍ਹਾ ਬਾਹਰ ਦੇ ਤੇ ਇਹ ਵੀ ਅੰਕੜੇ ਜਿਹੜੇ ਨੇ ਜੇ ਤੁਸੀਂ ਇਹ ਮੰਨ ਲਓ ਇਹ ਉਹ ਅੰਕੜੇ ਨੇ ਜਿੱਥੇ ਹਜੇ ਖੰਭਾ ਹੀ ਕੱਢਿਆ ਲਾਈਟ ਘਰੇ ਨਹੀਂ ਗਈ ਉਹਨੂੰ ਮੰਨ ਲਿਆ ਵੀ ਲਾਈਟ ਆ ਗਈ ਚਲੋ ਇਹ ਤਾਂ ਤੁਸੀਂ ਕਹਿ ਰਹੇ ਖੰਭਾ ਦਰਅਸਲ ਅੰਕੜੇ ਡਾਟਾ ਬਲੈਕ ਹੋਲ ਚ ਚੱਲ ਗਿਆ ਫਿਰ ਤਾਂ ਖੰਭਾ ਵੀ ਨਹੀਂ ਰਹਿਣਾ ਹਾਂ ਦਰਅਸਲ ਅੰਕੜੇ ਮਿੱਟੀ ਤੇ ਪੈਸੇ ਲੈਣ ਚ ਮਦਦਗਾਰ ਹੁੰਦੇ ਨੇ ਹਮੇਸ਼ਾ ਇਹ ਆਪਾਂ ਸਾਰੇ ਜਾਣਗੇ ਪਰ ਭਾਰਤ ਦੀ ਸਰਕਾਰ ਨੇ ਨਵਾਂ ਰਾਹ ਕੱਢਿਆ ਵੀ ਕਿਸੇ ਵੀ ਮਾਮਲੇ ਚ ਇਹ ਕਹਿ ਦੋ ਵੀ ਸਾਡੇ ਕੋਲ ਤਾਂ ਅੰਕੜੇ ਬਿਲਕੁਲ ਅਸਲ ਇੱਥੋਂ ਇਹ ਅੰਦਾਜ਼ਾ ਲਾਉਣਾ ਕਿੰਨਾ ਸੌਖਾ ਕਿ ਸਾਡਾ ਦੇਸ਼ ਭਾਰਤ ਜਿਹੜਾ ਵਿਦੇਸ਼ਾਂ ਦੇ ਵਿੱਚ ਖਾਸ ਕਰਕੇ ਜਿਹੜੇ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਹੁਣ ਗਿੱਧੇ ਭੰਗੜੇ ਦੇ ਤਿਉਹਾਰ ਨੇ ਜਿਹੜੇ ਉਹ ਸ਼ੁਰੂ ਹੋ ਗਏ ਨੇ ਕਬੱਡੀਆਂ ਦੇ ਮੇਲੇ ਲੱਗਣ ਲੱਗ ਗਏ ਨੇ ਜਿਹਦੇ ਤਹਿਤ ਸਿਨਸਿਨਾਟੀ ਓਹਾਇਓ ਦੇ ਵਿੱਚ ਫਰੈਂਕਲਿਨ ਦੇ ਵਿਚ ਜਿਹੜੀ ਹੈ ਕਬੱਡੀ ਮੇਲਾ ਜਿਹੜਾ ਵੱਡੀ ਪੱਧਰ ਤੇ ਉਹ ਹੋ ਰਿਹਾ ਜੀ ਤੇ 2 ਅਕਤੂਬਰ ਨੂੰ ਮੈਨੂੰ ਤਾਂ ਪਤਾ ਲੱਗਾ ਜੀ ਪਤਾ ਨੀ ਵੀ ਗਾਂਧੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿਚ ਕਰਾ ਰਹੇ ਨੇ ਪਰ ਕਹਿੰਦੇ ਕਰਾਉਣਾ ਸੀ 2 ਅਕਤੂਬਰ ਨੂੰ ਹੀ ਹੈ ਜਿਹਦੇ ਵਿਚ ਇੰਟਰਟੇਨਮੈਂਟ ਦੇ ਤੌਰ ਤੇ ਗਿੱਪੀ ਗਰੇਵਾਲ ਤੇ ਅੰਮ੍ਰਿਤ ਮਾਨ ਲੋਕਾਂ ਦਾ ਮਨ ਪਰਚਾਵਾ ਕਰਨਗੇ ਫ੍ਰੀ ਫੂਡ ਵੀ ਹੋਊਗਾ ਤੇ ਕਬੱਡੀ ਸਾਕਰ ਜਿਹਨੂੰ ਅਸੀਂ ਤੁਸੀਂ ਫੁੱਟਬਾਲ ਕਹਿੰਦੇ ਹੋ ਕ੍ਰਿਕਟ ਹੋਰ ਏਦਾਂ ਦੀਆਂ ਖੇਡਾਂ ਜਿਹੜੀਆਂ ਉਹ ਵੀ ਉੱਥੇ ਹੋਣਗੀਆਂ ਅਗਰ ਕਿਸੇ ਨੇ ਹੋਰ ਏਦੋਂ ਵੱਧ ਜਾਣਕਾਰੀ ਲੈਣੀ ਹੈ ਤੁਸੀਂ ਕਾਲ ਕਰ ਸਕਦੇ ਹੋ ਸੁਰਜੀਤ ਮਾਵੀ ਨੂੰ ਉਹਨਾਂ ਦਾ ਫੋਨ ਨੰਬਰ 513-616-4510 ਇਹ ਨੰਬਰ 513-616-4510 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਹੋਰ ਇਨਫੋਰਮੇਸ਼ਨ ਜਿਹੜੀ ਹੈ ਉਹ ਲੈ ਸਕਦੇ ਹੋ ਇਹ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ ਮੇਰਾ ਖਿਆਲ 11-12 ਵਜੇ ਤੱਕ ਚੱਲਣਾ ਪਤਾ ਇਹ ਵੀ ਲੱਗਿਆ ਕਿ ਮਾਂ ਦਿਆਂ ਪੁੱਤਾਂ ਨੇ 25 ਏਕੜ ਜ਼ਮੀਨ ਲੈ ਕੇ ਗਰਾਊਂਡ ਵੀ ਆਪਣਾ ਬਣਾ ਲਿਆ ਤੇ ਹਾਲ ਵੀ ਬਣਾਇਆ ਹੋਇਆ ਇਹ ਤਾਂ ਹੁਣ ਸਮਾਂ ਦੱਸੂਗਾ ਵੀ ਹੁਣ ਕਿੰਨਾ ਇਸ ਵਾਰੀ ਮਨ ਪਰਚਾਵਾ ਕਰਦੇ ਨੇ ਪਰ ਕਹਿੰਦੇ ਜੀ ਇੰਨਾ ਮੈਨੂੰ ਪਤਾ ਲੱਗਿਆ ਗਿੱਲ ਸਾਹਿਬ ਇਹਨਾਂ ਨੇ ਉਹਦੇ ਵਿਚ ਲਿਖਿਆ ਇਸ਼ਤਿਹਾਰ ਦੇ ਵਿਚ ਵੀ 2-3 ਸਾਲਾਂ ਤੋਂ
ਸਭ ਤੋਂ ਰਹਿ ਨਹੀਂ ਸੀ ਹੁੰਦਾ, ਸਬਰ ਦੀ ਸਾਡੇ ਅੰਤ ਟੁੱਟ ਗਿਆ, ਇਹ ਮਸੀ ਟਾਈਮ ਆਇਆ। ਸੋ ਹੁਣ ਭੰਗੜੇ ਪੈਣਗੇ ਹੀ ਪੈਣਗੇ ਜੀ ਜੀ। ਜੀ ਉਧਰ ਇੱਕ ਵੱਖਵਾਦੀ ਖਾਲਿਸਤਾਨੀ ਸਮੂਹ ਹੌਲੀ ਹੌਲੀ ਅਮਰੀਕਾ ਵਿਚ ਆਪਣੀ ਪਕੜ ਜਿਹੜੀ ਆ ਮਜ਼ਬੂਤ ਉਹ ਕਰ ਰਿਹਾ ਅੱਜ ਦੀ, ਇਹ ਬਹੁਤ ਵੱਡੀ ਖਬਰ ਆ ਆਪਣੇ ਆਪ ਦੇ ਵਿਚ ਜੀ। ਬਿਲਕੁਲ ਜੀ, ਅਮਰੀਕਾ ਦੇ ਥਿੰਕ ਟੈਂਕ ਨੇ ਕਿਹਾ ਕਈ ਪਾਕਿਸਤਾਨ ਵੱਲੋਂ ਸਮਰਥਨ ਪ੍ਰਾਪਤ ਜਿਹੜੇ ਵੱਖਵਾਦੀ ਖਾਲਿਸਤਾਨੀ ਗਰੁੱਪ ਨੇ ਉਹ ਹੌਲੀ ਹੌਲੀ ਅਮਰੀਕਾ ਚ ਆਪਣੀ ਪਕੜ ਮਜ਼ਬੂਤ ਕਰਦੇ ਜਾ ਰਹੇ ਤੇ ਉਸ ਥਿੰਕ ਟੈਂਕ ਨੇ ਇਹ ਗੱਲ ਵੀ ਕਹੀ ਹੈ ਵੀ ਅਮਰੀਕੀ ਸਰਕਾਰ ਆ ਜਿਹੜੀ ਉਹ ਇਹਨਾਂ ਸੰਗਠਨਾਂ ਦੀਆਂ ਜਾਂ ਇਹਨਾਂ ਗਰੁੱਪਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ, ਭਾਰਤ ਵਿਰੋਧੀ ਖਾਸ ਤੌਰ ਤੇ ਗਤੀਵਿਧੀਆਂ ਨੇ, ਉਹਨਾਂ ਨੂੰ ਰੋਕਣ ਲਈ ਭਾਰਤ ਸਰਕਾਰ ਦੀਆਂ ਬੇਨਤੀਆਂ ਨੂੰ ਵੀ ਖੋਲ੍ਹ ਕਰੀ ਜਾ ਰਹੀ ਆ, ਉਹਨਾਂ ਦੇ ਉੱਤੇ ਵੀ ਉਹਨਾਂ ਨੇ ਕੰਨ ਧਰਿਆ ਨੀ। ਹਡਸਨ ਇੰਸਟੀਚਿਊਟ ਨੇ ਪ੍ਰਕਾਸ਼ ਕੀਤੀ ਆਪਣੀ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਅਸਥਿਰ ਕਰਨ ਦੀ ਸਾਜਿਸ਼ ਅਮਰੀਕਾ ਵਿਚ ਖਾਲਿਸਤਾਨੀ ਸਰਕਰਮੀ ਹੈ। ਪਾਕਿਸਤਾਨ ਵੱਲੋਂ ਇਹਨਾਂ ਸੰਗਠਨਾਂ ਨੂੰ ਦਿੱਤੇ ਜਾ ਰਹੇ ਸਮਰਥਨ ਦੀ ਜਾਂਚ ਲਈ ਇੱਕ ਸਮੀਖਿਆ ਕੀਤੀ ਹੈ ਤੇ ਜਿਹੜੀ ਹਡਸਨ ਇੰਸਟੀਚਿਊਟ ਹੈ ਉਹਨਾਂ ਨੇ ਰਿਪੋਰਟ ਚ ਇਹ ਗੱਲ ਵੀ ਕਹੀ ਗਈ ਆ ਵੀ ਇਹਨਾਂ ਸਮੂਹਾਂ ਦੇ ਭਾਰਤ ਵਿਚ ਕੱਟੜਵਾਦੀ ਕੱਟੜਪੰਥੀ ਅੱਤਵਾਦੀ ਸੰਗਠਨਾਂ ਨਾਲ ਸੰਬੰਧਾਂ ਤੇ ਦੱਖਣੀ ਏਸ਼ੀਆ ਵਿਚ ਅਮਰੀਕੀ ਵਿਦੇਸ਼ ਨੀਤੀ ਉੱਤੇ ਉਹਨਾਂ ਦੀਆਂ ਗਤੀਵਿਧੀਆਂ ਦੇ ਸੁਭਾਵਿਕ ਤੌਰ ਤੇ ਮਾੜੇ ਪ੍ਰਭਾਵ ਬਾਰੇ ਵਿਚਾਰ ਕੀਤਾ ਗਿਆ ਤੇ ਤੁਹਾਡਾ ਦੀ ਰਿਪੋਰਟ ਇਹ ਵੀ ਸੰਕੇਤ ਕਰਦੀ ਆ ਵੀ ਜਿਹੜਾ ਪਾਕਿਸਤਾਨ ਵਿਚ ਅੱਤਵਾਦੀ ਸੰਗਠਨਾਂ ਦੀ ਤਰ੍ਹਾਂ ਹੀ ਖਾਲਿਸਤਾਨੀ ਜਥੇਬੰਦੀਆਂ ਵੀ ਹੁਣ ਨਵੇਂ ਨਵੇਂ ਨਾਵਾਂ ਨਾਲ ਉਭਰ ਸਕਦੀਆਂ ਨੇ ਆਉਣ ਵਾਲੇ ਦਿਨਾਂ ਚ। ਜਿਵੇਂ ਆਪਾਂ ਨੂੰ ਹੈਰਾਨੀ ਹੁੰਦੀ ਹੈ ਨਾ ਕਦੇ ਕਦੇ ਵੀ ਆਹ ਜੀ ਫਲਾਨਾ ਖਾਲਿਸਤਾਨੀ ਨੈਟਵਰਕ, ਫਲਾਨਾ ਜੀ ਖਾਲਿਸਤਾਨ ਜਿੰਦਾਬਾਦ ਫੋਰਸ, ਫਲਾਨਾ ਨੀਟਾ ਗਰੁੱਪ ਤੇ ਪਰ ਇਹ ਮਤਲਬ ਹੈ ਜਿਹੜੀ ਨਵੀਂ ਰਿਪੋਰਟ ਹੈ ਉਹਨੇ ਇੱਕ ਹਾਦਸਾ ਜਾਹਰ ਕੀਤਾ ਵੀ ਜਿਵੇਂ ਆਹ ਹੁਣ ਅਕਾਦਮੀ ਗਰੁੱਪ ISI ਠੀਕ ਹੈ ਨਾ, ਸੋ ਇਹ ਜਿਹੜੇ ਇਸ ਤਰ੍ਹਾਂ ਦੇ ਸੰਗਠਨ ਨੇ ਬਿਲਕੁਲ ਇਸੇ ਤਰਜ ਦੇ ਉੱਤੇ ਆਉਣ ਵਾਲੇ ਦਿਨਾਂ ਚ ਤੁਸੀਂ ਨੋਟ ਕਰੋਗੇ ਵੀ ਖਾਲਿਸਤਾਨ ਪੱਕੀ ਜਥੇਬੰਦੀਆਂ ਵੀ ਨਵੇਂ ਨਵੇਂ ਨਾਵਾਂ ਨਾਲ ਉਭਰ ਸਕਦੀਆਂ ਨੇ ਤੇ ਇਹਦੇ ਚ ਇਹ ਵੀ ਕਿਹਾ ਗਿਆ ਵੀ ਬਦਕਿਸਮਤੀ ਨਾਲ ਅਮਰੀਕੀ ਸਰਕਾਰ ਨੇ ਖਾਲਿਸਤਾਨੀਆਂ ਦੁਆਰਾ ਕੀਤੀ ਗਈ ਹਿੰਸਾ ਚ ਕੋਈ ਦਿਲਚਸਪੀ ਨਹੀਂ ਦਿਖਾਈ। ਅੱਛਾ, ਜਦੋਂ ਕਿ ਖਾਲਿਸਤਾਨ ਮੁਹਿੰਮ ਦੇ ਸਭ ਤੋਂ ਵੱਡੇ ਸਮਰਥਕ ਬ੍ਰਿਟੇਨ, ਕੈਨੇਡਾ ਤੇ ਅਮਰੀਕਾ ਵਰਗੇ ਪੱਛਮੀ ਦੇਸ਼ਾਂ ਵਿਚ ਹੀ ਵਸਦੇ ਨੇ ਜਿਹੜੇ ਕਿਉਂਕਿ ਉਹ ਬਿਲਕੁਲ ਜਿਹੜੇ ਲਗਾਤਾਰ ਪੇਸ਼ੇ ਵਜੋਂ ਵਕੀਲ ਵੀ ਨੇ ਬਿਲਕੁਲ। ਹਾਂ, ਰਿਪੋਰਟ ਚ ਵੀ ਕਿਹਾ ਗਿਆ ਵੀ ਜਦੋਂ ਤੱਕ ਅਮਰੀਕੀ ਸਰਕਾਰ ਖਾਲਿਸਤਾਨ ਨਾਲ ਜੁੜੇ ਅੱਤਵਾਦ ਦੀ ਨਿਗਰਾਨੀ ਨੂੰ ਤਰਜੀਹ ਨਹੀਂ ਦਿੰਦੀ ਉਦੋਂ ਤੱਕ ਉਹਨਾਂ ਦੀ ਜਿਹੜੇ ਗਰੁੱਪ ਨੇ ਇਹਨਾਂ ਦੀ ਪਛਾਣ ਕਰਨੀ ਸੰਭਵ ਨਹੀਂ ਹੈ। ਜੇ ਇਸ ਵੇਲੇ ਜਿਹੜੇ ਇਸ ਵੇਲੇ ਭਾਰਤ ਵਿਚ ਜਾਂ ਪੰਜਾਬ ਚ ਹਿੰਸਾ ਵਿਚ ਸ਼ਾਮਲ ਨੇ ਜਾਂ ਅਜਿਹਾ ਕਰਨ ਦੀ ਤਿਆਰੀ ਕਰ ਰਹੇ ਨੇ, ਅੱਜ ਹੀ ਤੁਸੀਂ ਪੜ੍ਹੀ ਹੋਈ ਹੈ ਇੱਕ ਖਬਰ ਵੀ ਹਾਈ ਅਲਰਟ ਜਾਰੀ ਕੀਤਾ ਪੰਜਾਬ ਸਰਕਾਰ ਨੇ ਕਿਉਂਕਿ ਜਿਹੜੇ ਪਿਪਨ ਬੰਬ ਜਿਹੜੇ ਮਿਲੇ ਨੇ ਪਿਪਨ ਬੰਬ, ਹਾਂ ਜੀ, ਉਹਨਾਂ ਦੀ ਵਜ੍ਹਾ ਕਰਕੇ। ਹਾਂ, ਕਿਉਂਕਿ ਜਥੇਬੰਦੀ ਦਾ ਕਿਹਦਾ ਕੀ ਰੋਲ ਹੋ ਸਕਦਾ, ਸਰਕਾਰਾਂ ਵੀ ਕਈ ਵਾਰੀ ਆਪਣੇ ਤੌਰ ਤੇ ਇਹੋ ਜਿਹੇ ਰੋਲ ਅਦਾ ਕਰਦੀਆਂ ਨੇ। ਆਪਾਂ ਨੂੰ ਪਤਾ ਇੱਥੇ ਚੋਣਾਂ ਜਿੱਤਣ ਲਈ ਪੁਲਵਾਮਾ ਵਰਗੀਆਂ ਘਟਨਾਵਾਂ ਕਰਕੇ ਇੱਥੇ ਸੁਰੱਖਿਆ ਜਵਾਨਾਂ ਦੀ ਜਾਨ ਲੈਣ ਲਈ ਵੀ ਸਰਕਾਰਾਂ ਜਿਹੜੀਆਂ ਨੇ ਉਹ ਜਿਹਨੂੰ ਕਹਿੰਦੇ ਗੁਰੇਜ਼ ਨਹੀਂ ਕਰਦੀਆਂ ਤੇ ਇਸ ਵੇਲੇ ਦੇਸ਼ ਦੇ ਵਿਚ ਗ੍ਰਹਿ ਮੰਤਰੀ ਤੋਂ ਲੈ ਕੇ ਐਸੇ ਐਸੇ ਲੋਕ ਸਰਕਾਰ ਦੇ ਵਿਚ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਪਿਛਲੇ ਸਮੇਂ ਚ ਉਹਨਾਂ ਦੀਆਂ ਖੁਦੀਆਂ ਗਤੀਵਿਧੀਆਂ ਦੇ ਉੱਤੇ ਅਨੇਕਾਂ ਵਾਰ ਉਂਗਲਾਂ ਉੱਠੀਆਂ ਨੇ, ਆਪਾਂ ਨੂੰ ਪਤਾ ਇਸ ਗੱਲ। ਸੋ ਇਸ ਕਰਕੇ ਇਹ ਜਿਹੜੀ ਨਵੀਂ ਗੱਲ ਆ ਵੀ ਜੇ ਅਮਰੀਕਾ ਨੇ ਹੁਣ ਵੀ ਧਿਆਨ ਨਾ ਦਿੱਤਾ ਤੇ ਆਹ ਅਫਗਾਨਿਸਤਾਨ ਵਾਲੀ ਜਿਹੜੀ ਘਟਨਾ ਵਾਪਰੀ ਆ ਇੱਡੀ ਵੱਡੀ ਜਿਹਦੇ ਚ ਅਮਰੀਕਾ ਨੂੰ ਭੱਜਣ ਵਾਲੀ ਨੌਬਤ ਆਈ ਆ, ਇਹ ਜੇ ਇੱਥੋਂ ਸਬਕ ਨਹੀਂ ਸਿੱਖਿਆ ਆਉਣ ਵਾਲੇ ਦਿਨਾਂ ਚ ਆ ਜਿਹੜੇ ਖਾਲਿਸਤਾਨੀ ਨੇ ਜਾਂ ਜਿਹੜੇ ਹੋਰ ਵੱਖਵਾਦੀ ਨੇ
ਅਮਰੀਕਾ ਦੀ ਸਰਕਾਰ ਲਈ ਵੀ ਇੱਕ ਨਵੀਂ ਸਮੱਸਿਆ ਖੜੀ ਕਰ ਸਕਦੀ। ਜੀ ਬਿਲਕੁਲ ਹੋ ਸਕਦੀ ਹੈ ਜੀ, ਇਹ ਚ ਕੋਈ ਸ਼ੱਕ ਨਹੀਂ। ਪਰ ਗੱਲ ਸਾਹਿਬ ਜੇ ਦੇਖਿਆ ਜਾਵੇ, ਜੇ ਸਾਰੀਆਂ ਗੱਲਾਂ ਆਪਾਂ ਨੋਟ ਕਰੀਏ, ਹੁਣ ਇਹ ਇਲੈਕਸ਼ਨਾਂ ਦੇ ਟਾਈਮ ਹੀ ਇਹ ਕਿਉਂ ਘਟਨਾਵਾਂ ਇੱਦਾਂ ਦੀਆਂ ਵਾਪਰਦੀਆਂ ਨੇ, ਕਿਉਂ ਜਿਵੇਂ ਹੁਣ ਜਿਵੇਂ ਤੁਸੀਂ ਗੱਲ ਟਿਫਨ ਬੰਬ ਦੀ ਸ਼ੁਰੂ ਕੀਤੀ ਹੈ, ਹੋਰ ਇੱਦਾਂ ਦੀਆਂ ਗੱਲਾਂ ਜਿਹੜੀਆਂ ਆ ਰਹੀਆਂ ਨੇ, ਕਿ ਹਮੇਸ਼ਾ ਹੀ ਇਲੈਕਸ਼ਨ ਦੇ ਟਾਈਮ ਦੇ ਵਿੱਚ ਜਿਹੜੇ ਸਾਡੇ ਲੀਡਰ ਨੇ ਇੰਨੀ ਚਲਾਕੀ ਭਰਿਆ ਅੰਦਾਜ਼ ਦੇ ਵਿੱਚ ਅਜਿਹਾ ਕੰਮ ਕਰ ਜਾਂਦੇ, ਲੋਕਾਂ ਨੂੰ ਡਰਾ ਵੀ ਦਿੰਦੇ ਨੇ ਤੇ ਆਪਣਾ ਕੰਮ ਵੀ ਪੂਰਾ ਕਰ ਲੈਂਦੇ। ਜੀ ਤੁਸੀਂ ਦੇਖਿਆ, ਹੁਣ ਅਗਲੇ ਮੁੱਦੇ ਨੂੰ ਆਪਾਂ ਕੱਲ ਤੇ ਛੱਡਦੇ ਆ, ਮੈਂ ਗੱਲ ਹੋਰ ਕਹਿਣੀ ਚਾਹੁੰਦਾ। ਤੁਸੀਂ ਦੇਖਿਆ ਕਈ ਜਦੋਂ ਚੋਣਾਂ ਆਉਂਦੀਆਂ ਨੇ, ਜਿੱਥੇ ਲੜ ਰਹੀਆਂ ਧਿਰਾਂ ਜਿਵੇਂ ਕਿਸਾਨ ਜਥੇਬੰਦੀਆਂ ਨੇ, ਪਿਛਲੇ ਦਿਨੀ ਮੁਜ਼ੱਫਰਨਗਰ ਦੇ ਵਿੱਚ ਤੁਹਾਨੂੰ ਪਤਾ ਮੈਂ ਤੁਹਾਡੇ ਤੋਂ ਕੁੱਤੀ ਲੈ ਕੇ ਉੱਥੇ ਗਿਆ, ਅਸੀਂ ਉੱਥੇ ਜਾ ਕੇ ਜੋ ਦੇਖਿਆ ਵੀ ਜਿਹੜਾ ਇਹ ਅਗਨ ਰੱਥ ਫਿਰਕਾ ਪ੍ਰਸਤੀ ਦਾ, ਜਿਹਨੂੰ ਅਗਨ ਰੱਥ ਮੈਂ ਕਹੂੰਗਾ, ਜਿਹੜਾ ਅਗਨ ਰੱਥ ਸੀ ਉਹਨੂੰ ਕਿਸਾਨ ਜਥੇਬੰਦੀਆਂ ਨੇ ਜਾਂ ਕਿਸਾਨੀ ਘੋਲ ਨੇ ਥੱਲਿਆ ਦੇਸ਼ ਦੇ ਵਿੱਚ, ਇਹਨੂੰ ਥੱਲ ਪਾਈ ਆ, ਇਹ ਤੋਂ ਮੁੱਕਰ ਨੀ ਸਕਦਾ ਕੋਈ। ਜਿੱਥੇ 2013 ਦੇ ਵਿੱਚ ਅਨੇਕਾਂ ਅੱਗਜਨੀ ਦੀਆਂ ਘਟਨਾ ਹੋਈਆਂ, ਅੱਗਾਂ ਲੱਗੀਆਂ, ਘਰ ਫੂਕੇ, ਬੰਦੇ ਮਾਰੇ, ਸ਼ਰੇਆਮ ਗੋਲੀਆਂ ਚੱਲੀਆਂ, ਇੱਟਾਂ ਪੱਥਰ ਚੱਲੇ, ਬੜਾ ਕੁਛ ਹੋਇਆ, ਨੰਗਾ ਤਾਂਡਵ ਹੋਇਆ ਉੱਥੇ, ਨੰਗਾ ਨਾਚ ਮੁਜ਼ੱਫਰਨਗਰ ਦੀ ਧਰਤੀ ਤੇ, ਜਿੱਥੇ 70 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਤੇ 40,000 ਦੇ ਕਰੀਬ ਜਿਹੜੇ ਪਰਿਵਾਰ ਸੀ ਉਹਨਾਂ ਨੂੰ ਭਰ ਛੱਡਣਾ ਪਿਆ, ਤੇ ਉਹ ਜਿਹੜੀ ਦਹਿਸ਼ਤ ਉਹਨਾਂ ਦੇ ਮਨਾਂ ਦੇ ਉੱਤੇ ਉਸ ਵੇਲੇ ਦੀ ਘਰ ਕਰਕੇ ਬੈਠੀ ਸੀ, ਉਹ ਅੱਜ ਜਦੋਂ ਕਿਸਾਨ ਪੰਚਾਇਤ ਹੋਈ ਉੱਤੇ ਤਾਂ ਉਹ ਦੇਖਿਆ ਕਿ ਮੁਸਲਮਾਨਾਂ ਦੇ ਮਨਾਂ ਤੋਂ ਉਹ ਡਰ ਲਿਆ ਘਟਿਆ, ਤੇ ਪਰ ਕਿਉਂਕਿ ਮੂਹਰੇ ਚੋਣਾਂ ਤੇਰਾ ਰਹੀਆਂ ਨੇ ਉੱਤਰ ਪ੍ਰਦੇਸ਼ ਦੇ ਵਿੱਚ, ਸੱਤਾਧਾਰੀ ਧਿਰ ਚਾਹੇ ਉਹ ਕੇਂਦਰ ਦੀ ਹੋਵੇ ਚਾਹੇ ਉਹ ਉੱਤਰ ਪ੍ਰਦੇਸ਼ ਦੀ ਹੋਵੇ, ਉਹਨਾਂ ਨੂੰ ਇੱਕੋ ਗੱਲ ਮਾਰਾ ਖਾਂਦੀ ਹੈ ਵੀ ਜੇ ਦੇਸ਼ ਹਿੰਦੂ ਮੁਸਲਿਮ ਹਿੰਦੂ ਮੁਸਲਿਮ ਦਾ ਰਾਗ ਗਾਵੇ ਤਾਂ ਉਹਨਾਂ ਦੀਆਂ ਜੜਾਂ ਪੱਕੀਆਂ ਹੁੰਦੀਆਂ ਨੇ, ਤੇ ਜੇ ਲੋਕ ਏਕਤਾ ਦੀ ਗੱਲ ਕਰਨ ਤਾਂ ਉਹਨਾਂ ਦੀਆਂ ਜੜਾਂ ਦੇ ਵਿੱਚ ਤੇਲ ਦਿੱਤਾ ਜਾਂਦਾ। ਤੋ ਇਸ ਕਰਕੇ ਆਹ ਜਿਹੜੀ ਗੱਲ ਤੁਸੀਂ ਕਹੀ ਆ ਵੀ ਇਹ ਚੋਣਾਂ ਦੇ ਦਿਨਾਂ ਚ ਕਿਉਂ ਹੁੰਦਾ ਸਭ ਕੁਛ, ਤਾਂ ਹੁਣ ਇਹ ਚੋਣਾਂ ਦਾ ਮਾਹੌਲ ਹੈ, ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਚ ਚੋਣਾਂ ਹੋਣੀਆਂ ਨੇ, ਉੱਥੇ ਹਿੰਦੂ ਮੁਸਲਿਮ ਦਾ ਰਾਗ, ਉੱਥੇ ਸਿੱਖ ਹਿੰਦੂ ਦਾ ਰਾਗ, ਉੱਥੇ ਅੱਤਵਾਦ ਦਾ ਰਾਗ, ਉੱਥੇ ਕੌਮੀ ਸੁਰੱਖਿਆ ਨੂੰ ਖਤਰਾ, ਉੱਥੇ ਦੇਸ਼ ਭਗਤੀ ਜਿਹੜੀ ਨਕਲੀ ਦੇਸ਼ ਭਗਤੀ ਦੇ ਗੁਣ ਗਾਇਨ ਜਿਹੜੇ ਹੋਣੇ ਨੇ, ਇਹ ਇਹਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਇਹ ਹੋਣਾ ਇਹ ਸਰਕਾਰ ਖੁਦ ਇਹਨੂੰ ਕਰਾਊਗੀ ਆਉਣ ਵਾਲੇ ਦਿਨ, ਕਰਕੇ ਇਹਦਾ ਲਾਹਾ ਖੱਟ ਕੇ ਰਾਜਨੀਤਿਕ ਸੱਤਾ ਜਿਹੜੀ ਆ ਉਹ ਹਾਸਲ ਕੀਤੀ ਜਾ ਸਕੇ। ਇਹ ਕੋਈ ਨਵੀਂ ਗੱਲ ਨਹੀਂ ਹੋ ਸਕਦਾ, ਆਪਾਂ ਪੁਲਵਾਮਾ ਵਰਗੀ ਘਟਨਾ ਜਿਹਦੇ ਉੱਤੇ ਇੱਕ ਦੀ ਅਨੇਕਾਂ ਵਾਰ ਉਹਦੇ ਤੇ ਰਿਪੋਰਟਾਂ ਆ ਰਹੀਆਂ ਨੇ, ਬੜਾ ਕੁਛ ਕਿਹਾ ਗਿਆ, ਪਰ ਸਰਕਾਰ ਜਦੋਂ ਕੋਈ ਇਹੋ ਜਿਹੀ ਗੱਲ ਆਉਂਦੀ ਆ ਤੇ ਉਹਦੇ ਉੱਤੇ ਫਿਰ ਘੇਸਰ ਵੱਟ ਲੈਂਦੀ ਆ, ਉਹਦਾ ਜਵਾਬ ਦੇ ਉਹ ਵੀ ਸੰਬੰਧ ਪਾਤਰੇ ਦੇ ਮੂਹਰੇ ਕਰਤਾ ਜਾਂਦਾ, ਉਹ ਫਿਰ ਉਹ ਕਰਕੇ ਜੋ ਕੁਛ ਮੀਡੀਆ ਦੇ ਉੱਤੇ ਪ੍ਰਚਾਰਿਆ ਜਾ ਰਿਹਾ ਉਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ, ਉਹ ਆਪਾਂ ਸਾਰੇ ਜਾਣਦੇ ਹਾਂ ਤੇ ਸਾਡੇ ਦਰਸ਼ਕਾਂ ਨੂੰ ਵੀ ਇਸ ਗੱਲ ਦਾ ਸਾਡੇ ਸਰੋਤਿਆਂ ਨੂੰ ਵੀ ਇਸ ਗੱਲ ਦਾ ਪਤਾ ਵੀ ਜੋ ਪ੍ਰਚਾਰਿਆ ਜਾ ਰਿਹਾ ਜੋ ਪਰੋਸਿਆ ਜਾ ਰਿਹਾ ਉਹ ਸਾਰਾ ਕੁਛ ਦਰਅਸਲ ਆਉਣ ਵਾਲੀਆਂ ਚੋਣਾਂ ਨੂੰ ਦੇਖ ਕੇ ਕੀਤਾ ਜਾ ਰਿਹਾ। ਜੀ ਗੁਰੂ ਮਿਲ ਕਹਿਣ ਦਾ ਮਤਲਬ ਇਹ ਜੀ ਵੀ ਚੋਣਾਂ ਤੋਂ ਕੁਛ ਦਿਨ ਪਹਿਲਾਂ ਇਹ ਫਸਲ ਬੀਜੀ ਜਾਂਦੀ ਹੈ ਤੇ ਚੋਣਾਂ ਜਦੋਂ ਵੋਟਾਂ ਪੈ ਜਾਂਦੀਆਂ ਨੇ ਉਦੋਂ ਇਹ ਫਸਲ ਘੱਟ ਲਈ ਜਾਂਦੀ ਹੈ, ਇਹ ਮੌਸਮ ਫਸਲ ਦਾ ਮੌਸਮ ਚਾਹੇ 5 ਸਾਲ ਮਗਰੋਂ 4 ਸਾਲ ਮਗਰੋਂ ਚੋਣਾਂ ਦੀ ਫਸਲ ਹੈ, ਚੋਣਾਂ ਦੀ ਫਸਲ ਨੂੰ ਵਧਣ ਲਈ ਇਹਨਾਂ ਦਿਨਾਂ ਦੇ ਵਿੱਚ ਆ ਕੇ ਇਹਦੇ ਉੱਤੇ ਫਿਰ ਹਰ ਤਰ੍ਹਾਂ ਦਾ ਛਿੜਕਾ ਕੀਤਾ ਜਾਂਦਾ, ਹਰ ਤਰ੍ਹਾਂ ਦਾ ਇਹਦੇ ਉੱਤੇ ਇਹਨੂੰ ਜਿਹਨੂੰ ਕਹਿੰਦੇ ਨੇ ਖਾਦਾਂ ਹੋਰ ਸਮੱਗਰੀ ਜਿਹੜੀ ਆ ਉਹ ਸਿੱਟੀ ਜਾਂਦੀ ਆ ਤਾਂ ਕਿ ਭਾਂਬੜ ਹੋਰ ਉੱਚਾ ਬਣੇ, ਤੇ ਇਹਦੇ ਉੱਤੇ ਮੈਂ ਕੱਲ ਇੱਕ ਪ੍ਰੋਗਰਾਮ ਦੇ ਦੌਰਾਨ ਇਹ ਗੱਲ ਕਹਿਣਾ ਜੀ, ਜਿਵੇਂ ਮੈਂ ਕੱਲ ਤੁਹਾਨੂੰ ਦੱਸੀ ਸੀ ਨਾ ਗੱਲ ਵੀ ਜੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਦਿਨਾਂ ਦੇ ਵਿੱਚ ਇਹ ਬਿਆਨ ਦਿੰਦਾ ਵੀ ਜੀ ਕਿਸਾਨ ਦੀ ਕਿਸਾਨਾਂ ਦੀ ਵਜ੍ਹਾ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਬ੍ਰੇਕ ਲੱਗ ਗਈ ਜਾਂ ਪੰਜਾਬ ਨੂੰ ਨੁਕਸਾਨ ਹੋ ਰਿਹਾ ਵਾ, ਤਾਂ ਇਹ ਮੂੰਹ ਤੋਂ ਸਹਿ ਸੁਭਾਅ ਨਹੀਂ ਨਿਕਲੀ ਗੱਲ, ਅਸਲ ਚੋਣ ਚੋਣਾਂ ਦੇ ਵਿੱਚ ਲੋਕਾਂ ਨੂੰ ਜਵਾਬ ਦੇਣੇ ਪਏ ਨੇ, ਇਸ ਕਰਕੇ ਇਹ ਗੱਲਾਂ ਕਹੀਆਂ ਜਾ ਰਹੀਆਂ। ਤੇ ਬਿਲਕੁਲ ਜੇ ਉਹ ਹਰਿੰਦਰ ਸਿੰਘ ਕਾਹੋ ਜੇ ਇਹ ਗੱਲ ਕਹਿੰਦਾ ਵਾ ਬਈ ਮੈਂ ਆਹ ਕਰ ਦੂ, ਮੈਂ ਕਿਸਾਨਾਂ ਦੇ ਹੱਡ ਗੋਡੇ ਤੋੜ ਦੂ, ਮੈਂ ਉਹ ਕਰ ਦੂ, ਜੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਅਖਬਾਰਾਂ ਜੀ ਕਹੀਆਂ ਨੇ
ਭਾਰਤੀ ਜਨਤਾ ਪਾਰਟੀ ਦਾ ਏਜੰਡਾ ਹੈ, ਭਾਰਤੀ ਜਨਤਾ ਪਾਰਟੀ ਦਾ ਏਜੰਡਾ ਹੈ ਭਾਈ ਪੰਜਾਬ ਦੇ ਵਿਚ ਮਾਹੌਲ ਖਰਾਬ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਜੇ ਜਿੱਦਾਂ ਚੋਣ ਪ੍ਰਚਾਰ ਕਰਨ ਲਈ ਉਹ ਉਹਨਾਂ ਨੂੰ ਵੀ ਪਤਾ ਹੁਣ ਪੰਜਾਬ ਸਾਡੇ ਪਹਿਲੇ ਤਾਂ ਕੁਝ ਪੈਣਾ ਨਹੀਂ ਹੈ, ਇਸ ਕਰਕੇ ਇੱਥੇ ਸਿੱਧਾ ਰਾਜ ਪ੍ਰਬੰਧ ਆਪਣਾ ਸਥਾਪਿਤ ਕਰਨ ਲਈ ਗਵਰਨਰੀ ਰਾਜ ਲਾਉਣ ਵਾਸਤੇ ਰਾਹ ਪੱਧਰਾ ਕਰਨ ਲਈ ਇਹੋ ਜਿਹੇ ਜਿਹੜੇ ਬੰਦੇ ਨੇ ਬੇਨਗਾਮ ਲੀਡਰ ਉਹ ਛੱਡੇ ਨੇ ਤਾਂ ਕਿ ਉਹ ਇਹੋ ਜਿਹੀ ਬਿਆਨਬਾਜ਼ੀ ਕਰਨ, ਉਹ ਕਿਸਾਨਾਂ ਨੇ ਜਾ ਕੇ ਉਹਦੇ ਬਰਾਬਰ ਗੁਆ ਸੜਤਾ ਉਹਦੇ ਅੰਦਰ ਵੀ ਸੜਤਾ, ਤਾਂ ਹੁਣ ਕੱਲ ਨੂੰ ਗਵਰਨਰ ਤੋਂ ਇਹ ਰਿਪੋਰਟ ਲਈ ਜਾ ਸਕਦੀ ਆ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਕਾਬੂ ਤੋਂ ਬਾਹਰ ਹੋ ਗਏ, ਇੱਥੇ ਦੀ ਜਿਹੜੀ ਚੁਣੀ ਹੋਈ ਸਰਕਾਰ ਆ ਉਹ ਇਸ ਗੱਲ ਤੇ ਕਾਬਲ ਵੀ ਹੈ, ਇਸ ਕਰਕੇ ਤੇ ਕੋਈ ਰਾਜ ਦੱਸ ਸਕਣ ਤੇ ਕੇਂਦਰ ਸਰਕਾਰ ਨੇ ਬਹੁਤ ਸਮਝੀ ਉਹਦੇ ਖੋਲੇ ਆ, ਅੱਗੇ ਵਾਲੀ ਗੱਲ ਹੈ ਨੀਗੀ ਵੀ ਲੋਕ ਸਭਾ ਦੇ ਵਿੱਚ ਕੋਈ ਵਿਰੋਧ ਹੋਊਗਾ ਕੋਈ ਰਾਜ ਸਭਾ ਦੇ ਵਿੱਚ ਵਿਰੋਧ ਹੋਊਗਾ, ਅੱਗੇ ਤਾਂ ਜਦੋਂ ਐਨਡੀਏ ਦਾ ਮਤਲਬ ਤਾਂ ਵੀ ਜਿਹੜੀ ਆ ਸਹਿਯੋਗੀ ਪਾਰਟੀ ਨੇ ਉਹ ਵੀ ਕਹਿ ਸਕਦੀ ਹੈ ਇਹ ਗਲਤ ਹੈ, ਪਰ ਹੁਣ ਤੱਕ ਕੁਝ 303 ਸੀਟਾਂ ਜਿਹੜੀਆਂ ਨੇ ਉਹ ਬੀਜੇਪੀ ਕੋਲ ਖੁਦ ਨੇ, ਉੱਥੇ ਕਿਹਨੇ ਸੁਣ ਲਈ ਕਿਸੇ, ਉਹ ਇੱਕ ਮਤਾ ਹੀ ਪਾਸ ਕਰ ਰਹੇ ਨਾ ਕਿ ਪੰਜਾਬ ਚ ਗਾਦਰੀ ਰਾਜ ਲੱਗ ਗਿਆ, ਸੋ ਇਸ ਕਰਕੇ ਉਹਦੀਆਂ ਤਿਆਰੀਆਂ ਨੇ ਜੋ ਮੈਨੂੰ ਲੱਗਦਾ। ਬਹੁਤ ਬਹੁਤ ਸ਼ੁਕਰੀਆ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ, ਸਮਾਂ ਕਾਫੀ ਹੋ ਗਿਆ ਪਰ ਆਪਣੀ ਗੱਲ ਦਾ ਸਵਾਦ ਬੜਾ ਆ ਰਿਹਾ ਸੀ, ਜੀ ਨਹੀਂ ਸੀ ਕਰਦਾ, ਪਰ ਹੁਣ ਲੈਣੀ ਪਊ ਬ੍ਰੇਕ ਤੇ ਫਿਰ ਕੱਲ ਨੂੰ ਮਿਲਣ ਦੇ ਬਾਅਦ ਨਾਲ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਚੋਣਾ ਜੀ, ਸਤਿ ਸ੍ਰੀ ਅਕਾਲ, ਸ਼ੁਕਰੀਆ। ਸੋ ਦੋਸਤੋ ਇਹ ਸੀ ਸਰਦਾਰ ਸੰਤੋਖ ਸਿੰਘ ਜੀ ਗਿੱਲ, ਵਧਦਿਆਂ ਅਗਲੇ ਪ੍ਰੋਗਰਾਮ ਵੱਲ, ਖਬਰਾਂ ਦੀ ਖਬਰਸਾਰ ਵਿਚ ਸਵਾਨ ਟਹਿਣਾ ਜੀ ਨੂੰ ਲੈ ਕੇ ਆਉਂਦੇ ਹਾਂ, ਜੁੜੇ ਰਹੋ ਰੇਡੀਓ ਚੰਨ ਪ੍ਰਦੇਸੀ ਦੇ। ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਜੇ ਬੰਦੇ ਨੇ ਫੈਮਿਲੀ ਫੰਕਸ਼ਨ ਕਰਨਾ ਹੋਵੇ ਤਾਂ ਕਿੱਥੇ ਕਰੇ? ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ। ਤੇ ਜੇ ਗਰੋਸਰੀ ਲੈਣੀ ਹੋਵੇ ਤਾਂ? ਬਿਗ ਬਾਜ਼ਾਰ ਪਲਾਜ਼ਾ। ਤੇ ਜੇ ਜਵੈਲਰੀ ਲੈਣੀ ਹੋਵੇ? ਬਿਗ ਬਾਜ਼ਾਰ ਪਲਾਜ਼ਾ। ਤੇ ਜੇ ਦਿਲ ਕਰੇ ਇੰਡੀਅਨ ਫੂਡ ਖਾਣ ਦਾ? ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ। ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਬਿਗ ਬਾਜ਼ਾਰ ਪਲਾਜ਼ਾ 'ਚ ਇੰਨਾ ਕੁਝ ਮਿਲ ਸਕਦਾ। ਮਿਲੂਗਾ ਜੀ ਮਿਲੂਗਾ, 100% ਹੀ ਮਿਲੂਗਾ। ਬਿਗ ਬਾਜ਼ਾਰ ਪਲਾਜ਼ਾ ਕੈਟਰਿੰਗ ਦੀ ਸਰਵਿਸ ਵੀ ਪ੍ਰੋਵਾਈਡ ਕਰਦਾ ਹੈ, ਸੋ ਫੈਮਿਲੀ ਫੰਕਸ਼ਨਸ ਅਤੇ ਕਾਰਪੋਰੇਟ ਇਵੈਂਟਸ ਲਈ ਹਮੇਸ਼ਾ ਯਾਦ ਰੱਖੋ ਬਿਗ ਬਾਜ਼ਾਰ ਪਲਾਜ਼ਾ। ਬਿਗ ਬਾਜ਼ਾਰ ਪਲਾਜ਼ਾ 'ਚ ਬਲੂ ਡਾਇਮੰਡ ਬੈਂਕਟ ਹਾਲ 'ਚ ਕਾਲ ਕਰਨ ਲਈ ਨੰਬਰ ਨੋਟ ਕਰ ਲਓ 317-406-9924, 317-406-9924। ਬਿਗ ਬਾਜ਼ਾਰ ਤੋਂ ਇੰਡੀਅਨ ਗਰੋਸਰੀ ਸਵੀਟਸ ਜਾਂ ਕੈਟਰਿੰਗ ਸਰਵਿਸ ਲਈ ਨੰਬਰ ਨੋਟ ਕਰ ਲਓ 317-640-2400, 317-640-2400। ਬਿਗ ਬਾਜ਼ਾਰ ਪਲਾਜ਼ਾ ਦਾ ਪਤਾ ਨੋਟ ਕਰ ਲਓ, ਨੀਅਰ 465 ਐਮਰਸਨ ਐਕਸਿਟ, 5425 ਈਸਟ ਥੋਮਸਨ ਰੋਡ, ਇੰਡੀਅਨ ਐਪਲਸ, ਇੰਡੀਆਨਾ 46237। ਬਾਈ ਬਹੁਤ ਭੁੱਖ ਲੱਗੀ ਆ, ਆਪਾਂ ਹਾਈਵੇ 70 ਤੇ ਜਾ ਰਹੇ ਹਾਂ ਤੇ ਉੱਥੋਂ 465 ਲੈ ਕੇ ਐਗਜ਼ਿਟ 4 ਤੇ ਰੁਕਾਂਗੇ। ਬਾਈ ਉੱਥੇ ਕੀ ਖਾਸ ਹੈ ਜਾ? ਉੱਥੇ ਮਿੱਤਰਾਂ ਦਾ ਢਾਬਾ, ਨਾ ਤੈਨੂੰ ਪੰਜਾਬ ਯਾਦ ਕਰਾਤਾ ਤਾਂ ਮੈਨੂੰ ਕਹਿ ਦੀ। ਬਾਈ ਪਹਿਲਾਂ ਵਾਲੀ ਨਾ ਕਰਿਓ, 2 ਦਿਨ ਬਹੁਤ ਪੇਟ ਖਰਾਬ ਰਿਹਾ ਮੇਰਾ। ਨਾ ਨਾ ਨਾ, ਉੱਥੇ ਪੂਰੀ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਹੈ, ਨਾਲੇ ਉੱਥੇ ਆਪਾਂ ਬਹਿ ਕੇ ਰੋਟੀ ਖਾਈਏ ਜਾਂ ਪੈਕ ਕਰਾ ਕੇ ਨਾਲ ਲੈ ਲਈਏ, ਮਰਜ਼ੀ ਆਪਣੀ ਹੈ। ਚਲੋ ਬਾਈ ਚੱਲੀਏ ਫਿਰ ਆਪਾਂ। ਮਿੱਤਰਾਂ ਦਾ ਢਾਬਾ, ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਹਰ ਤਰ੍ਹਾਂ ਦਾ ਇੰਡੀਅਨ ਫੂਡ। ਟਰੱਕਾਂ ਵਾਲੇ ਵੀਰਾਂ ਲਈ ਇੱਥੇ ਰੁਕਣ ਦਾ ਵੀ ਪ੍ਰਬੰਧ ਹੈ, ਨਾਲ ਹੀ ਤੁਸੀਂ ਇੱਥੇ ਹਰ ਤਰ੍ਹਾਂ ਦਾ ਡਰਿੰਕ ਇੰਜੋਏ ਵੀ ਕਰ ਸਕਦੇ ਹੋ ਤੇ ਨਾਲ ਵੀ ਕੈਰੀ ਕਰ ਸਕਦੇ ਹੋ। 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਵਿਜ਼ਟਰ ਫਿਊਲ ਦੇ ਸਾਹਮਣੇ, ਚਾਹੇ ਤੁਸੀਂ ਹਾਈਵੇ 70, 69, 65 ਜਾਂ 74 ਤੇ ਆ ਰਹੇ ਹੋ, ਤੁਸੀਂ ਆਣਾ ਹੈ 465 ਐਗਜ਼ਿਟ 4 ਮਿੱਤਰਾਂ ਦਾ ਢਾਬਾ, ਇੰਡੀਅਨ ਐਪਲਸ, ਇੰਡੀਆਨਾ, ਹਾਈਵੇ 70। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਰਬ ਅਤੇ ਦੀਪ ਨੂੰ 317-786-1022, 317-786-1022। ਟੈਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਤੁਹਾਡੇ? ਬੜੀ ਮਿਹਰਬਾਨੀ ਜੀ, ਬਹੁਤ ਵਧੀਆ, ਚੜ੍ਹਦੀ ਕਲਾ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ, ਚੜ੍ਹਦੀ ਕਲਾ ਹੋਣੀ ਚਾਹੀਦੀ ਹੈ। ਟੈਣਾ ਸਾਹਿਬ, ਗੁਰਦਾਸ ਮਾਨ ਨੂੰ ਵੱਡੀ ਰਾਹਤ ਮਿਲੀ ਆ ਜੀ, ਹਾਈ ਕੋਰਟ ਨੇ ਅਗਾਉਂ ਜ਼ਮਾਨਤ ਤੋਂ ਉਹਨਾਂ ਦੀ ਜਿਹੜੀ ਆ ਸਵੀਕਾਰ ਕਰ ਲਈ ਉਹਨਾਂ ਦੀ ਅਰਜ਼ੀ। ਹਾਂਜੀ ਬਿਲਕੁਲ ਜੀ, ਪਿਛਲੇ ਕਈ ਹਫ਼ਤਿਆਂ ਤੋਂ ਗੁਰਦਾਸ ਮਾਨ ਦੀ ਮੁਸ਼ਕਿਲ ਦੇ ਵਿੱਚ ਵਾਧਾ ਹੋਇਆ ਪਿਆ ਸੀ। ਕਾਰਨ ਇਹ ਹੈ ਜਿਹੜੇ ਰੇਡ ਉਹ ਮੰਨਦਾ ਗੁਰਦੁਆਰੇ ਦੇ ਵਿੱਚ, ਉਹਦੇ ਵਿੱਚ ਖੜ ਕੇ ਤੇ ਉਹਨੇ ਗੁਰੂ ਅਮਰਦਾਸ ਜੀ ਦੇ ਨਾਲ ਅੰਸ਼ ਦੇ ਵਿੱਚੋਂ ਆ, ਵੰਸ਼ ਦੇ ਵਿੱਚੋਂ ਆ, ਉਹਨਾਂ ਦੇ ਡੇਰੇ ਦਾ ਮੁਖੀ ਜਾਂ ਡੇਰੇ ਦਾ ਸਾਈ, ਇਹ ਤੁਲਨਾ ਕਰਤੀ ਸੀਗੀ। ਬਾਅਦ ਦੇ ਵਿੱਚ ਜਦੋਂ ਮਾਹੌਲ ਭੜਕ ਗਿਆ ਤਾਂ ਉਹਨੇ ਮਾਫ਼ੀ ਵੀ ਮੰਗੀ ਸੀ ਤੇ ਮੇਰੇ ਕੋਲ ਜਾਣੇ ਅਣਜਾਣੇ ਦੇ ਵਿੱਚ ਜੇਕਰ ਗਲਤੀ ਹੋਈ ਹੈ ਤਾਂ ਮੈਂ ਖਿਮਾ ਦਰਜ ਨਾ ਕਰਦਾ,
ਪਰ ਚੱਕ ਜੱਥੇ ਬੰਦੀਆਂ ਨੇ ਦਬਾਅ ਬਣਾਇਆ ਸੀ ਤੇ ਇਹਦੇ ਕਰਕੇ ਉਹਦੇ ਉੱਤੇ ਪਰਚਾ ਦਰਜ ਹੋ ਗਿਆ ਸੀ। ਨਕੂਦਰ ਦੇ ਥਾਣੇ ਦੇ ਵਿੱਚ ਧਾਰਾ 295 ਏ ਦੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ। ਫਿਰ ਉਹਨੇ ਜਲੰਧਰ ਦੀ ਸੈਸ਼ਨ ਅਦਾਲਤ ਦੇ ਵਿੱਚ ਅਗਾਊ ਜ਼ਮਾਨਤ ਦੀ ਅਰਜ਼ੀ ਲਾਈ, ਇਹ ਰੱਦ ਹੋ ਗਈ ਸੀ। ਫਿਰ ਉਹਦੇ ਕੋਲ ਇੱਕ ਰਾਹ ਸੀਗਾ ਹਾਈਕੋਰਟ ਦਾ ਕਿ ਉਹ ਹੇਠਲੀ ਅਦਾਲਤ ਦੇ ਫੈਸਲੇ ਨੂੰ ਉੱਪਰ ਚੁਣੌਤੀ ਦੇ ਸਕਦਾ, ਤੇ ਉਹਦੇ ਵੱਲੋਂ ਕੱਲ ਫਿਰ ਰਾਹਤ ਮਹਿਸੂਸ ਕੀਤੀ ਗਈ ਹੈ ਕਿਉਂਕਿ ਹਾਈਕੋਰਟ ਦੇ ਵੱਲੋਂ ਉਹਦੀ ਅਗਾਊ ਜ਼ਮਾਨਤ ਦੀ ਅਰਜ਼ੀ ਨੂੰ ਸਵੀਕਾਰ ਕਰ ਲਿਆ ਗਿਆ, ਯਾਨੀ ਕਿ ਗੁਰਦਾਸ ਮਾਨ ਦੀ ਹੁਣ ਗ੍ਰਿਫਤਾਰੀ ਨਹੀਂ ਹੋਊਗੀ। ਵੈਸੇ ਜੇ ਮੰਨ ਲਓ ਹਾਈਕੋਰਟ ਦੇ ਵੱਲੋਂ ਉਹਨੂੰ ਝਟਕਾ ਮਿਲਦਾ, ਫਿਰ ਉਹਦੇ ਕੋਲ ਸੁਪਰੀਮ ਕੋਰਟ ਇੱਕ ਬਦਲ ਸੀਗਾ, ਪਰ ਉਹਦਾ ਹਾਈਕੋਰਟ ਦਾ ਕੀ ਮਸਲਾ ਹੱਲ ਹੋ ਗਿਆ। ਸੋ ਗੁਰਦਾਸ ਮਾਨ ਦੇ ਚਾਹਵਾਨਾਂ ਤੇ ਗੁਰਦਾਸ ਮਾਨ ਦੇ ਪਰਿਵਾਰ ਦੇ ਲਈ ਤੇ ਖੁਦ ਗੁਰਦਾਸ ਮਾਨ ਦੇ ਲਈ ਇਹ ਇੱਕ ਰਾਹਤ ਵਾਲੀ ਖ਼ਬਰ ਹੈਗੀ ਆ ਵੀ ਉਹਨਾਂ ਨੂੰ ਅਗਾਊ ਜ਼ਮਾਨਤ ਮਿਲ ਗਈ ਹੈ। ਟਨਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਿਹੜੀ ਬੇਅਦਬੀ ਦਾ ਮਾਮਲਾ ਸੀ ਉਹਦੇ ਵਿੱਚ ਦੋਸ਼ੀ ਸਿਰਸਾ ਸਾਹਿਬ ਨਾਲ ਸੰਬੰਧਿਤ ਹੈ, ਇਹ ਗੱਲ ਬੀਬੀ ਜਗੀਰ ਕੌਰ ਕਹਿੰਦੀ ਹੈ। ਦੇਖੋ ਇਹਦਾ ਸਾਡੇ ਪੰਜਾਬ ਦੇ ਵਿੱਚ ਪਤਾ ਨੀ ਕੀ ਇੱਕ ਨਵੀਂ ਗੱਲ ਛਿੜੀ ਵੀ ਹੈ ਵੀ ਜਦੋਂ ਵੀ ਕਿਸੇ ਬੰਦੇ ਨੂੰ ਕੋਈ ਇਲਤ ਕਰਦੇ, ਕੋਈ ਇਹੋ ਜਿਹੀ ਕਰਤੂਤ ਕਰਦੇ ਆਪਾਂ ਪੜ੍ਹਦੇ ਹਾਂ ਜਿਹੜਾ ਕਿ ਕਿਸੇ ਧਰਮ ਗ੍ਰੰਥ ਦੀ ਬੇਅਦਬੀ ਕਰਦਾ ਹੋਵੇ ਜਾਂ ਗੁਰਦੁਆਰੇ ਤੇ ਮੰਦਰ ਮਸਜਿਦ ਦੇ ਵਿੱਚ ਕੁਝ ਗਲਤ ਕਰਦਾ ਹੋਵੇ, ਤਾਂ ਬਚਣ ਦੀ ਖਾਤਰ ਬਾਅਦ ਦੇ ਵਿੱਚ ਇੱਕੋ ਗੱਲ ਕਹਿੰਦਾ ਹੁੰਦਾ ਕਿ ਮੇਰਾ ਤਾਂ ਦਿਮਾਗੀ ਤਵਾਦਨ ਠੀਕ ਨਹੀਂ ਆ। ਉਹਦੇ ਪਰਿਵਾਰਕ ਜੀ ਵੀ ਆਉਂਦੇ ਹੁੰਦੇ ਸਾਹਮਣੇ ਵੀ ਭਾਈ ਇਹ ਤਾਂ ਦਿਮਾਗੀ ਤੌਰ ਤੇ ਠੀਕ ਨਹੀਂ, ਤੇ ਮੈਨੂੰ ਲੱਗਦਾ ਵੀ ਸ਼ਾਇਦ ਇਸ ਮਾਮਲੇ ਦੇ ਵਿੱਚ ਵੀ ਇਹੋ ਜਿਹੀ ਗੱਲ ਕਹੀ ਲਓ ਕਿਉਂਕਿ ਬਚਣ ਦੀ ਖਾਤਰ ਇੱਕ ਇਹੋ ਜਿਹਾ ਰਾਹ ਨਿਕਲਦਾ ਹੁੰਦਾ। ਸੋ ਉਸ ਤੋਂ ਬੜੀ ਗੱਲ ਇਹ ਹੈ ਵੀ ਜਦੋਂ ਕੋਈ ਬੰਦਾ ਇਹ ਕਹਿੰਦਾ ਨਾ ਵੀ ਇਹਦਾ ਦਿਮਾਗੀ ਤਵਾਦਨ ਠੀਕ ਨਹੀਂ ਜਾਂ ਮੇਰਾ ਦਿਮਾਗੀ ਤਵਾਦਨ ਠੀਕ ਨਹੀਂ, ਇਹ ਜ਼ਰੂਰ ਵੇਖਣਾ ਚਾਹੀਦਾ ਵੀ ਇਸ ਤੋਂ ਪਹਿਲਾਂ ਵੀ ਉਹਨੇ ਕੋਈ ਇਹੋ ਜਿਹੀ ਗੱਲ ਕੀਤੀ ਹੈ ਕਿ ਨਹੀਂ, ਕਿਉਂਕਿ ਕਈ ਵਾਰ ਤਾਂ ਬੰਦਾ ਬਚਣ ਦੀ ਖਾਤਰ ਵੀ ਇਹ ਕੁਝ ਕਹਿ ਦਿੰਦਾ ਇਸ ਤੋਂ ਪਹਿਲਾਂ ਜਿਹਦਾ ਦਿਮਾਗੀ ਤਵਾਦਨ ਖਰਾਬ ਹੋਣ ਦੇ ਕਰਕੇ ਤੇ ਕੁਝ ਗਲਤ ਨਹੀਂ ਕੀਤਾ ਗਿਆ ਤਾਂ ਉਹਨੇ ਫਿਰ ਇੱਕਦਮ ਇਹੋ ਜਿਹਾ ਗੁਨਾਹ ਕਿਉਂ ਕੀਤਾ, ਇਹ ਵੀ ਪੜਤਾਲ ਹੋਣੀ ਚਾਹੀਦੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਵੀ ਜੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਰਾਜੀ ਸਿੰਘਾਂ ਦੇ ਵੱਲ ਬੀੜੀ ਸੁੱਟੀ ਗਈ ਹੈ, ਜਗਦੀ ਬੀੜੀ ਪੀ ਕੇ ਤੇ ਰਾਜੀ ਸਿੰਘਾਂ ਦੇ ਮੂੰਹ ਦੇ ਵੱਲ ਧੂੰਆਂ ਮਾਰਿਆ ਗਿਆ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਬੀੜੀ ਪੀਤੀ ਗਈ ਹੈ, ਤੇ ਇਸ ਗੱਲ ਦੇ ਉੱਤੇ ਧਾਰਾ 295 ਏ ਦੇ ਤਹਿਤ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਇਸ ਬੰਦੇ ਦੇ ਉੱਤੇ ਦਰਜ ਹੋਇਆ ਜਿਹਨੇ ਇਹ ਕਰਤੂਤ ਕੀਤੀ ਹੈ। ਪਰ ਜਿਹੜੀਆਂ ਸਿੱਖ ਜਥੇਬੰਦੀਆਂ UAPA ਦੇ ਤਹਿਤ ਪਰਚਾ ਦਰਜ ਹੋਵੇ, ਇਹਦਾ ਮਤਲਬ ਹੁੰਦਾ ਅੱਤਵਾਦ ਵਿਰੋਧੀ ਗਤੀਵਿਧੀਆਂ ਰੋਕੂ ਐਕਟ ਦੇ ਤਹਿਤ ਪਰਚਾ ਦਰਜ ਹੋਣਾ ਚਾਹੀਦਾ। ਹੁਣ ਪਤਾ ਇਹ ਲੱਗਾ ਜੀ ਕਿ ਇਸ ਬੰਦੇ ਦਾ ਸਮਾਜ ਆ ਜਿਹੜਾ ਉਹ ਡੇਰਾ ਸਿਰਸਾ ਦੇ ਨਾਲ ਜੁੜਦਾ, ਇਹਦੇ ਘਰ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਲੱਗੀਆਂ ਡੇਰਾ ਸਿਰਸਾ ਦੀਆਂ ਜਿਹੜੀਆਂ ਕਿ ਵਾਇਰਲ ਹੋਈਆਂ। ਉਸ ਤੋਂ ਬੜੀ ਗੱਲ ਇਹ ਕਿ ਜਿਹੜਾ ਇਹਦਾ ਬਾਪ ਆ ਉਹ ਅਮਰੀਕਾ ਦੇ ਵਿੱਚ ਰਹਿੰਦਾ ਤੇ ਡੇਰੇ ਦੀ 7 ਮੈਂਬਰੀ ਕਮੇਟੀ ਦਾ ਮੈਂਬਰ ਆ, ਤੇ ਇਹ ਪਤਾ ਲੱਗਾ ਜੀ ਕਿ ਇਹਦਾ ਬਾਪ ਆ ਜਿਹੜਾ ਉਹ ਇਹਨੂੰ ਪੈਸੇ ਭੇਜਦਾ ਰਹਿੰਦਾ, ਤੇ ਕਹਿੰਦੇ ਵਜ਼ੀਰ ਕੌਰ ਹੋਰਾਂ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਵੀ ਅਸਲ ਦੇ ਵਿੱਚ ਇਹਦਾ ਬਾਪ ਪੈਸੇ ਭੇਜਦਾ ਰਹਿੰਦਾ, ਇਹ ਸਪੌਂਸਰ ਆ ਸਾਰਾ ਕੁਛ, ਇਹ ਡੇਰਾ ਸਿਰਸਾ ਦੇ ਨਾਲ ਜੁੜਿਆ ਹੋਇਆ ਮਾਮਲਾ, ਇਹਦੀ ਤਾਰਾਂ ਜਿਹੜੀਆਂ ਉਹ ਸਿਰਸੇ ਵਾਲੇ ਪਾਸੇ ਜਾ ਕੇ ਜੁੜਦੀਆਂ, ਹੋ ਸਕਦਾ ਵੀ ਇਹਨਾਂ ਨੂੰ ਕੁਛ ਨਾ ਕੁਛ ਕਹਿ ਕੇ ਇਹ ਜਾਣਬੁੱਝ ਕੇ ਕਰਵਾਇਆ ਹੋਵੇ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕੇ। ਉਹਨਾਂ ਨੇ ਕਹਿ ਦੀ ਕਿ ਇਸ ਮਾਮਲੇ ਦੀ ਪੜਤਾਲ ਵੀ ਹੋਣੀ ਚਾਹੀਦੀ ਹੈ, ਭਵਿੱਖ ਦੇ ਵਿੱਚ ਉਹੀ ਦਾ ਕੁਝ ਨਾ ਹੋਵੇ ਤੇ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਇਹਦੇ ਮੁਤਲਕ ਚੌਕਸ ਵੀ ਰਹਿਣਾ ਚਾਹੀਦਾ ਜੀ। ਬਿਲਕੁਲ ਬਿਲਕੁਲ ਟਹਿਣਾ ਸਾਹਿਬ ਜੀ, ਅਗਲੀ ਆਪਾਂ ਜੇ ਨਾਲ ਦੀ ਜੁੜੀ ਗੱਲ ਕਰੀਏ ਤਾਂ ਜਿਹੜੇ ਕਿਸਾਨ ਲੀਡਰ ਰਕੇਸ਼ ਟਕੈਤ ਜੀ ਉਹ ਕਹਿੰਦੇ ਅਵੈਸੀ ਜਿਹੜਾ ਭਾਜਪਾ ਦਾ ਚਾਚਾ ਜਾਨ ਹੈ ਜੀ, ਉਹ ਕਹਿੰਦੇ ਜੇ ਭਗਵਾਂ ਪਾਰਟੀ ਦੇ ਇਸ਼ਾਰਿਆਂ ਤੇ ਖੇਡ ਰਿਹਾ ਜਿਹੜਾ ਅਵੈਸੀ ਹੈ। ਦੇਖੋ ਦੋ ਤਿੰਨ ਗੱਲਾਂ ਨੇ ਜਿਹੜੀਆਂ ਕਿਸਾਨ ਅੰਦੋਲਨ ਨਾਲ ਸੰਬੰਧਿਤ ਹੈ। ਇੱਕ ਤਾਂ ਇਹ ਗੱਲ ਸਾਂਝੀ ਕਰਨੀ ਬਣਦੀ ਹੈ ਵੀ ਕੈਨੇਡਾ ਓਪੀ ਭਵਿਖੜ ਆ ਬੀਜੇਪੀ ਦੇ ਹਰਿਆਣੇ ਤੋਂ ਪ੍ਰਧਾਨ ਆ ਜਿਹੜੇ, ਉਹਨਾਂ ਨੇ ਕੱਲ ਇਹ ਗੱਲ ਕਹੀ ਹੈ ਕਹਿੰਦੇ ਦੇਖੋ ਜਿਹੜੇ ਇਹ ਬਾਰਡਰ ਦੇ ਉੱਤੇ ਆ ਕੇ ਕਿਸਾਨ ਬੈਠੇ ਆ ਨਾ ਇਹ ਹਰਿਆਣੇ ਦੀ ਜੁਗ ਦੇ ਵਿੱਚ ਬੈਠੇ ਆ, ਤੇ ਇਹਨਾਂ ਕਿਸਾਨਾਂ ਦੇ ਕਰਕੇ ਤੇ ਹਰਿਆਣੇ ਵਿੱਚ ਨਸ਼ਾ ਬਹੁਤ ਵੱਧ ਗਿਆ, ਕਿਉਂਕਿ ਪਹਿਲਾਂ ਤਾਂ ਹਰਿਆਣੇ ਦੇ ਜਿਹੜੇ ਕੁਝ ਖੇਤਰ ਨਾਲ ਲੱਗਦੇ ਸੀ ਪੰਜਾਬ ਦੇ
ਉੱਚੇ ਨਸ਼ਾ ਪੱਤਾ ਹੁੰਦਾ ਸੀ, ਪਰ ਹੁਣ ਪੰਜਾਬ ਦੇ ਵਿੱਚੋਂ ਨਸ਼ਾ ਪੱਤਾ ਇੱਥੇ ਸਾਰੇ ਪਾਸੇ ਆ ਗਿਆ, ਜਿਹਦੇ ਕਰਕੇ ਹਰਿਆਣੇ ਨੂੰ ਬਦਨਾਮ ਕੀਤਾ ਜਾ ਰਿਹਾ। ਹਰਿਆਣੇ ਦੇ ਵਿੱਚ ਨਸ਼ਾ ਪੱਤਾ ਹੁਣ ਇਹਨਾਂ ਲੋਕਾਂ ਨੇ ਆਮ ਕਰਤਾ ਤੇ ਸਾਡੇ ਸੂਬੇ ਦੀ ਬਦਨਾਮੀ ਦੇ ਖੱਡ ਦੇ ਵਿੱਚ ਸੁੱਟ ਰਹੇ ਹੋਏ ਲੋਕ। ਫਿਰ ਉਹ ਅੱਗੋਂ ਕਹਿੰਦਾ ਜੀ ਕਿ ਹਰਿਆਣੇ ਦੇ ਵਿੱਚ ਫਿਲਮਾਂ ਬਣਦੀਆਂ ਹੈਗੀਆਂ ਦੰਗਲ ਵਰਗੀਆਂ, ਜਿਹਨਾਂ ਦੇ ਵਿੱਚ ਖਿਡਾਰੀਆਂ ਦੇ ਜਿੱਸੇ ਦਾ ਪਤਾ ਲੱਗਦਾ, ਖਿਡਾਰੀਆਂ ਦੀ ਚੜ੍ਹਦੀ ਕਲਾ ਦਾ ਪਤਾ ਲੱਗਦਾ, ਤੇ ਪੰਜਾਬ ਦੇ ਵਿੱਚ ਫਿਲਮਾਂ ਬਣਦੀਆਂ ਹੈਗੀਆਂ ਉੜਤਾ ਪੰਜਾਬ ਵਰਗੀਆਂ, ਜਿਹਦੇ ਰਾਹੀਂ ਪਤਾ ਲੱਗਦਾ ਜੀ ਪੰਜਾਬ ਦੇ ਵਿੱਚ ਨਸ਼ੇ ਕਿੰਨੇ ਆ। ਕਹਿੰਦਾ ਜੀ ਪੰਜਾਬ ਦੇ ਵਿੱਚ ਬਹੁਤ ਕੁਝ ਗਲਤ ਹੁੰਦਾ ਤੇ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਗਲਤ ਕੰਮ ਕਰਦੇ ਫਿਰਦੇ, ਸਪੋਂਸਰ ਜੇ ਇਹ ਕਿਸਾਨ ਹੈਗੇ ਆ। ਹੁਣ ਮੈਂ ਉਦੋਂ ਮੈਂ ਇਹ ਸੋਚੀ ਜਾਂਦਾ, ਮੈਂ ਕਿਹਾ ਉਹ ਕਹਿੰਦਾ ਜੀ ਕਿ ਉੜਤਾ ਪੰਜਾਬ ਫਿਲਮ ਬਣਦੀ ਆ ਪੰਜਾਬ ਦੇ ਵਿੱਚ, ਸਾਡੇ ਸੂਬੇ ਚ ਦੰਗਲ ਬਣਦੀ ਆ। ਮੈਂ ਤਾਂ ਹੁਣ ਇੱਕ ਰਿਪੋਰਟ ਪੜ੍ਹ ਕੇ ਹਟਿਆ ਵੀ ਹਰਿਆਣੇ ਦੇ ਵਿੱਚ ਫਿਲਮ ਇਹ ਵੀ ਬਣ ਕੇ ਹਟੀ ਆ ਇੱਕ ਬੇਸ਼ਰਮ, ਇੱਕ ਬਣ ਕੇ ਹਟੀ ਆ ਕਾਲੀ ਕਰਤੂਤ, ਛੋਟੀ ਦਾਰੀਆਂ ਵੀ ਬਣ ਗਈਆਂ। ਹੁਣ ਆਪਾਂ ਕੀ ਕਹਿੰਦੇ ਵੀ ਭਾਈ ਤੁਹਾਡੇ ਸੂਬੇ ਦੇ ਵਿੱਚ ਆਹ ਵੀ ਫਿਲਮਾਂ ਬਣ ਗਈਆਂ। ਇੱਥੇ ਅੰਡਰਵਿਜ ਉੱਠ ਕੇ ਕਹਿੰਦਾ ਕਹਿੰਦਾ ਦੇਖੋ ਜੀ ਗੱਲ ਇਹ ਹੈ ਕਿ ਇੱਕ ਨਾ ਇਹ ਕਿਸਾਨ ਕੋਈ ਅੰਦੋਲਨ ਨਹੀਂ ਕਰਦੇ, ਇਹ ਤਾਂ ਐਵੇਂ ਗਦਰ ਜਿਹਾ ਕਰਦੇ ਫਿਰਦੇ ਆ, ਤੇ ਜਿਹੜੇ ਕਿਸਾਨ ਆ ਨਾ ਇਹ ਅਸਲ ਦੇ ਵਿੱਚ ਸਪੋਂਸਰ ਹੈਗੇ ਆ, ਤੇ ਇਹ ਕੋਈ ਕਿਸਾਨ ਨਹੀਂ ਗੇ, ਇਹ ਤਾਂ ਡਾਂਗਾ ਤੇ ਤਲਵਾਰਾਂ ਲੈ ਕੇ ਫਿਰਦੇ ਆ, ਤੇ ਇਹ ਤਾਂ ਹਿੰਸਕ ਬੰਦੇ ਆ, ਇਹ ਤਾਂ ਉਜੜਪਾਰੀ ਗੱਲਾਂ ਕਰਦੇ ਆ। ਹੁਣ ਉਹਨੂੰ ਇਹ ਨੀ ਪਤਾ ਵੀ ਗਦਰ ਲਹਿਰ ਦੇ ਕਰਕੇ ਤਾਂ ਦੇਸ਼ ਵੀ ਆਜ਼ਾਦ ਹੋਇਆ, ਤੇ ਗਦਰ ਫਿਲਮ ਤਾਂ ਤੁਹਾਡੇ ਉਸ ਐਮਪੀ ਦੀ ਵੀ ਆਈ ਸੀ ਜਿਹਨੂੰ ਤੁਸੀਂ ਆਪਦਾ ਬਹੁਤ ਵੱਡਾ ਕਹਿੰਦੇ ਆ, ਤੇ ਪੰਜਾਬ ਦੇ ਸਿਰ ਮੜਿਆ ਹੋਇਆ ਉਹਨੂੰ ਗੁਰਦਾਸਪੁਰ ਤੋਂ, ਸੰਨੀ ਦਿਓਲ ਭਾਜਪਾ ਦਾ ਮੈਂਬਰ ਆ ਤੇ ਗਦਰ ਤਾਂ ਉਹਦੀ ਫਿਲਮ ਵੀ ਆਈ ਸੀ। ਸੋ ਮਤਲਬ ਇਹ ਆ ਵੀ ਇਹਨਾਂ ਨੂੰ ਗਦਰ ਦਾ ਵੀ ਨੀ ਪਤਾ ਗਾ, ਜੇ ਤਾਂ ਐਸ ਡੀ ਐਮ ਸਿਰ ਪਾ ਰਹੇ ਫਿਰ ਤਾਂ ਇਹਨਾਂ ਨੂੰ ਕੋਈ ਪਰਵਾਹ ਨੀ। ਇਹ ਕਹਿੰਦੇ ਜੀ ਇਹ ਕੋਈ ਹਿੰਸਾ ਨਹੀਂ, ਇਹ ਜਿੰਨਾ ਦੇ ਸਿਰ ਪਾਟੇ ਆ ਤੇ ਉਹ ਕਦੇ ਹਿੰਸਕਾ, ਸੋ ਇਹ ਇਹਨਾਂ ਦੀ ਸੋਚ ਆ। ਉਸ ਤੋਂ ਅਗਲੀ ਗੱਲ ਕਰ ਲਓ ਹਰਿੰਦਰ ਸਿੰਘ ਕਾਹਲੋਂ ਦੀ, ਜਿਹਨੇ ਇਹ ਗੱਲ ਕਹੀ ਸੀ ਵੀ ਮੋਦੀ ਸਾਹਿਬ ਤਾਂ ਸ਼ਹੀਦ ਬੰਦੇ ਆ, ਜੇ ਕਿਤੇ ਮੈਂ ਹੁੰਦਾ ਨਾ ਮੈਂ ਤਾਂ ਡਾਂਡਾ ਦੇ ਰੰਗ ਸਿੱਧੇ ਕਰ ਦਿੰਦਾ, ਕਿਸਾਨ ਜੇਲ੍ਹਾਂ ਦੇ ਵਿੱਚ ਸੁੱਟ ਦਿੰਦਾ, ਜੇ ਕਿਤੇ ਸਾਡੇ ਘਰ ਦੇ ਵੱਲ ਅੱਗ ਦਿੰਦਾ ਗੋਹੇ ਦੀ ਟਰਾਲੀ ਲੈ ਕੇ, ਤੇ ਮੈਂ ਤਾਂ ਮੰਜੀ ਦੇ ਪਾ ਕੇ ਭੇਜਣੇ ਸੀ ਉੱਤੇ ਚਿੱਟੀ ਚਾਦਰ ਦੇ ਕੇ। ਕੱਲ ਉਹਨਾਂ ਦੇ ਘਰ ਦੇ ਮੂਹਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਗਏ ਗੋਹੇ ਦੀ ਟਰਾਲੀ ਲੈ ਕੇ, ਉਹਨਾਂ ਦੇ ਘਰ ਦੇ ਵਿੱਚ ਗੋਹਾ ਸੁੱਟ ਕੇ ਆਏ ਆ ਘਰ ਦੇ ਅੰਦਰ, ਤੇ ਕੌਲਿਆਂ ਦੇ ਉੱਤੇ ਗੋਹਾ ਮਲ ਕੇ ਆਏ ਆ, ਤੇ ਉਹਨੂੰ ਕਹਿੰਦੇ ਬਾਹਰ ਆ ਜਾਓ ਸਾਨੂੰ ਮੰਜੀ ਦੇ ਉੱਤੇ ਪਾ ਦਿਓ, ਅਸੀਂ ਤੁਹਾਡੇ ਘਰ ਦੇ ਬਾਹਰ ਪ੍ਰਦਰਸ਼ਨ ਕਰੀ ਜਾਂਦੇ ਨਾਅਰੇਬਾਜ਼ੀ ਕਰਨ ਆਏ ਆ, ਆਜੋ ਸਾਡੇ ਡਾਂਗਾ ਮਾਰ ਮਾਰ ਕੇ ਸਾਨੂੰ ਜੇਲ੍ਹ ਦੇ ਵਿੱਚ ਸੁੱਟ ਦਿਓ, ਤੇ ਫਿਰ ਮਾਂ ਦੇ ਪੁੱਤ ਦੇ ਮਾਫ਼ੀ ਵੀ ਮੰਗ ਲਈ। ਕਹਿੰਦਾ ਮੈਂ ਤਾਂ ਵੇਗ ਦੇ ਵਿੱਚ ਇਹ ਗੱਲ ਕਹਿ ਬੈਠਾ ਸੀਗਾ ਤੇ ਮੈਂ ਤਾਂ ਕਿਸਾਨਾਂ ਨੂੰ ਪਿਆਰ ਹੀ ਬੜਾ ਕਰਦਾ, ਫਿਰ ਇਸ ਪਾਸੇ ਆ ਗਿਆ। ਅਗਲੀ ਗੱਲ ਇਹ ਹੁੰਦੀ ਹੈ ਵੀ ਜਿਹੜੇ ਹੈਗੇ ਰਾਕੇਸ਼ ਟਕੈਤ ਤੁਸੀਂ ਪੁੱਛਿਆ, ਉਹ ਰਾਕੇਸ਼ ਟਕੈਤ ਕਹਿੰਦਾ ਜੀ ਦੇਖੋ ਯੂਪੀ ਦੇ ਵਿੱਚ ਨਾ ਹੁਣ ਆ ਚੁੱਕਿਆ ਜੀ ਬੀਜੇਪੀ ਦਾ ਚਾਚਾ ਜਾਨ, ਜਿਹਨੂੰ ਅਸੀਂ ਅਸਦੁਦੀਨ ਅਵੈਸੀ ਕਹਿੰਦੇ ਹਾਂ, ਉਹ ਕਹਿੰਦਾ ਵੀ ਇਹ ਇਕਲੌਤਾ ਇਹੋ ਜਿਹਾ ਬੰਦਾ ਜਿਹੜਾ ਕੋਈ ਮੁਸਲਮਾਨ ਭਾਈਚਾਰੇ ਦੀ ਗੱਲ ਕਰਦਾ ਤੇ ਉਹਨਾਂ ਦੇ ਵੋਟਾਂ ਦੇ ਸਿਰ ਦੇ ਉੱਤੇ ਪਲਦਾ, ਪਰ ਜਦੋਂ ਵੀ ਕਿਤੇ ਬੀਜੇਪੀ ਸੰਕਟ ਦੇ ਵਿੱਚ ਆਵੇ ਇਹ ਜਨਾਬ ਆਪਦਾ ਲੌਂਗ ਲਾਣਾ ਚੱਕ ਕੇ ਤੇ ਉੱਥੇ ਪਹੁੰਚ ਜਾਂਦਾ, ਕਿਉਂਕਿ ਇਹਨੇ ਬੀਜੇਪੀ ਨੂੰ ਬਚਾਉਣਾ ਹੁੰਦਾ, ਬੀਜੇਪੀ ਨੂੰ ਜਿਤਾਉਣ ਦੀ ਕੋਸ਼ਿਸ਼ ਕਰਨੀ ਹੁੰਦੀ ਆ। ਤੇ ਉਹਨਾਂ ਨੇ ਅਗਲੀ ਗੱਲ ਇਹ ਕਹੀ ਆ ਵੀ ਇੱਦਾਂ ਜੇਕਰ ਕੋਈ ਇੱਕ ਸ਼ਬਦ ਵੀ ਮੂੰਹ ਦੇ ਵਿੱਚੋਂ ਕੱਢ ਦੇਵੇ ਤਾਂ ਉਹਦੇ ਤੇ ਪਰਚਾ ਦਰਜ ਕਰ ਲੈਂਦੇ ਬੀਜੇਪੀ ਵਾਲੇ, ਪਰ ਇਹ ਜਿਹੜਾ ਚਾਚਾ ਜਾਨ ਹੈਗਾ ਇਹਨਾਂ ਦਾ ਇਹ ਜੋ ਮਰਜ਼ੀ ਕਰੀ ਜਾਵੇ ਗਾਲਾਂ ਕੱਢੀ ਜਾਵੇ ਇਹਦੇ ਉੱਤੇ ਕੋਈ ਪਰਚਾ ਦਰਜ ਨਹੀਂ ਹੁੰਦਾ ਗਾ, ਇਹ ਬੀਜੇਪੀ ਦਾ ਚਾਚਾ ਜਾਨ ਆ, ਪਰ ਕੋਈ ਗੱਲ ਨੀ ਪਰਵਾਹ ਨੀ ਕਰਨੀ, ਸਾਰੇ ਸਾਰਾ ਕੁਝ ਹੁਣ ਜਾਣਦੇ ਆ। ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੀ ਇਹ। ਉਧਰ ਟਹਿਣਾ ਸਾਹਿਬ ਤਿੰਨ ਕਾਲੇ ਕਾਨੂੰਨ ਅਕਾਲੀਆਂ ਦੀ ਦੇਣ ਹੈ, ਇਹ ਗੱਲ ਨਵਜੋਤ ਸਿੱਧੂ ਨੇ ਸਬੂਤਾਂ ਦੇ ਸਮੇਤ ਵੀਡੀਓ ਕਲਿੱਪਾਂ ਦੇ ਰਾਹੀਂ ਅਕਾਲੀਆਂ ਨੂੰ ਕਟਹਿਰੇ ਵਿਚ ਖੜਾ ਕਰ ਦਿੱਤਾ, ਇਹ ਗੱਲ ਉਹਨੇ ਪੇਸ਼ ਕੀਤੀ ਹੈ ਜੀ। ਹਾਂ ਬਿਲਕੁਲ ਜੀ, ਅਸਲ ਦੇ ਵਿੱਚ ਗੱਲ ਇਹ ਹੈ ਕਿ ਅਕਾਲੀਆਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ 2013 ਦੇ ਵਿੱਚ ਕਾਨੂੰਨ ਬਣਾਏ ਗਏ, ਜਿਸ ਤਰੀਕੇ ਦੇ ਨਾਲ ਇਹਨਾਂ ਕਾਨੂੰਨਾਂ ਦੇ ਆਧਾਰ ਦੇ ਉੱਤੇ ਹੀ ਕੇਂਦਰ ਦੀ ਸਰਕਾਰ ਨੇ ਕਾਨੂੰਨ ਆ ਜਿਹੜੇ ਉਹ ਤਿਆਰ ਕੀਤੇ ਆ, ਇਸ ਗੱਲ ਨੂੰ ਮੁੱਖ ਰੱਖਦੇ ਹੋਏ ਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਮੈਂ ਇਹ ਕਹਿੰਦਾ ਕਿ ਪ੍ਰੈਸ ਕਾਨਫਰੰਸ ਤੇ ਮੀਡੀਆ ਦੇ ਵਿੱਚ ਕੀਤੀ ਗਈ ਹੈ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹੁਣ ਤਾਂ ਅਕਾਲੀ ਦਲ ਦੇ ਡਰਾਮੇਬਾਜ਼ੀ ਵੀ ਲੋਕਾਂ ਦੀ ਦਲ ਕਾਨੂੰਨਾਂ ਦੇ ਖਿਲਾਫ ਆ, ਇਹਨਾਂ ਕਾਨੂੰਨਾਂ ਦੇ ਕਰਕੇ ਹੀ ਬੀਜੇਪੀ ਦੇ ਵੱਲੋਂ ਸਾਂਝ ਦੀ ਸ਼ਕਤੀ ਹੈ,
हालात बने उन्होंने कहा भी आने समय के खतरनाक गल हो सकती है पर भी गल कही है भी इस वक्त जरूरत इस गल की है कि वो तो लोड़ है इस वक्त इन्होंने ध्यान समझ ली उन्होंने ये गल आखी है कि इस वक्त केंद्र की नवी सरकार है वो वालों भी कानून है जेडे पंजाब की सरकार को प्रभावित होकर बनाए गए हैं क्योंकि कॉन्ट्रैक्ट फार्मिंग है जी वे बादल ने 2013 कानून पंजाब लागू करता एमएसपी नहीं होगी यह कानून है जरा वो पंजाब पहला बन गया हूं तो अकाली दल के आगू मगरमा चल अक्सूब हो गए हैं हम कहेंगे अभी 14 तरीक न बहुत वाला काफिला लेके गुरद्वारा साहबगंज से लैके असं पार्लीमेंट तक मार्च करा पर यह सारिया पखंडबाजियां ये सिंचाई लाने की कोई चीज नहीं है तो उन्होंने सबूतों के तहत गल की है कि जेडे इन्होंने कानून बनाए थे 2013 जो मुख्यमंत्री से उस वक्त ये सैक्शन आईए आगे लिखी थी इन्हें तो प्रभावित होकर केंद्र की सरकार के वालों जो कानून बनाया गया वो आगे लिखी गई बादलों के कानून के आगे लिखी थी बिल्कुल यही गल केंद्र की सरकार ने कानून चा बादलों के कानून के एक आगे दर्ज की गई बिल्कुल यही दर्ज जी गल की गई है केंद्र की सरकार के वालों उन्होंने एक गल कही है कि मोदी सरकार से बादल सरकार सरकार यह दोनों टिप्पणियां चाहिए इन्हों के काम ढंग के अंतर नहीं गा किसानों मारन के लिए इन्होंने वालों भी योजना उही उलीकियां गई होने वाले वालों भी यही उलीकियां लगा पर समा पैण के करके अपनी इज्जत बचाने के लिए अपने आप में सही दर्शाने के लिए इन्हों के वालों आ सारा कुछ किया जा रहा जो कि समय की बहुत वो जरूरत है भी रखा जाए कि समझा जाए उन्होंने यह गल कही है कि जरूरत इस वक्त इस गल की भी है कि भाई इन लोगों को पछाण के दरताया जाए कि जोड़े लोग अब मगरमच्छ के अथरूप होंगे हैं ये गल कहते कि इस तक किसानी जो मुसीबत अभी तक कुर्बानियां वाली दें किसानों की कदर से गलों इस वक्त समझो ये पूरे मेरा करना सर जो इस वक्त अकाली दल के वालों रैलियां कीतिया जा रहा थी उन्होंने रैलियों के तरीका जोड़ा वो किसानों के विरोध करके पैदा होया सो इस वक्त जार सबूत गल् गई ये उत्तर अकाली दल में हाले तक उत्तर कोई नहीं सीधा मैंने याद है चंगी तरह इसे साल फरवरी महीने के नरेंद्र सिंह तोमर ने गल कही थी कि असल के अभी तो यह कानून अकाली दल के वालों जारी किए गए कानूनों को प्रभावित होकर बनाए हैं साढ़े तो पहले तो उन्होंने पंजाब के लागू किए हुए हैं सो इस करके सानू एवं हम बदनाम करी जाते हैं सो यह गल हम कल दलजोत सिंह ने सबूतों राही रखी है हम अकाली दल इस मामले के उत्ते अपना की तर्क देगा की इस मामले उत्ते अपने सबूत लेके आऊगा यह वक्त बयान करूंगा पर कल दलजोत सिंह की प्रेस कॉन्फ्रेंस ने अकाली दल को एक बार मुख्य चक्कर के पाया जी हाँ बिल्कुल नवजोत सिंह थोड़ा जा हुण सही लाइन दे उत्ते आ गया कैप्टन अमरिंदर सिंह तो ध्यान हटा के विरोधी पार्टियां दे उत्ते तंज कसण लग्या होया चंगी गल है दूजे पासे आपां अगली गल करिए तां हिमाचल प्रदेश दी है टहना साहब 21 सितंबर तक स्कूल खुलण ते रोक लाती है कहिंदे कोरोना इन्फेक्शन वधण दे करके फैसला लिया मैनूं तुहाडी आवाज ब्रेक हो के आई है मैनूं दोबारा पुछिए जी बिल्कुल जी मेरी जिहड़ी आवाज विच थोड़ी जी प्रॉब्लम टहना साहब आ रही है क्योंकि मैनू लगता है कोई गड़बड़ इंटरनेट दे विच चल रही है जिहदे करके सिस्टम च खराबी मैं कहा सी हिमाचल दे विच 21 सितंबर तक स्कूल बंद कोरोना इन्फेक्शन वधण दे करके फैसला लिया हिमाचल प्रदेश ने हाँ बिल्कुल जी कोरोना महामारी दे करके हिमाचल प्रदेश दे विच एक बार फिर फैसला किया गया क्योंकि हम पता लगा जी कि 21 सितंबर तक उत्थे सारे स्कूल बंद कर दिते गए हैं इस तो पहला उत्थे स्कूल जिहड़े खोले गए सी 9वीं तो लेके 12वीं तक दे सी फिर उस तो बाद पूरे स्कूल खोल दिते गए पर हुण उत्थे स्कूल बंद कर दिते गए हैं क्योंकि उत्थे स्कूलों के विद्यार्थियों को कोरोना एक बार फिर वधण लग पिया जिहदे करके सरकार ने यह फैसला किया जी बिल्कुल टैनल साहब जी अगली गल हैगी है वह हैगी है आर टी आई दे विच
RTI ਦੇ ਵਿੱਚ ਇੱਕ ਖੁਲਾਸਾ ਹੋਇਆ ਕਿ 8 ਸਾਲਾਂ ਦੇ ਵਿੱਚ ਮੁੱਖ ਮੰਤਰੀਆਂ ਦੇ ਹੈਲੀਕਾਪਟਰਾਂ ਦੇ ਲਈ ਸਰਕਾਰ ਨੇ ਤਕਰੀਬਨ 22 ਕਰੋੜ 73,99,473 ਰੁਪਈਏ ਖਰਚ ਕਰੇ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਅੰਕੜਾ ਆਪਣੇ ਆਪ ਦੇ ਵਿੱਚ ਬੜਾ ਖਤਰਨਾਕ ਵੀ ਹੈ ਤੇ ਖਤਰਨਾਕ ਮੈਂ ਪੰਜਾਬ ਦੇ ਆਰਥਿਕ ਹਿੱਤਾਂ ਦੇ ਨਾਲ ਜੋੜ ਕੇ ਕਹਿ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਇਸ ਵਕਤ ਬੱਸਾਂ ਦੇ ਭਾੜਿਆਂ ਤੋਂ ਲੈ ਕੇ ਹੋਰ ਹਰ ਚੀਜ਼ ਕਿੰਨੀ ਮਹਿੰਗੀ ਹੋ ਗਈ ਹੈ, ਇਹਦੇ ਬਾਬਤ ਸਮੇਂ ਸਮੇਂ ਤੇ ਖ਼ਬਰਾਂ ਆਉਂਦੀਆਂ ਰਹਿੰਦੀਆਂ, ਲੋਕ ਕਿੰਨਾ ਸੰਤਾਪ ਹੰਡਾਉਂਦੇ ਮਹਿੰਗਾਈ ਦਾ, ਇਹਦੇ ਬਾਬਤ ਜਾਣਕਾਰੀਆਂ ਆਉਂਦੀਆਂ ਰਹਿੰਦੀਆਂ। ਆਮ ਲੋਕਾਂ ਦੇ ਵਾਸਤੇ ਬੱਸਾਂ ਦਾ ਭਾੜਾ ਹੀ ਨਹੀਂ ਮਾਣ, ਪਰ ਪਿਛਲੇ 8 ਸਾਲਾਂ ਦੇ ਵਿੱਚ ਪੰਜਾਬ ਦੇ 2 ਮੁੱਖ ਮੰਤਰੀਆਂ ਨੇ 21,73,99,473 ਰੁਪਈਆਂ ਤੋਂ ਵੱਧ ਖਰਚ ਕੀਤੇ ਆ ਹੈਲੀਕਾਪਟਰ ਦੇ ਝੂਟਿਆਂ ਮਾਟਿਆਂ ਤੇ। ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਤੇ ਹੁਣ ਵਾਲੇ ਕੈਪਟਨ ਅਮਰਿੰਦਰ ਸਿੰਘ, ਇਹਨਾਂ ਦੇ ਵੱਲੋਂ ਹੈਲੀਕਾਪਟਰਾਂ ਦੇ ਉੱਤੇ ਝੂਟੇ ਲੈਣ ਦੇ ਉੱਤੇ ਇਹ ਪੈਸੇ ਖਰਚ ਕੀਤੇ ਗਏ ਆ ਤੇ RTI ਦੇ ਰਾਹੀਂ ਇਹ ਜਾਣਕਾਰੀ ਦਾ ਪਤਾ ਲੱਗਾ। 2014 ਤੋਂ ਲੈ ਕੇ ਤੇ ਇਸ ਸਾਲ ਦੇ ਚਾਲੂ ਸਾਲ ਦੇ 2021 ਤੱਕ ਦਾ ਇਹ ਅੰਕੜਾ ਹੈਗਾ। ਇਸ ਰਕਮ ਦੇ ਵਿੱਚ ਮੁੱਖ ਮੰਤਰੀਆਂ ਦੇ ਆਉਣ ਜਾਣ ਦੇ ਲਈ ਵਰਤੇ ਗਏ ਹੈਲੀਕਾਪਟਰਾਂ ਦੇ ਉੱਤੇ ਖਰਚ ਕੀਤੀ ਰਕਮ ਦਾ ਵੇਰਵਾ ਦਰਜ ਹੈ। ਬਠਿੰਡੇ ਦਾ ਵਾਸੀ ਹੈਗਾ ਜੀ ਸੰਜੀਵ ਗੋਇਲ, ਪੁੱਤਰ ਅਸ਼ੋਕ ਕੁਮਾਰ, ਉਹਨੇ RTI ਦੇ ਰਾਹੀਂ ਜਾਣਕਾਰੀ ਮੰਗੀ ਸੀ ਤੇ ਉਹਦੇ ਰਾਹੀਂ ਪਤਾ ਲੱਗਾ ਜੋ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਜਾਣਕਾਰੀ ਦਿੱਤੀ ਹੈ। 2014 ਤੋਂ ਲੈ ਕੇ 2017 ਤੱਕ 3 ਸਾਲਾਂ ਦੇ ਵਿੱਚ ਉਦੋਂ ਦੇ ਮੁੱਖ ਮੰਤਰੀ ਰਹੇ ਜਿਹੜੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੇ ਲਈ ਜਿਹੜਾ ਹੈਲੀਕਾਪਟਰ ਵਰਤਿਆ ਗਿਆ ਆਉਣ ਜਾਣ ਦੇ ਲਈ, ਉਹਦੇ ਉੱਤੇ 10,88,80,191 ਰੁਪਈਏ ਦਾ ਖਰਚਾ ਹੋਇਆ ਤੇ ਜਿਹੜੇ ਵਰਤਮਾਨ ਮੁੱਖ ਮੰਤਰੀ ਹੈ ਕੈਪਟਨ ਅਮਰਿੰਦਰ ਸਿੰਘ, ਇਹਨਾਂ ਨੇ ਆਉਣ ਜਾਣ ਦੇ ਉੱਤੇ 2017 ਤੋਂ ਲੈ ਕੇ ਹੁਣ ਤੱਕ 12,27,06,181 ਰੁਪਈਏ ਦਾ ਖਰਚਾ ਆਇਆ। ਚਲੋ ਵੱਡੇ ਬਾਦਲ ਹੋਰਾਂ ਦਾ ਪੱਕਾ ਕਿ ਨਹੀਂ ਜੀ ਕੋਈ ਤਾਂ ਹੁਣ ਵੇੜਾ ਨਿਕਲ ਗਿਆ, ਕਿਉਂਕਿ ਉਹ 17 ਤੱਕ ਦੀ ਗੱਲ ਹੈ, 14 ਤੋਂ 17 ਤੱਕ ਦੀ, ਪਰ 17 ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਮੁੱਖ ਮੰਤਰੀ ਆ ਇਹਨਾਂ ਦੇ ਖਰਚੇ ਪਤਾ ਨੀ ਕਿਵੇਂ ਹੋ ਗਏ ਹੋਣੇ ਇੰਨੇ 12 ਕਰੋੜ ਤੋਂ ਵੱਧ, ਕਿਉਂਕਿ ਇਹਨਾਂ ਦੇ ਬਾਰੇ ਤਾਂ ਖ਼ਬਰਾਂ ਇਹੀ ਆਉਂਦੀਆਂ ਵੀ ਘਰ ਦੇ ਵਿੱਚੋਂ ਨਿਕਲਦੇ ਨੀ, ਵੀ ਇਹ ਕਿਤੇ ਜਾਂਦੇ ਨੀ, ਇਹ ਕਿਤੇ ਆਉਂਦੇ ਨੀ, ਤੇ ਫਿਰ ਇਹਨਾਂ ਦੇ ਹੈਲੀਕਾਪਟਰ ਦੇ ਉੱਤੇ ਇੰਨਾ ਕਿਵੇਂ ਖਰਚਾ ਆ ਗਿਆ, ਸਵਾਲ ਹੁਣ ਇਹ ਵੀ ਉੱਠਿਆ। ਉਹ ਗੁਆਂਢੀ ਦੇਸ਼ ਤੋਂ ਜਿਹੜਾ ਇੱਕ ਦੋਸਤ ਆਉਂਦਾ ਮਿਲਣ ਟਹਿਣਾ ਸਾਹਿਬ, ਕਿਤੇ ਉਹ ਤਾਂ ਨੀ ਹੈਲੀਕਾਪਟਰਾਂ ਦੇ ਝੂਟੇ ਲਈ ਜਾਂਦਾ, ਇਹ ਤਾਂ ਬਾਅਦ ਚ ਪਤਾ ਲੱਗੂ, RTI ਨੂੰ ਵੀ ਨੀ ਪਤਾ ਲੱਗਣਾ ਵੀ ਉਹ ਕਦੋਂ ਗਿਆ ਕਿੱਧਰ ਨੂੰ ਗਿਆ, ਉਹ ਇਹ ਤਾਂ ਹੌਲੀ ਹੌਲੀ ਪਤਾ ਲੱਗੂ। ਪਰ ਦੂਜੇ ਪਾਸੇ ਟਹਿਣਾ ਸਾਹਿਬ ਜੀ, ਆਪਾਂ ਗੱਲ ਕਰੀਏ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ, ਕਹਿੰਦੇ ਘੱਟ ਹੋਣਗੀਆਂ, ਪਰ ਨਾਲ ਦੀ ਨਾਲ ਹੀ ਜਿਹੜੀ ਇਹਦੇ ਵਿੱਚ GST ਦੇ ਵਿੱਚ ਜ਼ਿਆਦਾ ਵਾਧਾ ਕੀਤਾ ਜਾਊਗਾ, ਹੋ ਸਕਦਾ ਹੋਰ ਮਹਿੰਗਾ ਹੋ ਜਾਵੇ। ਹੁਣ ਸਮਝ ਨਹੀਂ ਆਉਂਦੀ ਵੀ 3/4 ਲੋਕਾਂ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ GST ਦੇ ਵਿੱਚ ਵਧਾਉਣ ਦੇ ਲਈ, ਲਾਉਣ ਦੇ ਲਈ। ਕੀ ਕਹਿਣਾ ਤੁਹਾਡਾ? ਦੇਖੋ ਜੀ, ਗੱਲ ਇਹ ਹੈ ਵੀ ਭਾਰਤ ਦੇ ਲੋਕਾਂ ਨੂੰ ਵੱਧ ਤੋਂ ਵੱਧ ਮਹਿੰਗਾ ਮਿਲਣਾ ਚਾਹੀਦਾ ਤੇਲ। ਉਹਦਾ ਕਾਰਨ ਇਹ ਹੈ ਵੀ ਇੰਨੇ ਬੇਗੈਰਤ ਹੋਏ ਪਏ ਆ ਵੀ ਕੋਈ ਉੱਠਦਾ ਹੀ ਨੀ, ਜਾਵੇ ਕੋਈ ਜਥੇਬੰਦੀ ਉੱਠਦੀ ਨੀ। ਜਾਂ ਤਾਂ ਹੋਵੇ ਨਾ ਵੀ 104 ਰੁਪਈਏ ਲੀਟਰ ਪੈਟਰੋਲ ਇਸ ਵੇਲੇ ਪੰਜਾਬ ਦੇ ਵਿੱਚ ਆ ਤੇ 109 ਰੁਪਈਏ ਲੀਟਰ ਭਾਰਤ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਆ ਤੇ ਇਹ 17 ਤੋਂ ਉੱਠ ਕੇ ਤੇ ਇਕਦਮ 104 ਰੁਪਈਏ ਦੇ ਉੱਤੇ ਪੰਜਾਬ ਚ ਆਇਆ ਤੇ ਬਾਕੀ ਸੂਬੇ ਚ 197 ਨੇੜੇ ਪਹੁੰਚਿਆ। ਪਰ ਕਿਸੇ ਸੂਬੇ ਦੇ ਵਿੱਚ ਕਦੇ ਉੱਠ ਕੇ ਲੋਕਾਂ ਨੇ ਆਵਾਜ਼ ਚੁੱਕੀ ਹੋਵੇ, ਕੋਈ ਪ੍ਰਦਰਸ਼ਨ, ਕੋਈ ਮੁਜ਼ਾਹਰੇ, ਕੁਛ ਵੀ ਕੀਤਾ ਹੋਵੇ, ਕਿਸੇ ਨੇ ਕੁਛ ਨਹੀਂ ਕੀਤਾ ਗਾ। ਜਦੋਂ ਲੋਕ ਸਵੀਕਾਰ ਕਰੀ ਜਾਂਦੇ, ਮੈਂ ਤਾਂ ਸੋਚਦਾ ਵੀ 250 ਰੁਪਈਏ ਲੀਟਰ ਹੋਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਮਾੜਾ ਮੋਟਾ ਬਾਹਰ ਨਿਕਲਣ ਦੀ ਅਕਲ ਆਵੇ ਵੀ ਭਾਈ ਮਾਰੇ ਗਏ। ਹਾਲੇ ਤੱਕ ਤਾਂ ਲੋਕ ਮਹਿਸੂਸ ਕਰਦੇ ਵੀ ਦੇਸ਼ ਦੇ ਵਿਕਾਸ ਵਾਸਤੇ ਇੰਨਾ ਕੁ ਭਾਰ ਝੱਲਣਾ ਪੈਂਦਾ ਹੁੰਦਾ ਤੇ ਇਹ ਦੇਸ਼ ਦੇ ਵਿਕਾਸ ਦੇ ਵਿੱਚ ਯੋਗਦਾਨ ਆ। ਉਹ ਮੈਂ ਕੱਲ ਇੱਕ ਰਿਪੋਰਟ ਪੜ੍ਹ ਰਿਹਾ ਸੀ, ਉਹ ਕਹਿੰਦੇ ਵੀ ਅਸਲ ਦੇ ਵਿੱਚ ਜਿੱਥੋਂ ਤੇਲ ਨਿਕਲਦਾ ਉੱਥੋਂ ਤੋਂ ਸਾਨੂੰ 37 ਰੁਪਈਏ ਮਿਲਦਾ, ਆ ਬਾਅਦ ਦੇ ਵਿੱਚ ਤਾਂ ਵਿਰੋਧੀ ਦੇਸ਼ਾਂ ਨੂੰ, ਦੁਸ਼ਮਣ ਦੇਸ਼ਾਂ ਨੂੰ ਅੱਖਾਂ ਔਖਾ ਟਪਾਉਣ ਦਾ ਟੈਕਸ ਹੀ ਲੱਗ ਜਾਂਦਾ ਉੱਥੇ, ਬਾਕੀ ਤਾਂ ਸਭ ਕੁਝ ਠੀਕ ਹੀ ਆ। ਉਸ ਤੋਂ ਅਗਲੀ ਗੱਲ ਇਹ ਆ ਵੀ GST ਦੇ ਦਾਇਰੇ ਦੇ ਵਿੱਚ ਜੇ ਤੇਲ ਆ ਜਾਂਦਾ ਤਾਂ ਇਹਦਾ ਮਤਲਬ ਇਹ ਹੋਊਗਾ ਵੀ ਇੱਕ ਸਾਰ ਕੀਮਤਾਂ ਹੋ ਜਾਣੀਆਂ, ਪਰ ਇੱਦਾਂ ਹੋਣਾ ਨੀ, ਕਿਉਂਕਿ ਸੂਬਿਆਂ ਦੀਆਂ ਸਰਕਾਰਾਂ ਦੀ ਸਹਿਮਤੀ ਵੀ ਨਹੀਂ ਬਣਨੀ, ਹੋਰ ਕਈ ਗੱਲਾਂ ਵੀ ਆ। ਜੇ ਮੰਨ ਲਓ ਕੋਈ GST ਦੇ ਦਾਇਰੇ ਵਿੱਚ ਚੀਜ਼ ਆ ਜਾਂਦੀ ਹੈ ਤਾਂ ਜਿਹੜੇ ਭਾਅ ਦੇ ਉੱਤੇ ਹਿਮਾਚਲ ਚ ਮਿਲਦੀ ਆ ਉਸੇ ਭਾਅ ਤੇ ਮਹਾਰਾਸ਼ਟਰ ਚ ਮਿਲੂ, ਜਿਹੜੇ ਭਾਅ ਤੇ ਪੰਜਾਬ ਚ ਮਿਲਦੀ ਆ ਉਸੇ ਭਾਅ ਦੇ ਵਿੱਚ UP ਚ ਮਿਲੂ, ਇਹਦਾ ਮਤਲਬ ਇਹ ਆ।
पर मैं लगता नहीं भी इस गल के उत्ते सहमति बनूगी। जीएसटी कौंसल तो यह कर सकती भी जीएसटी वधा दो इहदे ते, पर जीएसटी के दायरे के बच्चे सारी चीज आ गई, इस गल का काम औखा लगता है। क्या बात टहना साहब, जो दूजी गल करिए आपां ओह हैगी है जी लुधियाणे दे विच, लुधियाणा जेल दे विच जबरदस्त गैंगवार जिहड़ी ओह होई है। हाँ, ये बहुत माड़ा होया जी, क्योंकि पंजाब दीआं जेलां दे विचों मैनू नहीं लगता भी कोई हफ्ता इहो जिहा होऊगा जदों कोई चंड चढ़दी खबर ना आ जाए। इहदा जेलां दे बाहर लिखिया होया इह सुधार घर है, पर सुधार घर नूं विगाड़ दीआं गल्लां सब दे सामने आउंदीआं। अगली गल यह है भी लुधियाणे की जेल के बिल्कुल फिल्मी तर्क के उत्ते पहला भी बदमाशी होंगी है कि हुण भी इवें होया। जेल के हर जेल के पंजाब के अंदर दो दो तीन तीन चार चार धड़े बड़े हुए हैं, तो वह इवें जंग लड़ते जिमें कि जम्मू कश्मीर के पुंछ सेंटर के लगी हो। सो उस तो अगली गल यह कि जो लुधियाणे की जेल आ दो धड़े गैंगवार हुई है, कई सिर पाटे कई तरह का नुकसान होया, पुलिस मौके के उत्ते पहुंची है, परचे होर दर्ज हो गए हुणे। उस तो अगली गल यह कि इस तो पहला कदे जेलों के फेसबुक वरती जाती है, पिछले जे लुधियाणे की इसे जेल के खबर आई थी भी गैंगस्टर ने जेल के जन्मदिन की पार्टी की है, वह हुक्का पी रहे हैं, दारू पी रहे हैं, मीट खा रहे हैं, तो फेसबुक के उत्ते वीडियो पा रहे हैं भी ये साढ़े का जेलों का हाल आ। कद खबर आती है भी जेलों के मोबाइल मिले, कद खबर आती जेलों के नशा पत्ता मिले, कद खबर आती है जेलों के राखी करने वाले जोड़े कर्मचारी है वो आप अंदर नशा लेके जा रहे थे, उन्होंने तलाशी ली तो कोलों नशा लभ्या। कद कोई खबर आती है, कद कोई खबर आती है, कद जेलों के बैठे फरौती मंग रहे हैं। पिछे जे एक जेल के खबर आई भी जेल का एक अधिकारी जेल के बैठ के फरौती मंगने वाले के नाल मिलया होया सी, वह कहना हुंदा सी भी फरौती तुसीं मंग लो, आपके बंदे के राही मंगी गई फरौती के इन्ने परसेंट मैं लूंगा। सो यह पंजाब के जेलों के भी हालात हैगे आ कि आप गल कहते भी जेल के गया हुआ बंदा सुधर के बाहर आऊंगा। सो इन गलों के उत्ते चर्चा तो कई बार उठी है, पर मसला फिर कोई ना कोई नवा आ जाता, तो गल पहली फिर खत्म हो जाती है, पर पंजाब जिलों का हाल माड़ा। पता लगे जी टैन साहब कि दिल्ली के बिना पटाकों तो दिवाली होगी इस बारी, यह चंगी गल है जी। मैं तो सोचना कि पूरे भारत के इदा होना चाहिए, क्योंकि दिल्ली के प्रदूषण है जोड़ा वह बेहद वध्या होया। पिछले कई वरिया तो यही खबर आ, राजनीति भी होंगी धुएं के नाते, जो झोने की कणके की जी रहत खून अग लगती है खेतों के, उस वक्त दिल्ली के लोग यह गल कहते हैं, दिल्ली की सरकार यह गल कहती है भी धुएं ने बहुत आवादारी की है, तो दिल्ली सरकार कहती जी कि पंजाब के वलों धुआं आया। पंजाब कहना साडा धुआं तो इधर आउंदा ही नहीं, यह तो पाकिस्तान का धुआं होना या हरियाणे का धुआं होना। सो धुएं के उत्ते भी राजनीति छिड़ पैंदी है, पर गल यह पटाकों के धुएं के करके लोग आवाजार होंगे आ, इस गल में समझने की बहुत वड्डे पद्धर से जरूरत है। यह दिल्ली सरकार भी मैं सोचना कि चंगी सोच है, वो निशानी है चंगी सोच की भी, उत्थे पटाकों के उत्ते पिछले तीन चार साल तो मुकम्मल पाबंदी लगी हुई है, हुण फिर यह पाबंदी ला दी गई है। आ जी दिवाली हुण आऊगी इहदे लई पटाकों के उत्ते बिल्कुल बैन कर दिता गया दिल्ली के, ना पटाके कोई बेच सकूगा, ना कोई खरीद सकूगा, ना कोई स्टोर कर सकूगा, तो ना कोई चला सकूगा। केजरीवाल ने यह गल कही है भी दिल्ली के लोगों को जहरीले धुएं तो बचाने के लिए यह प्रबंध असं पहला भी करते थे, ऐतकी फिर यह पाबंदी लाई गई है, तो दिल्ली के ऐतकी पटाकों के उत्ते फिर पूरी तरह बैन ला दिता गया। टाणा साहब लास्ट खबर है जी, पता लग गया कि सोनू सूद ने मुलाकात की केजरीवाल के नाल, फिर इनकम टैक्स दी टीमां तैयार वर तैयार बैठिया सी, मार लिया घर छापा सोनू सूद दे। देखो जिस दिन ना उन्हें केजरीवाल के नाल मिलके ते प्रेस कॉन्फ्रेंस की है, तो मैं उस दिन यह लगा भी यह ना सोनू सूद की जान तक किसी फिल्म के हुण कोई अड़चन पाऊगी, फिर सोनू सूद के खिलाफ कोई ना कोई कार्रवाई हो सकती है, ते कल उही गल होगी, कुदरती अंदाजा सही साबित हो गया। कल छे थावां दे उत्ते सोनू सूद दे नाल संबंधित छे थावां दे उत्ते इनकम टैक्स डिपार्टमेंट दीआं टीमां गईआं, इन्हां दे वल्लों सर्वेखण कीता गया। यह मैं लगता भी एक ट्रेलर दिखाउण दी कोशिश की गई है
ਵੀ ਜੇਕਰ ਕਿਸੇ ਪਾਰਟੀ ਦੇ ਵਿੱਚ ਗਿਆ ਜਾਂ ਜੇਕਰ ਕਿਸੇ ਪਾਰਟੀ ਦੀ ਮਦਦ ਕੀਤੀ ਤਾਂ ਆਹ ਕੁਝ ਵੀ ਝੱਲਣਾ ਪੈ ਸਕਦਾ। ਤੇ ਪਤਾ ਲੱਗਾ ਜੀ ਕਿ ਜਿਹੜੇ ਇਨਕਮ ਟੈਕਸ ਡਿਪਾਰਟਮੈਂਟ ਦੇ ਅਧਿਕਾਰੀ ਹੈ ਉਹਨਾਂ ਨੇ ਕਿਹਾ ਜੀ ਕਿ ਜਿਹੜੀਆਂ ਇੱਥੇ ਜਿਹੜੀਆਂ ਵਹੀ ਖਾਤੇ ਹੁੰਦੇ ਆ ਉਹਨਾਂ ਦੇ ਵਿੱਚ ਗੜਬੜੀਆਂ ਪਾਈਆਂ ਗਈਆਂ। ਵੈਸੇ ਕੋਈ ਕਾਗਜ਼ਾਤ ਨਾਲ ਤਾਂ ਨਹੀਂ ਲੈ ਕੇ ਗਈਆਂ ਟੀਮਾਂ ਪਰ ਛਾਪਾ ਜ਼ਰੂਰ ਪਿਆ ਸੀਗਾ। ਸੋ ਇਹ ਕੀ ਛਾਪਾ ਇਸ ਕਰਕੇ ਪਿਆ ਵੀ ਉਹਨੇ ਕੇਜਰੀਵਾਲ ਦੇ ਨਾਲ ਬੈਠ ਕੇ ਤੇ ਗੱਲਬਾਤ ਕੀਤੀ ਸੀ, ਕਿਹਾ ਸੀ ਵੀ ਕੇਜਰੀਵਾਲ ਦੀ ਸਰਕਾਰ ਦਿੱਲੀ ਚ ਬੜੀ ਚੰਗੀ ਆ। ਕੇਜਰੀਵਾਲ ਨੇ ਉਹਨਾਂ ਨੂੰ ਜਿਹੜਾ ਦਿੱਲੀ ਦੇ ਸਕੂਲੀ ਵਿਦਿਆਰਥੀਆਂ ਦੇ ਵਾਸਤੇ ਇੱਕ ਮੁਹਿੰਮ ਦਾ ਬ੍ਰਾਂਡ ਅੰਬੈਸਡਰ ਵੀ ਬਣਾਇਆ। ਸੋ ਇਹ ਵੀ ਖਬਰਾਂ ਆ ਰਹੀਆਂ ਵੀ ਮੋਗੇ ਦੇ ਵਿੱਚ ਸੋਨੂੰ ਸੂਦ ਦੀ ਭੈਣ ਰਹਿੰਦੀ ਹੈ ਤੇ ਉਹ ਆਮ ਆਦਮੀ ਪਾਰਟੀ ਦੇ ਟਿਕਟ ਦੇ ਉੱਤੇ ਚੋਣ ਲੜ ਸਕਦੀ ਹੈ, ਇਹੋ ਜਿਹੀਆਂ ਖਬਰਾਂ ਵੀ ਆਉਣਗੀਆਂ। ਸੋ ਇਹ ਜਿਹੜਾ ਛਾਪਾ ਪਿਆ ਇਹਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਤੇ ਆ ਵੀ ਜੇ ਤਾਂ ਪਹਿਲਾਂ ਰੁਟੀਨ ਦੇ ਵਿੱਚ ਇਸ ਤੋਂ ਪਹਿਲਾਂ ਹੀ ਤਾਂ ਆਪਾਂ ਕਹਿੰਦੇ ਵੀ ਚਲੋ ਇਹ ਇੱਕ ਪ੍ਰਕਿਰਿਆ ਦਾ ਹਿੱਸਾ, ਪਰ ਹੁਣ ਜਿਸ ਤਰੀਕੇ ਨਾਲ ਪਿਆ ਤੇ ਇਸ ਤੋਂ ਪਹਿਲਾਂ ਕਦੇ ਕੋਈ ਛਾਪੇ ਵਾਲੀ ਗੱਲ ਨਹੀਂ ਸਾਹਮਣੇ ਆਈ, ਇਹਦੇ ਉੱਤੇ ਸਵਾਲ ਜ਼ਰੂਰ ਉੱਠੇ ਆ ਜੀ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਟਹਿਣਾ ਸਾਹਿਬ, ਬਹੁਤ ਬਹੁਤ ਧੰਨਵਾਦ, ਲੰਨਿਆ ਇਜਾਜ਼ਤ, ਫਿਰ ਕੱਲ ਨੂੰ ਮਿਲਣ ਦੇ ਬਾਅਦ ਨਾਲ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ ਜੀ, ਮਿਹਰਬਾਨੀ, ਸ਼ੁਕਰੀਆ। ਸੋ ਦੋਸਤੋ ਇਹ ਸੀ ਸਵਾਲ ਟਹਿਣਾ ਜੀ, ਚੱਲਦੇ ਵੱਧਦੇ ਹਾਂ ਜੀ ਅਗਲੇ ਪ੍ਰੋਗਰਾਮ ਵੱਲ, ਮੈਨੂੰ ਇੱਥੇ ਦਿਓ ਇਜਾਜ਼ਤ, ਕੱਲ ਨੂੰ ਮਿਲਣ ਦੇ ਬਾਅਦ ਨਾਲ, ਸਤਿ ਸ੍ਰੀ ਅਕਾਲ, ਧੰਨਵਾਦ।